ਹੋ ਜੀ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਵਾਲੀਆ ਤੇ ਹਰ ਰੋਜ਼ ਤੁਸੀਂ ਦੇਖਦੇ ਹੋ ਪਸੰਦ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਉਹਦੇ ਲਈ ਬੜੇ ਧੰਨਵਾਦੀ ਹਾਂ ਤੇ ਰੋਜ਼ ਇੱਕ ਇੱਕ ਸਟੈਪ ਕਰਕੇ ਪੰਜਾਬ ਦੀ ਰਾਜਨੀਤੀ ਦੀ ਤਬਦੀਲੀ ਆਉਂਦੀ ਜਾਂਦੀ ਆ ਤੇ ਫਿਰ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਵੀ ਜੋ ਕੁਝ ਵੀ ਹੈਗਾ ਉਹ ਆਪ ਜੀ ਦੇ ਨਾਲ ਵਿਚਾਰ ਲਈਏ ਅੱਜ ਵੀ ਗੱਲਬਾਤ ਕਰਾਂਗੇ ਕਿ ਵੀ ਪੰਜਾਬ ਸਰਕਾਰ ਦੇ ਵਿੱਚ ਹੁਣ ਕੀ ਨਵੀਂ ਹਿਲਜੁਲ ਆ ਦੂਸਰੇ ਪਾਸੇ ਵਿਰੋਧੀ ਕਿੱਥੇ ਕੇ ਜੇ ਘੇਰ ਨੂੰ ਫਿਰਦੇ ਨੇ ਤੀਸਰੀ ਗੱਲ ਜਿਹੜਾ ਪਿਛਲੇ ਦਿਨੀ ਜੋ ਅ ਦਰਬਾਰ ਸਾਹਿਬ ਦੇਖੇ ਸਾਰਾ ਕੁਝ ਵਾਪਰਿਆ ਸੀਗਾ ਉਹ ਨਾਲ ਰਿਲੇਟਡ ਕੁਝ ਇੱਕ ਹੋਰ ਗੱਲਾਂ ਹੁਣ ਸਾਹਮਣੇ ਆ ਰਹੀਆਂ ਨੇ ਉਹ ਸਾਰਾ ਕੁਝ ਕੀ ਆਪਾਂ ਵਿਚਾਰਾਂਗੇ ਤੇ ਸਾਰੀਆਂ ਗੱਲਾਂ ਮਤਨ ਕਰਨ ਲਈ ਆਪਣੇ ਨਾਲ ਵੀਰ ਪਰਮੇਰ ਬਾਠੂਰੀ ਹੋਰ ਬਾਠ ਸਾਹਿਬ ਸਤਿ ਸ੍ਰੀ ਅਕਾਲ ਜੀ ਛੜਦੀ ਕਲਾ ਸੇਤਾ ਸੇਤਾ ਮੇਰੀਆਂ ਵੀ ਠੀਕ ਨੇ ਤੇ ਵੱਡੇ ਬਾਦਲ ਸਾਹਿਬ ਦੀਆਂ ਵੀ ਨਹੀਂ ਨਹੀਂ ਉਹ ਤੇ ਹੈਗੀਆਂ ਹੀ ਨਹੀਂ ਉਹ ਤੇ ਦੱਸੋ ਤੁਹਾਨੂੰ ਕੀ ਲੱਗਦਾ ਢਿਲੇ ਨੇ ਉਹ ਨਹੀਂ ਨਹੀਂ ਮੈਂ ਕਦੀ ਬੂੜਾ ਚਰੋਏ ਉਹ ਵਿਚੋ ਜੇ ਹੋਏ ਆ ਹੂੰ ਠੀਕ ਨੇ ਨੇ ਉਹ ਵਿਚੋਂ ਵੀ ਜ਼ਰੂਰੀ ਥੋੜੀ ਉਠਲੇ ਹੋਈ ਸੀ ਉਹ ਹੋ ਸਕਦਾ ਕਿ ਚੁੱਪ ਹੋਏ ਸੀ ਵੈਸੇ ਹੀ ਜਣੀ ਫੇਰੀ ਆਤਮ ਮੰਥਨ ਹੁੰਦਾ ਨਾ ਕਿ ਕਿਵੇਂ ਕਰਨਾ ਇਹ ਵੀ ਹੁੰਦਾ ਕਿ ਤੁਸੀਂ ਕਈ ਵਾਰੀ ਸਾਹ ਲੈਨੇ ਹੋ ਜਦੋਂ 100 ਮੀਟਰ ਦੌੜ ਲਾਉਣੀ ਹੁੰਦੀ ਆ ਤਾਂ એનર્ਜੀ ਇਕੱਠੀ ਕਰਦੇ ਹੋ ਮੈਂ ਵੈਸੇ ਇੱਕ ਗੱਲੋਂ ਹੈਰਾਨ ਸੀ ਵੱਡੇ ਬਾਦਲ ਸਾਹਿਬ ਉਮਰ ਵੀ ਇੱਕ ਪਾਵਾ ਹੋ ਗਈ ਐ ਸਾਰਾ ਕੁਝ ਠੀਕ ਐ ਅਜੇ ਤੱਕ ਇਹ ਹੀ ਸੀ ਚਰਚਾ ਚੱਲਦੀ ਕਿ ਜੇ ਅਕਾਲੀ ਦਲ ਜਿੱਤਦਾ ਹੈ ਤੇ ਅਗਲੀ ਵਾਰ ਮੁੱਖ ਮੰਤਰੀ ਕੌਣ ਹੂੰ ਹੂੰ ਇਹੀ ਚਰਚਾ ਚੱਲਦੀ ਸੀ ਨਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਹੋਣਗੇ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਹੋਣਗੇ ਹੋਰ ਤਾਂ ਨਹੀਂ ਕੋ ਹੋਣਾ ਹਮਮ ਪਰ ਤੁਸੀਂ ਦੇਖੋ ਕਿ ਇੱਕ ਨਵੀਂ ਥਿਉਰੀ ਜਿਹੜੀ ਹੋਰ ਪਾਰਟੀਆਂ ਅੱਜ ਤੇ ਚੱਲਦੀ ਸੀ ਰੌਲਾ ਰਪਾ ਉਧਰਲੇ ਪਾਸੇ ਤਾਂ ਪੈਂਦਾ ਸੀ ਪਰ ਆ ਜਿਹੜੀ ਹੁਣ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਗੱਲ ਕਹਤੀ ਆ ਉਹ ਕਹਿੰਦੇ ਕਿ ਮੁੱਖ ਮੰਤਰੀ ਦਾ ਨਹੀਂ ਰੌਲਾ ਕੌਣ ਹੋਏਗਾ ਸੁਖਬੀਰ ਸਿੰਘ ਬਾਦਲ ਸਾਹਿਬ ਹੋਣਗੇ ਜਾਂ ਕੋਈ ਹੋਰ ਹੋਏਗਾ ਸੁਪਰ ਸੀਐਮ ਤੁਹਾਡੇ ਸਾਹਮਣੇ ਕੁਰਸੀ ਤੇ ਬੈਠਿਆ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹਾਂ ਨੀ ਪਰ ਇਹ ਇਹ ਸਾਰਾ ਕੁਝ ਅਨਾਉਂਸ ਕਰਨ ਵੇਲੇ ਹੋ ਸਕਦਾ ਵੀ ਉਹਨਾਂ ਨੇ ਆਪਣਾ ਅਤਿ ਚ ਗੱਲਾਂ ਕਹਿਤੀਆਂ ਹੋਣ ਪਰ ਕਾਰਨ ਇਹ ਆ ਵੀ ਕਿਉਂਕਿ ਪੋਲਿਟਿਕਲ ਲੀਡਰ ਨੇ ਪੋਲਿਟਿਕਲ ਲੀਡਰਾਂ ਦੇ ਦਿੱਤੇ ਗਏ ਬਿਆਨ ਜਿਹੜੇ ਆ ਫਿਰ ਉਹ ਤੋਂ ਬਾਅਦ ਕਈ ਛਾਣਣੀਆਂ ਚੋਂ ਛਾਣ ਕੇ ਪੋਣਿਆਂ ਚੋਂ ਪੁਣ ਕੇ ਤੇ ਫਿਰ ਕੱਢਣ ਦੀ ਕੋਸ਼ਿਸ਼ ਵੀ ਕਰਦੇ ਨੇ ਲੋਕੀ ਹੁਣ ਉਹਦੇ ਚਰਚਾ ਕੀ ਵੀ ਆ ਪੀ ਜਿੱਦਾਂ ਉਹਨਾਂ ਨੇ ਕਿਹਾ ਵੀ ਬਾਦਲ ਸਾਹਿਬ ਤੇ ਨਹੀਂ ਸੀ ਮੰਨਦੇ ਹੂੰ ਹੂੰ ਤੇ ਮੈਂ ਕਿਹਾ ਨਹੀਂ ਬਾਪੂ ਜੀ ਇਦਾਂ ਕਿਦਾਂ ਇਹ ਥੋੜਾ ਗੱਲ ਹੁੰਦੀ ਇੱਕ ਵਾਰ ਤੁਸੀਂ ਆਓ ਆਪਾਂ ਚੱਲੀਏ ਹੁਣ ਤੁਸੀਂ ਇਹਨਾਂ ਨੂੰ ਮਨਾਉਣਾ ਹੈ ਅੱਜ ਮੇਰੇ ਸਾਹਮਣੇ ਮੇਰੇ ਕਹਿਤ ਨਹੀਂ ਮੰਨਦੇ ਕਰੇ ਤੁਸੀਂ ਅੱਜ ਮਨਾਉਣਾ ਪਈਏ ਹੁਣ ਸੁਪਰ ਸੀਮ ਹੋਣਗੇ ਇਹਨਾਂ ਦੇ ਅਸ਼ੀਰਵਾਦ ਬਿਨਾ ਅਗਵਾਈ ਬਿਨਾ ਆਪਣਾ ਕੰਮ ਨਹੀਂਗਾ ਚੱਲਣਾ ਤੇ ਗੱਲ ਇਹ ਆ ਵੀ ਇੱਕ ਰਾ ਇਹ ਆਪਣੇ ਚ ਆ ਗਏ ਆ ਬਾਕੀ ਦੇ ਹੁਣ ਤੁਸੀਂ ਆਪੇ ਹੀ ਜਿਤਾ ਦੇਣਾ ਇਹਨਾਂ ਨੂੰ ਕਿਤੇ ਫਿਰਨ ਤੁਰਨ ਦੀ ਲੋੜ ਥੋੜਾ ਆ ਲੋੜ ਨਹੀਂ ਇਹ ਤਾਂ ਕਮਾਲ ਦੀ ਗੱਲ ਆ ਨਾ ਕਿ ਪਹਿਲਾਂ ਬੰਦੇ ਵੀ ਇਕੱਠੇ ਕਰ ਲੂ ਉਹਨਾਂ ਦੇ ਮੂਰੇ ਆਪ ਸਟੇਜ ਤੇ ਵੀ ਤੇ ਫਿਰ ਵੀ ਤੁਸੀਂ ਹੁਣ ਮਨਾਓ ਭਾਈ ਗੱਲ ਵਧੀਆ ਨਹੀਂ ਨਹੀਂ ਪੈਸੇ ਦੇਖੋ ਸਿਆਣਪ ਇਹਦੇ ਵਿੱਚ ਹੀ ਹੁੰਦੀ ਆ ਕਿ ਸਾਰਾ ਕੁਝ ਹੀ ਨਿਬੜ ਜਾਏ ਤੇ ਮੂਰੇ ਉਹ ਬਾਦਲ ਸਾਹਿਬ ਉਹ ਵੀ ਆਪਣੇ ਆਪ 'ਚ ਬੜੇ ਹੈਰਾਨੀਜਨਕ ਉਹਨਾਂ ਦੇ ਕਹਿਣ ਤੋਂ ਪਹਿਲਾਂ ਹੁੰਦਾ ਬੀਬੀ ਜਦੋਂ ਭਾਜਦੇ ਉਹ ਕਹਿੰਦੇ ਕਿ ਸਟੇਜ ਸੈਕਟਰੀ ਥੋੜਾ ਜਿਹਾ ਗਲਤ ਕਹਿ ਗਏ ਪੂਰਾ ਕਿ ਗਲਤ ਕਹਿ ਗਏ ਗੱਲ ਇਦਾਂ ਨਹੀਂ ਕਹਿੰਦੇ ਉਹ ਕਹਿ ਗਏ ਕਿ ਮੈਂ ਜਾਨੀ ਕਿ ਬੀਬੀ ਹਰਸਿਮਰਤ ਕੋਰ ਬਾਦਲ ਵੱਡੇ ਬਾਦਲ ਸਾਹਿਬ ਨੂੰ ਥੋੜੇ ਕੋ ਲੈ ਕੇ ਆਇਆ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਉਹ ਲੈ ਕੇ ਆਈ ਮੈਨੂੰ ਕਹਿੰਦੀ ਉਹ ਨਹੀਂ ਮੈਨੂੰ ਲੈ ਕੇ ਮੈਂ ਮਸਾ ਮਨਾ ਕੇ ਲੈ ਕੇ ਆਈਆਂ ਆਂਦੇ ਹੀ ਨਹੀਂ ਸੀਗੇ ਹੁਣ ਤੁਸੀਂ ਦੇਖੋ ਕਿ ਲੰਬੀ ਵਿਧਾਨ ਸਭਾ ਹਲਕਾ 4-5 ਜਗ੍ਹਾ ਦੇ ਉੱਤੇ ਵੱਡੇ ਬਾਦਲ ਸਾਹਿਬ ਗਏ ਫਿਰ ਪੱਤਰਕਾਰ ਵੀ ਆ ਜਾਂਦੇ ਉਹਨਾਂ ਨੇ ਵੀ ਸਵਾਲ ਪ ਕੁਝ ਭਾਸ਼ਣਾ ਦੇ ਵਿੱਚ ਵੀ ਕਿਹਾ ਉਹ ਕਹਿੰਦੇ ਗ੍ਰਿਫਤਾਰ ਕਰਨ ਨੂੰ ਫਿਰਦੇ ਅਸੀਂ ਕਿਹੜਾ ਪਹਿਲੀ ਵਾਰੀ ਗ੍ਰਿਫਤਾਰ ਹੋਣਾ ਕਹਿੰਦੇ ਐਵੇਂ ਡੀਜੀਪੀ ਬਦਲੀ ਜਾਂਦੇ ਆ ਮੈਨੂੰ ਦੱਸ ਦੋ ਕਿੱਥੇ ਆਉਣਾ ਉੱਥੇ ਆ ਜੰਨੇ ਆ ਐਵੇਂ ਨਾ ਅਫਸਰ ਬਦਲੀ ਜਾਓ ਕਿ ਉਹਨਾਂ ਨੂੰ ਫੜ ਕੇ ਲਿਆਓ ਉਹਨਾਂ ਨੂੰ ਫੜ ਕੇ ਲਿਆਓ ਇਦਾਂ ਦੀ ਗੱਲ ਕਹਿੰਦੇ ਕੋਈ ਨਹੀਂ ਹੈਗੀ ਨਾ ਮਾੜਾ ਕਦੇ ਕੀਤਾ ਨਾ ਕਰਨਾ ਇਹ ਇਹ ਜਿਹੜਾ ਬਿਆਨ ਆ ਨਾ ਇਹ ਬੜਾ ਹੈਰਾਨੀ ਵਾਲਾ ਬਿਆਨ ਆ ਕਿਉਂਕਿ ਇਸ ਤੋਂ ਪਹਿਲਾਂ ਇਹ ਗੱਲ ਜਦੋਂ ਚਰਚਾ ਚ ਚੱਲੀ ਤੇ ਪਹਿਲਾਂ ਅਕਾਲੀ ਦਲ ਦੀ ਜਿਹੜੀ ਹੇਟਲੇ ਲੈਵਲ ਦੀ ਲੀਡਰਸ਼ਿਪ ਆ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਕਿਹਾ ਕਿ ਆਹ ਦੇਖੋ ਇੱਥੇ ਮੀਟਿੰਗ ਹੋਈ ਆ ਇੱਥੇ ਮੀਟਿੰਗ ਹੋਈ ਆ ਮਜੀਠੀਆ ਸਾਹਿਬ ਨੂੰ ਫੜਨਾ ਸੁਖਬੀਰ ਬਾਲਸਾਹਬ ਨੂੰ ਫੜਨਾ ਵੱਡੇ ਬਾਲਸਾਹਬ ਦਾ ਕਦੀ ਜ਼ਿਕਰ ਹੀ ਨਹੀਂ ਸੀ ਹੋਇਆ ਅਜੇ ਤੱਕ ਵੀ ਜੇ ਮੈਂ ਗਲਤ ਨਹੀਂ ਆ ਤੇ ਮੈਂ ਤਾਂ ਨਹੀਂ ਸੁਣਿਆ ਨਾ ਸੁਖਬੀਰ ਬਾਲਸਾਹਬ ਦੇ ਮੂੰਹੋਂ ਦੇ ਨਾ ਮਜੀਠੀਆ ਸਾਹਿਬ ਦੇ ਮੂੰਹੋਂ ਹਾਂ ਉਹ ਆਪਣੀ ਗੱਲ ਜ਼ਰੂਰ ਕਰਦੇ ਆ ਵੀ ਸਾਡੀ ਗੱਲ ਕਰਦੇ ਯਾਰ ਅਹੀਂ ਆ ਜੰਨੇ ਆ ਤੁਸੀਂ ਐਵੇਂ ਤੁਸੀਂ ਪੰਗੇ ਜੂ ਪਾਏ ਹੋ ਵੱਡੇ ਬਾਲਸਾਹਬ ਦਾ ਇਹ ਕਹਿਣਾ ਵੀ ਮੈਨੂੰ ਦੱਸ ਦਿਓ ਭਈ ਐਡਾ ਤੁਸੀਂ ਗ੍ਰਿਫਤਾਰ ਕਰਨਾ ਤੇ ਮੈਂ ਆ ਜਨਾ ਕੱਲੀ ਤਿੰਨ ਤਿੰਨ ਡੀਜੀਪੀ ਬਦ ਪ੍ਰਕਾਸ਼ ਸਿੰਘ ਬਾਦਲ ਹੋਰੀ ਜਾਨੀ ਉਹਨਾਂ ਨੂੰ ਨਾ ਪਤਾ ਹੁੰਦਾ ਕਿ ਇੱਕ ਪਾਈ ਕਿਦਾ ਕਹਿੰਦੇ ਨੇ ਸਿਆਣਾ ਵੈਦ ਜਿਹੜਾ ਉਹ ਐ ਨਬਜ਼ ਤੋਂ ਦੱਸ ਦਿੰਦਾ ਕਿ ਕਸਰ ਕੀ ਆ ਬਿਮਾਰੀ ਸ਼ਬਦ ਨਹੀਂ ਵਰਤਦੇ ਕਸਰ ਵਰਤਨਾ ਕਿ ਕਸਰ ਕੀ ਆ ਤੇ ਮੁੜ ਕੇ ਬਾ ਦੋ ਕੁ ਮਿੰਟ ਅੱਖਾਂ ਮੀਟਣੀਆਂ ਐ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਉੱਥੇ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਮੁਗਲ ਤੇ ਅੰਗਰੇਜ਼ ਵੀ ਚੰਗੇ ਸੀਗੇ ਕਾਂਗਰਸ ਮਾੜੀ ਐ ਜਾਨੀ ਮੁਗਲਾਂ ਤੇ ਅੰਗਰੇਜ਼ਾਂ ਦੇ ਨਾਲ ਕੰਪੇਅਰ ਕੀਤਾ ਕਿ ਉਹਦੇ ਤੋਂ ਵੀ ਭੜੇ ਨੇ ਮਾੜੇ ਨੇ ਇਹਨਾਂ ਨੂੰ ਨਾ ਕਿਤੇ ਮੂੰਹ ਲਾਇਆ ਜੀ ਅਸੀਂ ਤਾਂ ਤੁਹਾਡੇ ਕੋਲ ਰਹਿੰਨੇ ਆ ਕੋਲ ਇੱਥੇ ਹੁੰਨੇ ਆ ਜਦੋਂ ਮਰਜੀ ਸੱਦ ਲੋ ਤੁਹਾਡੇ ਲਈ ਕੰਮ ਕੀਤਾ ਪੰਜਾਬ ਦੀਆਂ ਸਾਰੀਆਂ ਗੱਲਾਂ ਬਾਤਾਂ ਤੇ ਬੀਬੀ ਬਾਦਲ ਕੀ ਕਹਿੰਦੇ ਉਹ ਕਹਿੰਦੇ ਤੁਸੀਂ ਆਪ ਹੀ ਦੇਖ ਲਓ ਰਾਜੇ ਨੇ ਚੋਣ ਲੜੀ ਸੀ ਹੂੰ ਰਾਜਾ ਵੀ ਆਇਆ ਸੀ ਹਾਰ ਕੇ ਚਲ ਗਿਆ ਮੁੜ ਕੇ ਮੂੰਹ ਵਿਖਾਇਆ ਸਾਢੇ 4 ਸਾਲ ਮੁੱਖ ਮੰਤਰੀ ਰਿਹਾ ਕੁਝ ਦੇਈ ਜਾਂਦਾ ਤੁਹਾਨੂੰ ਲੰਬੀ ਵਾਲਿਆਂ ਨੂੰ ਜਦ ਮੁੱਖ ਮੰਤਰੀ ਬਣ ਕੇ ਮੁੜ ਕੇ ਆਇਆ ਹੀ ਨਾ ਤੇ ਜਿਹੜਾ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਨੇ ਚੋਣ ਲੜਾਈ ਉਹਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਹਸਪਤਾਲ ਚ ਬਿਸਤਰਾ ਹੀ ਨਾ ਦਿੱਤਾ ਆ ਨਹੀਂ ਕਹਿੰਦਾ ਇਹਨਾਂ ਨੇ ਸਾਰੀਆਂ ਕੀਤੀਆਂ ਪਰ ਇਹ ਸਾਰੇ ਉਸ ਜਿਹੜੀ ਇੱਕ ਗੱਲ ਵਿਚਾਰਨ ਵਾਲੀ ਆ ਉਹ ਇਹ ਆ ਵੀ ਸੁਪਰ ਸੀਐਮ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਚੇਂਜ ਓਵਰ ਹੋਇਆ ਤੇ ਸੁਖਵੀਰਵਾਲ ਸਾਹਿਬ ਨੂੰ ਪ੍ਰਧਾਨ ਬਣਾਇਆ ਇੱਕ ਕੁਰਸੀ ਇੱਕ ਨਵਾਂ ਨਾਮ ਸਾਹਮਣੇ ਆ ਜਿਹੜਾ ਕਿ ਅੱਜਕੱਲ ਬਹੁਤ ਸਾਰੀਆਂ ਬਾਕੀ ਪੋਲੀਟੀਕਲ ਪਾਰਟੀਆਂ ਵੀ ਵਰਤਣ ਲੱਗ ਪਈਆਂ ਉਹ ਸ਼ਬਦ ਸੀ ਸਰਪ੍ਰਸਤ ਜੀ ਹੁਣ ਉਸੇ ਤਰ੍ਹਾਂ ਇਹਦਾ ਮਤਲਬ ਇਹ ਹੋ ਗਿਆ ਵੀ ਸੁਖਵੀਰਵਾਲ ਸਾਹਿਬ ਨੂੰ ਜਦੋਂ ਮੁੱਖ ਮੰਤਰੀ ਵਾਲੀ ਕੁਰਸੀ ਦੇਣੀ ਤੇ ਯਾਰ ਉਹ ਤੋਂ ਉੱਪਰ ਵੀ ਇੱਕ ਕੁਰਸੀ ਬਣਾ ਕੇ ਰੱਖੂ ਦਾ ਨਾਰਾ ਵੀ ਰੱਖਿਆ ਗਿਆ ਸੁਪਰ ਸੀਐਮ ਹੁਣ ਸਵਾਲ ਇਹ ਆ ਕਿ ਵੀ ਜੇ ਅਜੇ ਚੋਣ ਲੜਾਉਣ ਦੇ ਲਈ ਉਹ ਵੀ ਆਪਣੀ ਹਰਕੇ ਚ ਉਹ ਸਲਕੇ ਤੋਂ ਮੇਰੇ ਖਿਆਲ ਨਾਲ ਜਿਹਦਾ ਨਿਆਣਾ ਨਿਆਣਾ ਵੀ ਬਲਸਾਹ ਨੂੰ ਜਾਣਦਾ ਜਾਂ ਬਲਸਾਹ ਵੀ ਬਹੁਤ ਸਾਰੇ ਲੋਕਾਂ ਨੂੰ ਬਾਈ ਨੇਮ ਜਾਣਦੇ ਆ ਉਹ ਸਲਕੇ ਚ ਪ੍ਰਚਾਰ ਕਰਨ ਲਿਆਉਣ ਦੇ ਲਈ ਵੀ ਜੇ ਮਿੰਦਾਂ ਕਰਨੀਆਂ ਬੈਰੀਆਂ ਤੇ ਕੱਲੂ ਸੁਪਰ ਸੀਐਮ ਬਣਾਉਣ ਤੋਂ ਬਾਅਦ ਨਾ ਰੀਡ ਕਾ ਪਾ ਕੇ ਬਹਿ ਜਾਣਗੇ ਤੇ ਉਹ ਮੈਨੂੰ ਹੋਰ ਲੱਗਦਾ ਹਮ ਇਹੀ ਸ਼੍ਰੋਮਣੀ ਅਕਾਲੀ ਦਲ ਇੱਕ ਵਾਰੀ ਪਹਿਲਾਂ ਕਹਿੰਦੇ ਸੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਤਾਂ ਊਂ ਬਣਾਇਆ ਹੀ ਸੁਪਰ ਪੀਐਮ ਤੱਕ ਹੋਰ ਆ ਪਿੱਛੇ ਬੀਬੀ ਸੋਨੀਆ ਗਾਂਧੀ ਫੇਰ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਆ ਉਦੋਂ ਤੁਹਾਨੂੰ ਪਤਾ ਚਰਚਾ ਚੱਲਦੀ ਹੋਣੀ ਆ ਕਹਿੰਦੇ ਸੀ ਸਿੱਧੂ ਸੁਪਰ ਸੀਐਮ ਬਣਨ ਨੂੰ ਫਿਰਦਾ ਉਹਨੂੰ ਕੰਮ ਨਹੀਂ ਕਰਨ ਦਾ ਸਬਦਾਨ ਦੀਆਂ ੱਟਜੀਆਂ ਨੇ ਹੁਣ ਆਪ ਹੀ ਬਣਾਤੇ ਇਹਦੇ ਵੀ ਆ ਬਣਾ ਸਕਦੇ ਆ ਅਗਲੇ ਕੋਈ ਤੋਂ ਹੀਰੋ ਵਲੋ ਜਾਂਦੇ ਫਿਰ ਨਹੀਂ ਨਹੀਂ ਚਲੋ ਇੰਨੀ ਗੱਲ ਕਲੀਅਰ ਆ ਕਿ ਅਕਾਲੀ ਦਲ ਦੀ ਇੱਕ ਸੀਟ ਹੋਰ ਕਲੀਅਰ ਹੋ ਗਈ ਕਿ ਉੱਥੇ ਚੋਣ ਕੌਣ ਲੜਨਗੇ ਦੁਬਾਰਾ ਸ਼ਬਦ ਸਹੀ ਬੋਲੋ ਅਕਾਲੀ ਦਲ ਦੀ ਇੱਕ ਹੋਰ ਸੀਟ ਕਲੀਅਰ ਹੋਗੀ ਕਿ ਉਥੋਂ ਝੋੜ ਕੌਣ ਹੈ ਕਲੀਅਰ ਸ਼ਬਦ ਵਰਤਾਂ ਅੰਗਰੇਜ਼ੀ ਦੀ ਸ਼ੁੱਧ ਨਹੀਂ ਬੋਲਦੇ ਕਲੀਅਰ ਹੋ ਗਈ ਕਲੀਅਰ ਹੋ ਗਈ ਕਲੀਅਰ ਹੋ ਗਈ ਮੈਂ ਮਾਫ ਕਰਨਾ ਕਿਉਂਕਿ ਤੁਸੀਂ ਪੈਸੇ ਬਹੁਤ ਮੰਗਦੇ ਹੋ ਇੰਗਲਿਸ਼ ਦੀ ਟਿਊਸ਼ਨ ਦਾ ਮਰੱਕਣੀ ਤੁਹਾਡੇ ਕੋਲ ਕਲੀਅਰ ਕੀਤੀ ਉਹਨਾਂ ਨੇ ਆਪਣੇ ਨਾਲ ਚਲੋ ਇਹ ਅਕਾਲੀ ਦਲ ਨੇ ਆਪਣੇ ਨਾਲ ਇਹਦੀ ਗੱਲ ਕਲੀਅਰ ਕਰਤੀ ਵੀ ਹੁਣ ਵੱਡੇ ਬਾਲ ਸਾਹਿਬ ਰਾਜਨੀਤੀ ਜੀ ਫਿਰ ਸਰਗਰਮ ਨੇ ਇਹਦਾ ਮਤਲਬ ਵੀ ਮੁੱਖ ਮੰਤਰੀ ਦੇ ਉੱਪਰ ਵੀ ਇੱਕ ਪੋਸਟ ਬਣਾ ਲਈ ਗਈ ਆ ਉਸ ਸੁਪਰ ਸੀਐਮ ਦੀ ਪੋਸਟ ਹੋਊਗੀ ਜਿਹਦੇ ਤੇ ਉਹ ਹੋਣਗੇ ਪਰ ਉਹਨੇ ਸਾਰੇ ਕੁਝ ਦੇ ਵਿੱਚ ਜਿਹੜੀ ਚਰਚਾ ਇੱਕ ਹੋਰ ਚੱਲੀ ਜਾਂਦੀ ਆ ਕਿਉਂਕਿ ਜੇ ਮੈਂ ਗਲਤ ਨਹੀਂ ਤੇ ਵੱਡੇ ਬਾਲ ਸਾਹਬ ਦੀ ਜਿਹੜੀ ਇਸ ਤੋਂ ਪਹਿਲਾਂ ਦੀ ਸਿਆਸਤ ਰਹੀ ਜਾਂ ਪੰਜ ਵਾਰੀਆਂ ਦੇ ਮੁੱਖ ਮੰਤਰੀ ਇਹ ਤੇ ਲਗਭਗ ਹਰੇਕ ਵਾਰ ਆ ਹੁਣ ਜੇ ਆ ਕੇ ਆ ਪਿਛਲੀਆਂ ਚੰਦ ਇਲੈਕਸ਼ਨਾਂ ਤੋਂ ਮਾਮਲਾ ਬਦਲਿਆ ਨਹੀਂ ਤੇ ਉਹੀ ਇੱਕ ਕਾਗਜ਼ ਹੁੰਦਾ ਹੈ ਜਿਹੜਾ ਟਰੰਕ ਚੋਂ ਹਰ ਵਾਰ ਕੱਢ ਲਿਆ ਜਾਂਦਾ ਇਹ ਚੰਡੀਗੜ੍ਹ ਪੰਜਾਬ ਦਾ ਤੇ ਅਸੀਂ ਲੈ ਕੇ ਰਹਿਣਾ ਇਹਦੇ ਦੇ ਪੰਜਾਬ ਦਾ ਹੱਕ ਏ ਹੁਣ ਜਿਹੜੀ ਇਹ ਚਰਚਾ ਚੱਲ ਰਹੀ ਵੀ ਚੰਡੀਗੜ੍ਹ ਪੰਜਾਬ ਬਣਾ ਲੈਣੇ ਦੇ ਦੇਣਾ ਕਾਗਜ਼ ਪੱਤਰ ਬਣਾਈ ਫਿਰਦੇ ਨੇ ਕਿਉਂਕਿ ਦੇਖੋ ਅਜੇ ਆਪਾਂ ਕੱਲ ਵੀ ਗੱਲ ਕਰਦੇ ਸੀ ਕੇਜਰੀਵਾਲ ਸਾਹਿਬ ਦੀ ਪਿਓ ਕਹਿੰਦੇ ਵੀ ਇਹ ਪੰਜਾਬ ਨੂੰ ਦੇਣ ਨੂੰ ਫਿਰਦੇ ਨੇ ਪਰ ਉਹਨਾਂ ਨੇ ਸ਼ਬਦ ਵਰਤਿਆ ਕਿ ਇੱਕ ਅਫਵਾਹ ਚੱਲ ਰਹੀ ਹੈ ਕਿ ਚੰਡੀਗੜ੍ਹ ਪੰਜਾਬ ਕੋ ਦੇਣਾ ਹੈ ਅਗਰ ਚੰਡੀਗੜ੍ਹ ਪੰਜਾਬ ਕਾ ਹੈ ਤਾਂ ਫਿਰ ਪੰਜਾਬ ਮੇ ਵੀ ਆਮ ਆਦਮੀ ਪਾਰਟੀ ਕੀ ਸਰਕਾਰ ਬਣ ਰਹੀ ਹੈ ਤਾਂ ਚੰਡੀਗੜ੍ਹ ਮੇ ਵੀ ਬਣਾ ਦੋ ਨਾ ਜਿਹੜੀਆਂ 24 ਨੂੰ ਵੋਟਾਂ ਉਹ ਕਹਿੰਦੇ ਤਾਂ ਫਿਰ ਤੇ ਇਹ ਕੀ ਹੋ ਜਾਏਗਾ ਕੰਮ ਸੈੱਟ ਹੋ ਜਾਏਗਾ ਹੁਣ ਉਸ ਬਿਆਨ ਤੇ ਰਿਐਕਸ਼ਨ ਦਿੰਦੇ ਅਸ਼ਵਨੀ ਸ਼ਰਮਾ ਸਾਹਿਬ ਪੰਜਾਬ ਭਾਜਪਾ ਦੇ ਪ੍ਰਧਾਨ ਉਹ ਕਹਿੰਦੇ ਅਫਵਾਹ ਵਾਲੀ ਕਿਹੜੀ ਗੱਲ ਹੈ ਅਹੀਂ ਦੇ ਸ਼ੁਰੂ ਤੋਂ ਕਹਿੰਨੇ ਵੀ ਚੰਡੀਗੜ੍ਹ ਪੰਜਾਬ ਦਾ ਅਹੀਂ ਲੈਣਾ ਹੀ ਹਮਮ ਹਮ मतलब ਇਹ ਮੈਂ ਬੜੀ ਹੈਰਾਨੀ ਵਾਲੀ ਗੱਲ ਐ ਵੀ ਹੁਣ ਤੱਕ ਜਿਹੜੀ ਚੀਜ਼ ਦੀ ਡਿਮਾਂਡ ਕਰਦਾ ਅਕਾਲੀ ਦਲ ਕਹਿੰਦਾ ਸੀ ਵੀ ਇਹ ਭਾਈ ਸਾਹਿਬ ਸਾਡਾ ਮੁੱਦਾ ਅਸੀਂ ਲੈ ਕੇ ਰਹਿਣਾ ਉਹਦੇ ਤੇ ਹੁਣ ਅਸ਼ਵਨੀ ਸ਼ਰਮਾ ਸਾਹਿਬ ਕਹਿੰਨ ਵੀ ਅਸੀਂ ਕਦੋਂ ਕਹਿੰਨੇ ਵੀ ਭਾਈ ਸਾਹਿਬ ਵੱਖਰਾ ਇਹਦੇ ਕਹਿੰਦੇ ਵਾਹ ਫੂ ਵਾਲੀ ਕੋਈ ਗੱਲ ਨਹੀਂ ਇਹ ਪੰਜਾਬ ਦਾ ਹੀ ਵੀਰ ਦੇਖੋ ਸੰਧਾਲੀਆ ਸਾਹਿਬ ਜੇ ਭਾਰਤੀ ਜਨਤਾ ਪਾਰਟੀ 26 ਜਾਂ 27 ਤਰੀਕ ਵਾਲੀ ਰੈਲੀ 'ਚ ਇਹ ਅਨਾਉਂਸਮੈਂਟ ਕਰ ਦਿੰਦੀ ਐ ਕਿ ਆਲੋ ਪਾਈ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਤਾਂ 1966 ਤੋਂ ਲੈ ਕੇ ਹੁਣ ਤੱਕ ਦੀਆਂ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਚੋਣਾਂ ਦਾ ਇੱਕ ਬਹੁਤ ਮਹੱਤਵਪੂਰਨ ਮੁੱਦਾ ਭਾਰਤੀ ਜਨਤਾ ਪਾਰਟੀ ਸਿਆਸੀ ਤੌਰ ਤੇ ਕੈਸ਼ ਕਰ ਜੋ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਿੰਨੀ ਵਾਰ ਪੰਜਾਬ ਚ ਵੀ ਕਾਂਗਰਸ ਦੀ ਸਰਕਾਰ ਹੁੰਦੀ ਸੀ ਹਰਿਆਣਾ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਕਾਂਗਰਸ ਦੇ ਐਮਪੀ ਹੁੰਦੇ ਸੀ ਇਹ ਕੇਂਦਰ ਚ ਵੀ ਅਗਲੇ ਕਹਿਣਗੇ ਕਿ ਭਾਈ ਜੇ ਕਾਂਗਰਸੀਆਂ ਨੇ ਦੇਣਾ ਹੁੰਦਾ ਤਾਂ ਉਹ ਦੇ ਸਕਦੇ ਸੀ ਫਿਰ ਕਿੰਨੀ ਵਾਰ ਤੁਸੀਂ ਦੇਖੋ ਕਿ ਸਭ ਤੋਂ ਵੱਧ ਜੇ ਕੋਈ ਬੰਦਾ ਇਸ ਮੁੱਦੇ ਨੂੰ ਚੁੱਕਦਾ ਸੀ ਤਾਂ ਉਹ ਸੰਭਾਵੀ ਸੁਪਰ ਸੀਐਮ ਸਾਹਿਬ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਚੁੱਕਿਆ ਕਿ ਕੇਂਦਰ ਧੱਕਾ ਕਰਦਾ ਹੀ ਹੁਣ ਉਹਨਾਂ ਦੀ ਡਿਮਾਂਡ ਹੁੰਦੀ ਸੀ ਤੇ ਜਦੋਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀਆਂ ਚਰਚਾਵਾਂ ਚੱਲਦੀਆਂ ਤੇ ਉਦੋਂ ਭਾਰਤੀ ਜਨਤਾ ਪਾਰਟੀ ਸਾਰਾ ਸਿਆਸੀ ਲਾਹਾ ਆਪ ਲਊ ਜੇ ਦਿੱਤਾ ਜਾਂਦਾ ਅਕਾਲੀ ਦਲ ਬਾਹਰ ਨੇ ਨਹੀਂ ਉਹ ਤੇ ਮਿਲ ਗਿਆ ਕਿਉਂਕਿ ਦੇਖੋ ਨਾ ਦੋ ਗੱਲਾਂ ਕਲੀਅਰ ਹੋ ਜਾਣੀਆਂ ਇਹ ਕਿਤੇ ਉਹਨਾਂ ਨੇ ਰੌਲਾ ਪਾਉਣਾ ਵੀ ਦੇਖੋ ਜੀ ਰਜੀਵ ਲੋਂਗੋ ਨਾਲ ਸਮਝੌਤਾ ਕੀਤਾ ਸੀ ਜੀ ਇਹ ਗਾਂਧੀ ਪਰਿਵਾਰ ਦੇ ਵਿੱਚੋਂ ਹੀ ਸੀ ਰਾਹੁਲ ਗਾਂਧੀ ਸਾਹਿਬ ਜਵਾਬ ਦੇਣ ਪਈ ਇਹਨਾਂ ਨੇ ਉਹ ਅੱਗੇ ਕਿਉਂ ਨਹੀਂ ਤੋੜਿਆ ਤੇ ਆਹ ਦੇਖੋ ਅਸੀਂ ਕਰਤਾ ਕਿਉਂਕਿ ਸਾਡੇ ਕੋਲ ਪਾਵਰ ਸੀ ਫਿਰ ਅਗਲਾ ਕਹੋ ਯਾਰ ਹੁਣ ਕਿਉਂ ਕੀਤਾ ਇਹ ਤੇ ਹੁਣ ਤੁਸੀਂ ਉਦੋਂ ਪੁੱਛੋ ਅਹੀਂ ਪਹਿਲਾਂ ਗੱਠ ਜੁੜ ਚ ਸੀਗੇ ਹੁਣ ਅਸੀਂ ਇੰਡੀਪੈਂਡੈਂਟ ਆ ਹੌਟ ਡਿਮਾਂਡ ਹੀ ਨਹੀਂ ਸੀ ਕਰਦੇ ਬਹੁਤੀ ਵਾਰ ਬਾਰ ਬਾਰ ਹੀ ਕਰਦੇ ਸੀ ਕਹਿਣ ਨੂੰ ਕੀ ਕਹਿ ਦੇਣਾ ਕੀ ਕਹਿ ਦੇਣਾ ਮੁੜ ਕੇ ਕਹੋ ਕਿ ਮੈਨੂੰ ਨਹੀਂ ਲੱਗਦਾ ਵੀ ਉਹ ਕਾਗਜ਼ ਬਾਜ਼ ਪ੍ਰੂਵ ਹੋਣ ਜੇ ਹੁੰਦੇ ਵੀ ਰਹਿਣ ਤੇ ਵੋਟਾਂ ਤੇ ਲੰਘ ਜਾਣੀਆਂ ਇੱਥੇ ਸੰਧਾਲੀਆ ਸਭ ਦੋ ਪੱਖ ਜਿਹੜੇ ਵਿਚਾਰ ਨੇ ਬਹੁਤ ਜ਼ਰੂਰੀ ਆ ਜਿਨ੍ਹਾਂ ਨੂੰ ਧਿਆਨ ਚ ਰੱਖਿਆ ਜਾਵੇ ਉਹ ਇਹ ਹੈ ਕਿ ਇਹਦੇ ਨਾਲ ਜਿਹੜਾ ਜਲੰਧਰ ਦੇ ਬਾਸਰੜੀ ਵਾਲੀ ਟੈਂਕੀ ਤੇ ਮੁੰਡਾ ਬੈਠਾ ਹੈ ਜਿਹੜਾ ਐਮ ਐਲ ਏ ਹੋਸਟਲ ਚੰਡੀਗੜ੍ਹ ਬੈਠਾ ਹੈ ਜੈਂਟਲਮੈਨ ਕਿ ਪੈਸੇ ਸਾਡੀਆਂ ਤਨਖਾਹਾਂ ਘਟਾਉਂਦੀਆਂ ਉਹਨਾਂ ਦੇ ਮੁੱਦਿਆਂ ਨੂੰ ਕੋਈ ਫਰਕ ਨਹੀਂ ਪੈਣਾ ਜਿਹੜੇ ਕਿਸਾਨ ਵੱਖ-ਵੱਖ ਸਮਾਂ ਤੇ ਹੁਣ ਪੰਜਾਬ ਦੇ ਵਿੱਚ ਕਹਿੰਦੇ ਕਿ ਕੀਤੇ ਹੋਏ ਵਾਅਦੇ ਪੂਰੇ ਕਰ ਦਿਓ ਉਹਨਾਂ ਨੂੰ ਜੇ ਧਰਤੀ ਹੇਠਲੇ ਪਾਣੀ ਨੂੰ ਅਸਰ ਨਹੀਂ ਪੈਣਾ ਮੈਨੂੰ ਸਿਗਾ ਕਿ ਲੋਕਾਂ ਦੇ ਪੱਖ ਤੋਂ ਇਹ ਗੱਲ ਕਲੀਅਰ ਕਰ ਦਈਏ ਪਰ ਇੰਨੀ ਗੱਲ ਜ਼ਰੂਰ ਹੈ ਕਿ ਅਜੇ ਕਿਉਂਕਿ ਤਰੀਕ ਹੈਗੀ ਥੋੜੀ 22 23 ਤੇ 24 ਚਾਰ ਦਿਨ ਇਸ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਦਾ ਸੈਂਟਰ ਦਾ ਕੋਈ ਲੀਡਰ ਨਹੀਂ ਬੋਲੇਗਾ ਚੰਡੀਗੜ੍ਹ ਦਾ ਕੋਈ ਲੀਡਰ ਨਹੀਂ ਬੋਲੇਗਾ ਹਰਿਆਣਾ ਭਾਜਪਾ ਦਾ ਕੋਈ ਲੀਡਰ ਨਹੀਂ ਬੋਲੇਗਾ ਕਿਉਂਕਿ 24 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀਆਂ ਵੋਟਾਂ ਨੇ 35 ਵਾਰਡਾਂ ਦੀਆਂ ਇਸ ਕਰਕੇ ਨਹੀਂ ਬੋਲਣਗੇ ਕਿਉਂਕਿ ਜੇ ਉਹ ਕਹਿਣਗੇ ਕਿ ਪਾਈ ਅਸੀਂ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਤਾਂ ਬਹੁਤ ਵੱਡਾ ਸਵਾਲ ਹੈ ਠੀਕ ਹੈ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਪੰਜਾਬ ਤੇ ਹੱਕ ਬਣਦਾ ਉਦੋਂ ਆਖਿਆ ਵੀ ਗਿਆ ਸੀ ਪਰ ਜੋ ਦਸ਼ਾ ਦੇ ਮੂਰੇ ਮੈਂ ਦੁਰਲਾਦਮਾਨ ਜੋ ਦੁਰਦਸ਼ਾ ਪੰਜਾਬ ਚ ਹੈ ਟ੍ਰੈਫਿਕ ਵਾਲੀ ਸਫਾਈ ਵਾਲੀ ਨਿਜਮਾ ਤੇ ਕਾਨੂੰਨਾਂ ਦੀ ਪਾਲਣਾ ਵਾਲੀ ਕੀ ਅੱਜ ਚੰਡੀਗੜ੍ਹ ਦੇ ਲੋਕ ਚਾਹੁੰਦੇ ਹੋਣਗੇ ਕਿ ਭਾਈ ਸਾਡਾ ਸ਼ਹਿਰ ਯੂਨੀਅਨ ਟੈਰੀਟਰੀ ਦੇ ਵਿੱਚੋਂ ਬਾਹਰ ਕੱਢ ਕੇ ਚਾਹੇ ਉਹ ਕਿਤੋਂ ਵੀ ਆਏ ਨੇ ਹੂੰ ਤੇ ਤੁਸੀਂ ਪੰਜਾਬ ਨੂੰ ਦੇ ਦਿਓ ਕੀ ਪੰਜਾਬ ਦੀਆਂ ਸਰਕਾਰਾਂ ਕੱਲ ਨੂੰ ਵੈਲਕਮ ਕਰਨਗੀਆਂ ਕੀ ਉਹ ਕਹਿ ਸਕਣਗੀਆਂ ਕਿ ਜਿੱਦਾਂ ਦੀ ਬਵਸਥਾ ਜਿੱਦਾਂ ਦੀ ਸਫਾਈ ਜਿੰਨੀ ਵੀ ਹੈਗੀ ਐ ਜਿੱਦਾਂ ਦੇ ਚਲਾਨ ਜਿੱਦਾਂ ਦੇ ਟ੍ਰੈਫਿਕ ਨਿਜਮਾ ਦੀ ਜਿਹੜੀ ਪਾਲਣਾ ਚੰਡੀਗੜ੍ਹ ਚ ਹੁੰਦੀ ਹੈ ਕਿ ਜੇ ਭਲਕ ਨੂੰ ਪਾਈ ਸਾਨੂੰ ਮਿਲ ਗਿਆ ਤੇ ਅਸੀਂ ਉਦਾਂ ਦੀ ਕਾਇਮ ਰੱਖਾਂਗੇ ਕਿਉਂਕਿ ਜੇ ਸੰਧਾਲੀਆਂ ਸਭ ਕਾਇਮ ਰੱਖਣ ਯੋਗੇ ਹੁੰਦੇ ਇਧਰਲੇ ਪਾਸੇੋਂ ਖਰੜ ਮੁਹੱਲੀ ਕੁਰਾਲੀ ਉਧਰਲੇ ਪਾਸੇੋਂ ਬਨੂੜ ਤੇ ਜ਼ੀਰਕਪੁਰ ਵਰਗੇ ਸ਼ਹਿਰ ਜਿਹੜੇ ਨੇ ਪੰਜਾਬ ਚ ਹੀ ਪੈਂਦੇ ਹੋਣੇ ਆ ਉਹਨਾਂ ਸਾਰਿਆਂ ਦੇ ਵਿੱਚ ਵੀ ਟ੍ਰੈਫਿਕ ਵਿਵਸਥਾ ਜਿਹੜੀ ਹੈ ਚੰਡੀਗੜ੍ਹ ਨੂੰ ਦੇਖਦੇ ਆ ਵਧੀਆ ਕੀਤੀ ਜਾ ਸਕਦੀ ਸੀ ਉੱਥੇ ਸਫਾਈ ਦੀ ਮੁਹਿੰਮ ਉਦਾਂ ਦੀ ਚਲਾਈ ਜਾ ਸਕਦੀ ਸੀ ਉੱਥੇ ਉਦਾਂ ਦੇ ਪਾਰਕ ਬਣਾਏ ਜਾ ਸਕਦੇ ਸੀ ਜੇ ਨਹੀਂ ਬਣਾਏ ਗਏ ਮੈਨੂੰ ਲੱਗਦਾ ਕਿ ਇਹ ਅਨਾਉਂਸਮੈਂਟ 24 ਤਰੀਕ ਸ਼ਾਮ ਤੱਕ ਕਿਸੇ ਹਾਲਤ 'ਚ ਨਹੀਂ ਹੋਣੀ ਕਿਉਂਕਿ ਜੇ ਹੋ ਗਈ ਭਾਰਤੀ ਜਨਤਾ ਪਾਰਟੀ ਵੱਲੋਂ ਸਪਸ਼ਟ ਰੂਪ ਦੇ ਵਿੱਚ ਤਾਂ 35 ਵਾਰਡਾਂ ਦੇ ਵਿੱਚ ਬਹੁਤ ਵੱਡਾ ਘਾਟਾ ਪੈ ਸਕਦਾ ਹੈ ਕਿਉਂਕਿ ਕੀ ਉਹ ਲੋਕ ਚਾਹੁੰਦੇ ਨੇ ਕਿਉਂਕਿ ਉਹ ਹੁਣ ਕੱਲੇ ਪੰਜਾਬ ਦੇ ਨਹੀਂ ਹੈਗੇ ਹਿਮਾਚਲ 'ਚੋਂ ਆ ਕੇ ਵਸੇ ਆ ਹਰਿਆਣੇ 'ਚੋਂ ਆ ਕੇ ਵਸੇ ਆ ਤੇ ਇੱਕ ਗੱਲ ਹੋਰ ਕਿ ਹਰਿਆਣੇ 'ਚ ਘਾਟਾ ਪੈ ਜਾਊ ਮੈਨੂੰ ਇਹ ਵੀ ਲੱਗਦਾ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਨੇ ਇਦਾਂ ਦੀ ਅਨਾਉਂਸਮੈਂਟ ਕੀਤੀ ਕਿ ਭਾਈ ਚੰਡੀਗੜ੍ਹ ਦਿੱਤਾ ਤਾਂ ਨਾਲ ਦੀ ਨਾਲ ਇੱਕ ਅਨਾਉਂਸਮੈਂਟ ਹੋਰ ਹੋਏਗੀ ਕਿ ਹਰਿਆਣਾ ਨੂੰ ਉਹਨਾਂ ਦੀ ਰਾਜਧਾਨੀ ਬਣਾਉਣ ਦੇ ਲਈ ਇੱਥੇ ਅਸੀਂ ਕੇਂਦਰ ਸਰਕਾਰ ਵੱਲੋਂ ਆਹ ਪੈਕੇਜ ਦਿੰਨੇ ਆ ਤੁਸੀਂ ਇੱਥੇ ਸ਼ਹਿਰ ਬਸਾਓ ਜਾਂ ਇਸ ਸ਼ਹਿਰ ਨੂੰ ਡਿਵੈਲਪ ਕਰੋ ਇੱਥੇ ਆਹ ਚੀਜ਼ਾਂ ਬਣਾਉਣ ਲਈ ਈਨੇ ਹਜ਼ਾਰ ਕਰੋੜ ਰੁਪਏ ਦਾ ਪੈਕੇਜ ਆ ਚੱਕੋ ਖੱਟਰ ਸਾਹਿਬ ਤੁਹਾਡੇ ਇੰਨੀ ਇੰਡਸਟਰੀ ਆ ਜੂ ਤੁਹਾਨੂੰ ਇੰਨਾ ਕੰਮ ਮਿਲ ਜੂ ਇੰਨਾ ਇੱਥੇ ਰੋਜ਼ਗਾਰ ਮਿਲ ਜੂ ਇੱਕ ਵੱਡਾ ਵਧੀਆ ਸ਼ਹਿਰ ਮਿਲ ਜੂ ਪਰ ਜੇ ਪੰਜਾਬ ਚੰਡੀਗੜ੍ਹ ਨੂੰ ਮਿਲ ਗਿਆ ਚੰਡੀਗੜ੍ਹ ਪੰਜਾਬ ਨੂੰ ਮਿਲ ਗਿਆ ਸਾਡੇ ਰੋਜ਼ਗਾਰ ਤੇ ਸਾਡੇ ਹੈਲਥ ਤੇ ਸਾਡੀ ਐਜੂਕੇਸ਼ਨ ਵਾਲੇ ਸੈਕਟਰ ਤੇ ਕੋਈ ਅਸਰ ਨਹੀਂ ਪੈਣਾ ਚੰਡੀਗੜ੍ਹ ਦੇ ਲੋਕ ਕੀ ਸੋਚਣਗੇ ਇਹ ਸੋਚਣ ਵਾਲਾ ਵਿਸ਼ਾ ਹੈਗਾ ਉਹਦੇ ਠੀਕ ਆ ਸੋਚੀ ਜਾਣ ਯਾਰ ਤੁਸੀਂ ਨਾ ਹੋਰ ਪਾਸੇ ਸ਼ਹਿਰ ਵਾਲੇ ਦੇ ਹਿਸਾਬ ਨਾਲ ਸੋਚੇ ਨੇ ਅਸੀਂ ਬੰਦੇ ਆ ਪਿੰਡਾਂ ਵਾਲੇ ਜਦੋਂ ਕੱਲ ਨੂੰ ਆ ਕੇ ਬੈਠੇ ਨੇ ਅਕਰਾਂ ਬਾਹੂ ਰਹੀ ਤੇ ਉਹਨਾਂ ਨੇ ਸਾਨੂੰ ਐਂ ਦਰੀਵ ਛਾ ਕੇ ਤੇ ਫਿਰ ਕਹੋ ਨਾ ਵੀ ਦੱਸੋ ਸਦਾਜੀ ਗੱਲ ਇਹ ਵੀ ਜਦੋਂ ਤੁਸੀਂ ਜਾਂਦੇ ਹਮਾਲੀਆਂ ਚੰਡੀਗੜ੍ਹ ਐਂ ਹੱਥ ਜਾ ਦੇ ਕੇ ਰੱਖ ਲੈਂਦੇ ਫੇਰ ਬੈਲਟ ਨਹੀਂ ਲਾਈ ਸਾਨੂੰ ਪਤਾ ਵੀ ਸੁਖ ਨਾ ਗੂਗੜ ਤਕੜੀ ਨਹੀਂ ਆਉਂਦੀ ਯਾਰ ਸਾਹ ਹੀ ਨਹੀਂ ਆਉਂਦਾ ਉੱਥੇ ਕਿਹੜਾ ਬੰਦਾ ਲਾਵੇ ਕਿਉਂਕਿ 4-5 ਘੰਟੇ ਇਧਰੋਂ ਸਫਰ ਕਰਕੇ ਗਏ ਕਿਸੇ ਨੇ ਪੁੱਛਿਆ ਹੀ ਨਹੀਂ ਅਚਾਨਕ ਤੁਸੀਂ ਆਨੇ ਵੀ ਆਏ ਸੜਕ ਤੋਂ ਅੱਗੇ ਲੰਘਦੇ ਤੂੰ ਬੈਲਟ ਲਾ ਲ ਭਾਈ ਸਾਹਿਬ ਉੱਥੇ ਸਾਹ ਥੋੜਾ ਘਟਾਉਣਾ ਹੈ ਉਹ ਕਹਿੰਦਾ ਹੁਣ ਕੋਈ ਲੋੜ ਨਹੀਂ ਨਿਯਾਰੇ ਲੈਣੇ ਜਜਾਰੀ ਐ ਜਾਣਾ ਜਿੱਥੋਂ ਮਰਜੀ ਜਿਹੜੇ ਮਰਜੀ ਚੌਂਕ ਚੋਂ ਸੱਜੇ ਖੱਬੇ ਮੋੜ ਕੇ ਪਾਪੂ ਪਾਪੂ ਕਰਦੇ ਤੁਸੀਂ ਦੁਬਾਰਾ ਪਿੰਡ ਆਵੜਨਾ ਇਹ ਤੁਹਾਨੂੰ ਜਜਾਰੀ ਦਵਾਈ ਨਹੀਂ ਇਹ ਇਹ ਮੈਂ ਨਹੀਂ ਕਹਿੰਦਾ ਵੀ ਇਦਾਂ ਦਾ ਬਿਆਨ ਕੋਈ ਨਵਾਂ ਆਉਣਾ ਇਹ ਤੋਂ ਪਹਿਲਾਂ ਆਪਾਂ ਸੁਣਦੇ ਰਹੇ ਹਾਂ ਸਾਡੇ ਰਾਜ ਕੁੰਡੀ ਲੱਗਦੀ ਲੱਗਦੀ ਸਾਡੇ ਰਾਹ ਤਿੰਨ ਬੰਦੇ ਚੜਦੇ ਸੀ ਚੜਦੇ ਮਾਰੀ ਮੋਟੀ ਕੱਢਣੀ ਕੱਢ ਲੋ ਵੀ ਕੱਢਦੀ ਹੈ ਮਤਲਬ ਇਹ ਗੱਲਾਂ ਜੇ ਪਹਿਲਾਂ ਹੁੰਦੀਆਂ ਨੇ ਤੇ ਹੁਣ ਵੀ ਹੋਣਗੀਆਂਗਾ ਨਹੀਂ ਥੋਡੇ ਕਹਿਣ ਦਾ ਕਿ ਅਸੀਂ ਨਹੀਂ ਕਹਿੰਦੇ ਅਸੀਂ ਕਹਿੰਨੇ ਪੰਜਾਬ ਦੇ ਲੀਡਰ ਬਹੁਤ ਸਿਆਣੇ ਨੇ ਜਿਹੜੇ ਜੂਨੀਅਰ ਸੀਨੀਅਰ ਮੀਤ ਪ੍ਰਧਾਨ ਬਹੁਤ ਸਿਆਣੇ ਨੇ ਅਸੀਂ ਸਿਰਫ ਇਹ ਚਾਹੁੰਦੇ ਆ ਕਿ ਭਾਈ ਜਿਨ੍ਹਾਂ ਦਾ ਬਣਦਾ ਉਹਨਾਂ ਨੂੰ ਦੇ ਦਿਓ ਪਰ ਇਹ ਨਾ ਹੋਵੇ ਸੁਖਨਾ ਲੇਖ ਦੇ ਲਾਗੇ ਪੱਟੀਆਂ ਨਿਕਲੀਆਂ ਹੁਣ ਉਹਨੇ ਵੀ ਮੰਡ ਦੇ ਸ਼ੰਭ ਬਣਾਇਆ ਹੋਵੇ ਮੁੜ ਕੇ ਨਾ ਆ ਨਹੀਂ ਇਹ ਇਹ ਚਲੋ ਟਾਈਮ ਦੱਸੂਗਾ ਵੀ ਕਿਹੜੀ ਗੱਲ ਹੋਣੀ ਕਿਹੜੀ ਨਹੀਂ ਹੋਣੀ ਪਰ ਇੰਨਾ ਜ਼ਰੂਰ ਹੈ ਵੀ ਮੁੱਦਾ ਤੇ ਹੈਗਾ ਮੁੱਦਾ ਹੈਗਾ ਹੁਣ ਉਹ ਵਾ ਆਇਆ ਉਹ ਕੀ ਹੈ ਕੀ ਨਹੀਂ ਮੇਰੇ ਖਿਆਲ ਆਪਾਂ ਜਦ ਤੱਕ ਹੁੰਦਾ ਨਹੀਂ ਉਹਨੇ ਦਿਨਾਂ ਤੱਕ ਵੀਟ ਕਰ ਲਿਨੇ ਪਰ ਖਬਰ ਦਾ ਜਿਹੜਾ ਨਿਚੋੜ ਸੀ ਉਹ ਇਹੀ ਸੀ ਕਿ ਭਾਈ ਅਸ਼ਵਨੀ ਸ਼ਰਮਾ ਸਾਹਿਬ ਕਹਿੰਦੇ ਵੀ ਅਸੀਂ ਤਾਂ ਕਹਿੰਨੇ ਆ ਹੁਣ ਤਾਂ ਇਹਦਾ ਮਤਲਬ ਹੈ ਕਿ ਸਾਰੇ ਮੰਨਦੇ ਆ ਤੇ ਅਗਲੇ ਨੇ ਪੰਜਾਬ 'ਚ ਪੈਰ ਲਾਣੇ ਆ ਤੇ ਜਦੋਂ ਪੰਜਾਬ 'ਚ ਪੈਰ ਲਾਣੇ ਆ ਤਾਂ ਫਿਰ ਦੇਖ ਲੈਣਗੇ ਬਾਕੀ ਸੰਧਾਲੀਆ ਸਾਹਿਬ ਜੇ ਆਪਾਂ ਬਾਦਲ ਸਾਹਿਬ ਦੇ ਸੁਪਰ ਸੀਐਮ ਬਣਨ ਦੀ ਭਵਿੱਖਬਾਣੀ ਤੋਂ ਬਾਅਦ ਭਾਜਪਾ ਦੀ ਗੱਲਬਾਤ ਕਰਨ ਤੋਂ ਬਾਅਦ ਮੇਰਾ ਇਰਾਦਾ ਸੀ ਇੱਕ ਬੜੀ ਨਜ਼ਰਦਾਰ ਜੀ ਗੱਲ ਹੋਣੀ ਐਡ ਹੋ ਗਈ ਅਸ਼ਵਨੀ ਸ਼ਰਮਾ ਸਾਹਿਬ ਦੇ ਉਸੇ ਬਿਆਨ ਚ ਨਿਕਲੀ ਕੱਲ ਤੱਕ ਕਿਸਾਨਾਂ ਦੇ ਬਾਰੇ ਜਿਵੇਂ ਅਸ਼ਵਨੀ ਸ਼ਰਮਾ ਸਾਹਿਬ ਦੇ ਬਿਆਨ ਸੁਣਦੇ ਹੈ ਨਾ ਹੁਣ ਜਦੋਂ ਦੁਬਾਰਾ ਉਹਨਾਂ ਨੂੰ ਪੁੱਛ ਲਿਆ ਗਿਆ ਮਹਾਰਾਜ ਉਹ ਕਿਸਾਨ ਉੱਥੇ ਟਰੈਕ ਤੇ ਬੈਠ ਗਿਆ ਜੀ ਉਹ ਕਹਿੰਦੇ ਵੀ ਚੰਨੀ ਸਾਹਿਬ ਨੇ ਸਾਡੇ ਵਾਅਦੇ ਨਹੀਂ ਪੂਰੇ ਕੀਤੇ ਮਹਾਰਾਜ ਕਰਜ਼ੇ ਦੀ ਮੰਗ ਸੀ ਹੋਰ ਸੌਸ ਬੇਰਕੂ ਕਹਿੰਦੇ ਨਾਲ ਹੈ ਕਿਸਾਨਾਂ ਦੇ ਪੁੱਦੀ ਸਾਹਿਬ ਨੇ ਕੀਤਾ ਕਿ ਨਹੀਂ ਹਾਂ ਨਾਲ ਕਿਉਂ ਨਹੀਂ ਸਾਨੂੰ ਫਿਕਰ ਹੈਗਾ ਜੀ ਸਾਾਨੂੰ ਫਿਕਰ ਕਰੋ ਤੁਸੀਂ ਵੀ ਹਾਂ ਕਹਿੰਦੇ ਵੀ ਪੁੱਛੋ ਇਹਨਾਂ ਨੂੰ ਕਿਉਂ ਨਹੀਂ ਕਰਦੇ ਇਹੋ ਦੇਖੋ ਮੈਂ ਤਾਂ ਰੋਹੀ ਦੇ ਕਹਿ ਰਿਹਾ ਵੀ ਇਹ ਹੁਣ ਪਹਿਲਾਂ ਤੋਪ ਹੋਈ ਆ ਗੋਲਾ ਵੀ ਹੋਈ ਹੈ ਨਹੀਂ ਨਹੀਂ ਤੁਸੀਂ ਹਾਂ ਕਿ ਮੋੜ ਲੈ ਉਹਨੇ ਦੂਸਰੀ ਵਾਰ ਤੁਸੀਂ ਕਹਿ ਨਹੀਂ ਰਹੇ ਤੁਸੀਂ ਕਰਦੇ ਆ ਖੁਦ ਇਦਾਂ ਯਾਨੀ ਤੁਹਾਨੂੰ ਐਂ ਲੱਗਦਾ ਵੀ ਵਧੀਆ ਵੀ ਕੋਈ ਲੀਡਰ ਹੈ ਨਾ ਵਧੀਆ ਤਰੀਕੇ ਨਾਲ ਚਲੋ ਨਹੀਂ ਪਰ ਇਹ ਗੱਲ ਤੇ ਆ ਵੀ ਦੇਖੋ ਕੱਲ ਤੱਕ ਜਿਹੜੇ ਕਿਸਾਨਾਂ ਦੇ ਬਾਰੇ ਚ ਰੋਣ ਬਿਆਨ ਦੇਣੇ ਪੈਂਦੇ ਸੀ ਅੱਜ ਉਹ ਕਿਸਾਨਾਂ ਦੇ ਨਾਲ ਖੜੇ ਨੇ ਹੋ ਸਕਦਾ ਜਿਹੜੇ ਕੱਲ ਦਰੀਬਾ ਛਾ ਕੇ ਕੈਪਟਨ ਸਾਹਿਬ ਦੇ ਖਿਲਾਫ ਬੈਠੇ ਸੀ ਸਾਨੂੰ ਪੱਕਿਆਂ ਕਰੋ ਕੋਈ ਵੱਡੀ ਗੱਲ ਨਹੀਂ ਕੱਲ ਨੂੰ ਕੈਪਟਨ ਸਾਹਿਬ ਉਹਨਾਂ ਨਾਲ ਦਰੀ ਦੇ ਵਾਚਿਆ ਨਹੀਂ ਸਾ ਪੱਕਿਆਂ ਕਰੋ ਨਿਆਣੇ ਆਪਣੇ ਜੇ ਪਤਾ ਥੋੜੀ ਹੈ ਦਰੀ ਦੇ ਨਹੀਂ ਕੁਰਸੀ ਤੇ ਲਾ ਕੇ ਡੋਣੀ ਪੈਣੀ ਹੈ ਚਲੋ ਹੁਣ ਆਪਾਂ ਚੱਲਦੇ ਹਾਂ ਕਾਂਗਰਸ ਪਾਰਟੀ ਵਾਲੇ ਪਾਸੇ ਨੂੰ ਸੰਧਾਲੀਆ ਸਭ ਪਿਛਲੇ ਦਿਨੀ ਰੌਲੇ ਰੱਪੇ ਬੜੇ ਪਏ ਹੁਣ ਕੀ ਹੋਇਆ ਕਿ ਉਧਰਲੇ ਪਾਸੇ ਜਦੋਂ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਕੁਰਸੀ ਤੇ ਬੈਠੇ ਆ ਨਾਲ ਨਵਜੋਤ ਸਿੰਘ ਸਿੱਧੂ ਬੈਠੇ ਆ ਉਧਰਲੇ ਪਾਸੇ ਨਵਤੇਜ ਸਿੰਘ ਚੀਮਾ ਸultanpur ਲੋਧੀ ਦੇ ਐਮਐਲਏ ਬੈਠੇ ਆ ਤੇ ਉਦੋਂ ਕਿਹਾ ਸੀ ਸਿੱਧੂ ਸਾਹਿਬ ਨੇ ਕਿ ਮੈਂ ਨਵਤੇਜ ਸਿੰਘ ਜੀਵਾਂ ਸਾਹਿਬ ਨਾਲ ਬੈਠਾ ਘਬਰਾਉਣਾ ਕੋਈ ਨਹੀਂ 8-10 ਸਾਲ ਮौजਾਂ ਕਰਨੀਆਂ ਇਹ ਕੰਮ ਕਰਨਾ ਹੀ ਲੋਕੋ ਦੱਸੋ ਫੇ ਕਿਦਾਂ ਕਹਿੰਦੇ ਠੀਕ ਹੈ ਇਹ ਵੀ ਕਿਹਾ ਕਿ ਇਹਨੂੰ ਦੱਬਣ ਨੂੰ بڑے ਬੰਦੇ ਫਿਰਦੇ ਆ ਉਹਦੇ ਤੋਂ ਬਾਅਦ ਇੱਕ ਪ੍ਰੈਸ ਬਿਆਨ ਆਇਆ ਸੀ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਸਾਹਿਬ ਦਾ ਉਹ ਕਹਿੰਦੇ ਕਿ ਸਿੱਧੂ ਤਾਂ ਮੁੱਖ ਮੰਤਰੀ ਬਣਦਾ ਭੁੱਖ ਹੈ ਉਹ ਸਾਡੀ ਪਾਰਟੀ ਨੂੰ ਤੋੜ ਰਿਹਾ ਹੈ ਉਹ ਸਿਰਫ ਮੁੱਖ ਮੰਤਰੀ ਬਣਨਾ ਆ ਅਸੀਂ ਜਨਮ ਤੋਂ ਕਾਂਗਰਸੀਆਂ ਉਹਨੂੰ ਸਾਲ ਥੋੜੇ ਹੋਏ ਐ ਇਦਾਂ ਦਾ ਬੰਦਾ ਤਾਂ ਜਿੰਨੀ ਛੇਤੀ ਹੋ ਸਕਦਾ ਪਾਰਟੀ ਛੱਡ ਜਾਏ ਉਹਨਾਂ ਚੰਗਾ ਜਾਨੀ ਕਿ ਉਹ ਬਹੁਤ ਤਕੜਾ ਹਮਲਾ ਸੀ ਹੂੰ ਉਹਦੇ ਤੋਂ ਬਾਅਦ ਹੁਣ ਸੁਖਪਾਲ ਸਿੰਘ ਖਹਿਰਾ ਭਾਵੇਂ ਅੰਦਰ ਨੇ ਪਰ ਕਿਉਂਕਿ ਉਹਨਾਂ ਦੀ ਫੇਸਬੁੱਕ ਐਕਟਿਵ ਹੈ ਡੇਟਾ ਉਹਨਾਂ ਦਾ ਪੂਰਾ ਸਿਆਸੀ ਤੌਰ ਤੇ ਐਕਟਿਵ ਹੁਣ ਉਹਦੇ ਉੱਤੇ ਸ਼ਬਦਾਬਲੀ ਲਿਖੀ ਗਈ ਹੈ ਉਹ ਕਹਿੰਦੇ ਕਿ ਰਾਣਾ ਗੁਰਜੀਤ ਸਿੰਘ ਜਾਨੀ ਸਿੱਧੇ ਤੌਰ ਦੇ ਉੱਤੇ ਉਹ ਕਹਿੰਦੇ ਰਾਣਾ ਗੁਰਜੀਤ ਸਿੰਘ ਹਰੰਨੀਆਂ ਯੂਪੀ ਚ ਚਾਰ ਮਿਲਾਂ ਇਹ ਤਾਂ ਕਾਂਗਰਸ ਪਾਰਟੀ ਦੇ ਅੰਦਰ ਭਾਜਪਾ ਦੇ ਬੰਦੇ ਨੇ ਹੂੰ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਤੁਹਾਨੂੰ ਅਮਿਤ ਬਹਾਦਰ ਦਾ ਚੇਤਾ ਉਹ ਇਹਨਾਂ ਦਾ ਖਾਨਸਾਮਾ ਇਹਨਾਂ ਦਾ ਰਸੋਈਆ ਤੇ ਉਹਦੇ ਨਾਂ ਦੇ ਉੱਤੇ ਇਹਨਾਂ ਨੇ ਹਾਲਾਂਕਿ ਬਾਅਦ ਵਿੱਚ ਉਸ ਕੇਸ ਦਾ ਕੀ ਬਣਿਆ ਇਨਕੁਆਇਰੀ ਦਾ ਆਪਾਂ ਸਿਰਫ ਜੋ ਸ਼ਬਦ ਉਹਨਾਂ ਨੇ ਲਿਖੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਬੜ ਰਹੇ ਆ ਫਿਰ ਉਹ ਕਹਿੰਦੇ ਇਹ ਤਾਂ ਭਾਈ ਪੈਸੇ ਦੇ ਦਮ ਤੇ ਚੋਣਾਂ ਜਿੱਤ ਜਾਂਦੇ ਆ ਮੁੜ ਕੇ ਫਿਰ ਇਹਨਾਂ ਨੇ ਆਪਣਾ ਕੰਮ ਜਿਹੜਾ ਖੰਡ ਮਿੱਲਾ ਆ ਮਿੱਲਾ ਰੇਤ ਦਾ ਕੰਮਕਮ ਕਰਨਾ ਹੁੰਦਾ ਰੇਤ ਮਾਫੀਆ ਤੱਕ ਕਹਿ ਦਿੱਤਾ ਹੁਣ ਇਹ ਉਹਨਾਂ ਨੇ ਇੱਕ ਗੱਲ ਮੈਂ ਤੇ ਉਸ ਗੱਲ ਨੂੰ ਹੈਰਾਨ ਸੀ ਜਿਹੜਾ ਉਹਦੇ ਵਿੱਚ ਉਹ ਵੀ ਪਾਇਆ ਨਾ ਸ਼ਬਦ 25 ਕਰੋੜ ਕਹਿੰਦੇ ਆਹ ਮਿਲ ਉਹਦੋਂ ਜਮਾ ਕਰਾਇਆ ਸੀਗਾ ਮੇਰਾ ਖਿਆਲ ਹੋ ਸਕਦਾ ਸ਼ਰਤ ਹੋਵੇ ਵੀ ਤੁਸੀਂ ਇਹ ਰੇਤ ਦਾ ਕਾਰੋਬਾਰ ਕਰਨਾ ਤੇ ਕੰਪਨੀ ਇਹਨੇ ਪੈਸੇ ਦੇਵੇ ਉਹ ਬੇਨਾਮੀ ਕੰਪਨੀ ਦਾ 25 ਕਰੋੜ ਕਹਿੰਦੇ ਪੰਜਾਬ ਸਰਕਾਰ ਕੋਲ ਅਜੇ ਤੱਕ ਜੱਫਤ ਆ ਉਹ ਕਿਸੇ ਨੇ ਮੜਾਇਆ ਹੀ ਨਹੀਂ ਮੁੜ ਕੇ ਵੀ ਕਿ ਇਹਦਾ ਕੇਦਾ ਨਹੀਂ ਆ ਤੇ ਉਹਦਾ ਜਵਾਬ ਤਾਂ ਚਾਹੀਦਾ ਮੈਨੂੰ ਇੱਕ ਖੈਰਾ ਸਾਹਿਬ ਦੀ ਉਹਦੇ ਵਿੱਚੋਂ ਨਾ ਹੋਰ ਗੱਲ ਵੀ ਨਿਕਲੀ ਉਹ ਕਹਿੰਦੇ ਮੈਂ ਤਾਂ ਬੜਾ ਹੈਰਾਨ ਆ ਕਿ ਇਹਨਾਂ ਨੂੰ ਮੰਤਰੀ ਬਣਾਇਆ ਤੁਸੀਂ ਕਹਿੰਦੇ ਜਦੋਂ ਮੁੱਖ ਮੰਤਰੀ ਬਦਲੇ ਆ ਉਹ ਕਈ ਮੰਤਰੀ ਕੱਢ ਦਿੱਤੇ ਜਿਨ੍ਹਾਂ ਦੇ ਉੱਤੇ ਕੱਲੇ ਇਲਜ਼ਾਮ ਸੀ ਤੇ ਜਿਨ੍ਹਾਂ ਦੇ ਖਿਲਾਫ ਸਬੂਤ ਨਹੀਂ ਉਹਨਾਂ ਨੂੰ ਤੁਸੀਂ ਮੰਤਰੀ ਬਣਾ ਲਿਆ ਅਸੀਂ ਨਹੀਂ ਕਹਿੰਦੇ ਸੁਖਪਾਲ ਸਿੰਘ ਖਹਿਰਾ ਸਾਹਿਬ ਕਹਿੰਦੇ ਆ ਹੁਣ ਇਹਦੇ ਵਿੱਚੋਂ ਨਵਤੇਜ ਸਿੰਘ ਚੀਮਾ ਸਾਹਿਬ ਲੈ ਲਓ ਉਹ ਕਹਿੰਦੇ ਦੇਖੋ ਸਿਆਣੇ ਬੰਦੇ ਨੇ ਬੜੇ ਚਿਰਾਂ ਤੋਂ ਸਿਆਸਤ ਦੇ ਵਿੱਚ ਨੇ ਰਾਣਾ ਗੁਰਜੀਤ ਸਿੰਘ ਕਹਿੰਦੇ ਮੈਂ ਤਾਂ ਉਹਨਾਂ ਨੂੰ ਕਹੀ ਨਾ ਕਿ ਤੁਸੀਂ ਐਂ ਕਰੋ ਬੇਟੇ ਆਪਣੇ ਨੂੰ ਲੜਾਓ ਤੁਸੀਂ ਕਪੂਰਥਲੇ ਤੋਂ ਨੌਜਵਾਨਾਂ ਨੂੰ ਹੁਣ ਮੌਕਾ ਦਿਓ ਮਥੇਰੀ ਰਾਜਨੀਤੀ ਕਰ ਲਈ ਤੁਸੀਂ ਹੁਣ ਜਿੰਨੀ ਕੁ ਕਰਨੀ ਸੀ ਇੱਧਰ ਵੀ ਨੌਜਵਾਨ ਖੜਾ ਹੋਊਗਾ ਉਧਰ ਵੀ ਨੌਜਵਾਨ ਖੜਾ ਹੋਊਗਾ ਤੁਸੀਂ ਬੇਟੇ ਆਪਣੇ ਦਾ ਭਵਿੱਖ ਬਣਾਓ ਵਧੀਆ ਨੂੰ ਕਪੂਰਥਲੇ ਤੋਂ ਚੋਣ ਲੜਾਓ ਐਵੇਂ ਸਿਟਿੰਗ ਐਮਐਲਏ ਨੇ ਹਲਕਿਆਂ ਦੇ ਵਿੱਚ ਦਖਲਅੰਦਾਜ਼ੀਆਂ ਬਹੁਤੀਆਂ ਨਹੀਂ ਕਰੀਦੀਆਂ ਇਹ ਸਾਰੇ ਬੰਦੇ ਕੌਣ ਨੇ ਤੁਹਾਨੂੰ ਯਾਦ ਹੋਏਗਾ ਇਹ ਕਿਹੜੇ ਕਿੱਥੋਂ ਨਿਕਲਦੀ ਐ ਸੁਖਪਾਲ ਸਿੰਘ ਖਹਿਰਾ ਨਵਤੇਜ ਸਿੰਘ ਚੀਮਾ ਜਲੰਧਰ ਦੇ ਕਈ ਹੋਰ ਐਮਐਲਏ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਆ ਜਦੋਂ ਲਿਸਟਾਂ ਕਲੀਅਰ ਹੋਈਆਂ ਤੇ ਸਾਰੇ ਬੰਦੇ ਨਵਜੋਤ ਸਿੰਘ ਸਿੱਧੂ ਦੇ ਕੋਲ ਗਏ ਸੀ ਕਿ ਰਾਣੇ ਗਰਜੀਤ ਸਿੰਘ ਨੂੰ ਮਨਿਸਟਰ ਨਾ ਬਣਨ ਦਿਓ ਹੂੰ ਦੁਆਬੇ ਦੇ ਬਹੁਤ ਸਾਰੇ ਵਿਧਾਇਕ ਇਕੱਠੇ ਹੋ ਕੇ ਗਏ ਸੀ ਕਿ ਰਾਣੇ ਗਰਜੀਤ ਸਿੰਘ ਨੂੰ ਮਨਿਸਟਰ ਨਾ ਬਣਨ ਦਿਓ ਪਰ ਭਾਈ ਅਗਲੇ ਮੰਤਰੀ ਬਣ ਕੇ ਆ ਗਏ ਤਾਂ ਕਿਤੇ ਨਾ ਕਿਤੇ ਤਾਂ ਮਨ ਦੇ ਵਿੱਚ ਹੋਏਗੀ ਨਾ ਕਿ ਭਾਈ ਸਾਡੀ ਉਹ ਤਾਂ ਸੁਣੀ ਨਹੀਂ ਸੀ ਗਈ ਤਾਂ ਹੁਣ ਅਸੀਂ ਏਦਾਂ ਸੁਣਾ ਦਿੰਨੇ ਆ ਨਹੀਂ ਨਹੀਂ ਹੈ ਉਹਨਾਂ ਨੇ ਹੁਣ ਦੇਖੋ ਦੁਆਬੇ ਦੀਆਂ 10 ਸੀਟਾਂ ਦਾ ਜ਼ਿਕਰ ਕੀਤਾ ਨਾ ਕਿ 10 ਸੀਟਾਂ ਦੇ ਪਾੜਾ ਪਾਇਆ ਤੇ ਇਹਨਾਂ ਦਾ ਪਾਇਆ ਹੁਣ ਪਾਇਆ ਨਹੀਂ ਪਾਇਆ ਇਹਦਾ ਜਵਾਬ ਤੇ ਕਾਂ ਜਾਫੇ ਕਾਂਗਰਸ ਪਾਰਟੀ ਦੇ ਪ੍ਰਧਾਨ ਜਨਨ ਪ੍ਰਧਾਨ ਸਿੱਧੂ ਸਾਹਿਬ ਪਰ ਮੈਨੂੰ ਲੱਗਦਾ ਵੀ ਸਿੱਧੂ ਸਾਹਿਬ ਕੋਲੇ ਹੋਰ ਹੀ ਬਥੇਰੇ ਕੰਮ ਨੇ ਕਿਉਂਕਿ ਇੱਕ ਇੱਕ ਮਿੰਟ ਜਦੋਂ ਤੁਸੀਂ ਕਹਿੰਦੇ ਮੈਨੂੰ ਚੇਤਾ ਆ ਗਿਆ ਮੈਨੂੰ ਸੀ ਕਿ ਇਧਰੋਂ ਤੁਸੀਂ ਜਿੱਧਰੇ ਪਾਸੇ ਤੁਰ ਪਣ ਲਗੇ ਮੁੜਿਆ ਨਹੀਂ ਜਾਣਾ ਹਲਾ ਉਹ ਰਾ ਵਨਵੇ ਠੀਕ ਹੈ ਠੀਕ ਹੈ ਆਪਾਂ ਥੋੜਾ ਜਿਹਾ ਗਰਦਾਸਪੁਰ ਫਿਰ ਚਲੀਏ ਜਿਲ੍ਹਾ ਗਰਦਾਸਪੁਰ ਤੋਂ ਜਾਣਾ ਹਾਂ ਕਾਦੀਆਂ ਤੁਹਾਨੂੰ ਪਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਸੀ ਕਿ ਮੈਂ ਚੱਲਿਆਂ ਕਾਦੀਆਂ ਦਿੱਲੀੋਂ ਮੇਰੇ ਆਪਣੇ ਲੋਕ ਮੇਰਾ ਆਪਣਾ ਹਲਕਾ ਉਥੋਂ ਚੋਣ ਲੜਾਂਗੇ ਗੱਲ ਕਿਹੜੀ ਹੈ ਫਤਿਹ ਕਿਤੋਂ ਹੋਰ ਲੜ ਲ ਫਤੇਜੰਗ ਸਿੰਘ ਬਾਜਵਾ ਸਾਹਿਬ ਕਹਿੰਦੇ ਸੀਗੇ ਕਿ ਮੈਂ ਤਾਂ ਕਾਦੀਆਂ ਦਾ ਐਮਐਲਏ ਆ ਭਾਜੀ ਹੁਣੀ ਵੱਡੇ ਲੀਡਰ ਨੇ ਵੱਡੇ ਲੀਡਰ ਤਾਂ ਪੰਜਾਬ ਦੇ ਵਿੱਚ ਕਿਤੋਂ ਵੀ ਚੋਣ ਲੜ ਸਕਦੇ ਵੱਡਾ ਦਿਲ ਦਿਖਾਉਣ ਹੁਣ ਉਹਨਾਂ ਨੇ ਫਤੇਜੰਗ ਸਿੰਘ ਬਾਜਵਾ ਦਾ ਇੱਕ ਬਿਆਨ ਆਇਆ ਤੇ ਬਿਆਨ ਬੜਾ ਤਿੱਖਾ ਹੈ ਉਹ ਕਹਿੰਦੇ ਜੇ ਕੈਪਟਨ ਅਮਰਿੰਦਰ ਸਿੰਘ ਵਰਗਾ ਲੀਡਰ ਅਮਰitsar ਤੋਂ অরুণ ਜੇਤਲੀ ਦੇ ਖਿਲਾਫ ਜਾ ਕੇ ਚੋਣ ਲੜ ਸਕਦਾ ਤੇ ਉਹਨੂੰ ਹਰਾ ਸਕਦਾ ਬਾਜਵਾ ਸਾਹਿਬ ਦਾ ਕਦ ਵੀ ਉੱਡਾ ਹੀ ਵੱਡਾ ਹੈ ਤੇ ਕਹਿੰਦੇ ਮੈਂ ਲੇਕਿਨ ਬਾਜਵਾ ਸਾਹਿਬ ਆ ਸੀਟ ਤਾਂ ਜਿੱਤੀ ਹੋ ਪਈ ਕਾਦੀਆਂ ਵਾਲੀ ਮੈਂ ਤੁਸੀਂ ਐ ਕਰੂ ਮਜੀਠੇ ਜਾਓ ਉਥੇ ਜਾ ਕੇ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਖਿਲਾਫ ਖੜੇ ਹੋਵੋ ਉਹਨਾਂ ਨੂੰ ਹਰਾ ਕੇ ਆਓ ਤੁਹਾਡਾ ਕਦ ਹੁਣ ਵੀ ਵੱਡਾ ਤੁਹਾਡਾ ਕਦ ਬਹੁਤ ਵੱਡਾ ਹੋਜੂ ਪਾਰਟੀ ਦੇ ਲਈ ਇੰਨਾ ਕਿ ਤਿਆਗ ਕਰੋ ਇੱਕ ਸੀਟ ਪਾਰਟੀ ਨੂੰ ਹੋਰ ਜਿੱਤ ਕਹਿੰਦਾ ਉਹ ਤੁਹਾਨੂੰ ਕੋਈ ਹਰਾਉਣਾ ਤੁਸੀਂ ਬਹੁਤ ਵੱਡੇ ਲੀਡਰਾਂ ਤੇ ਨਾਲ ਇਹ ਗੱਲ ਹੋਰ ਕਹਤੀ ਕਹਿੰਦੇ ਮੈਂ ਕਾਦੀਆਂ ਤੋਂ ਤਾਂ ਜਿੱਤਣਾ ਹੀ ਆ ਸਿਟਿੰਗ ਐਮਐਲਏਾਂ ਦੇ ਹਲਕਿਆਂ ਦੇ ਵਿੱਚ ਐਵੇਂ ਦਖਲਅੰਦਾਜ਼ੀ ਜਿਹੜੀ ਆ ਪਾਰਟੀ ਨੂੰ ਬਚਾਈਦਾ ਕਿ ਬੰਦ ਕਰਾਉਣ ਤੇ ਤੁਹਾਨੂੰ ਕਹਿੰਦੇ ਪਾਰਟੀ ਨੂੰ ਵੀ ਪਤਾ ਹੋਣਾ ਸ੍ਰੀ ਹਰਗੋਬਿੰਦਪੁਰ ਵਾਲੀ ਸੀਟ ਵੀ ਮੇਰੇ ਕਰਕੇ ਜਿੱਤ ਹੁੰਦੀ ਆ ਯਾਨੀ ਉਹਨਾਂ ਨੇ ਇਹ ਵੀ ਕਹਤਾ ਕਿ ਸੀਟਾਂ ਨਹੀਂ ਤਾਂ ਦੋ ਨਹੀਂ ਤਾਂ ਉਹ ਆ ਨਹੀਂ ਬੀ ਦਈਆਂ ਵੀਰ ਜੀ ਹੁਣ ਕਰਨ ਕੀ ਅਗਲੇ ਦੇਖੋ ਕਾਰਨ ਆ ਵੀ ਇਹ ਤੇ ਗੱਲ ਪੱਕੀ ਆ ਵੀ ਹੁਣ ਆ ਜਿੰਨੇ ਦਿਨ ਚੋਣ ਜਾਬਤਾ ਲੱਗਣ ਚ ਰਹਿ ਗਏ ਉਹਨੇ ਦਿਨ ਥੋੜੀ ਜਿਹਾ ਜੇ ਨੱਪਵੀਂ ਦੱਬਵੀਂ ਜੀ ਧੁਖਣੀ ਆ ਜਿੱਦਣ ਚੋਣ ਜਾਬਤਾ ਲੱਗ ਗਿਆ ਉਸ ਦਿਨ ਫਿਰ ਪੂਰੇ ਪਟਾਕੇ ਪੈ ਪੈ ਕੇ ਬਲਣੀ ਇਕਰਾ ਤੇ ਫਿਰ ਕੱਲਾ ਕੱਲਾ ਹੋ ਸਕਦਾ ਜੇ ਕਈ ਹਲਕਿਆਂ ਬਾਰੇ ਗੱਲ ਪਤਾ ਹੀ ਨਾ ਲੱਗਦੀ ਹੋਵੇ ਵਿੱਚ ਵਿੱਚ ਧੁਖਦੀ ਹੋਵੇ ਇਹ ਵੀ ਹੋ ਸਕਦਾ ਵੀ ਅੰਦਰ ਖਾਤੇ ਸੁਨੇਹ ਲੱਗੇ ਹੋਣ ਵੀ ਜਨਾਬ ਮੈਂ ਢੀਕਦਾ ਜੀ ਉਦਣੀ ਇਧਰੋਂ ਚੋਣ ਜਾਬਤਾ ਲੱਗਣਾ ਜੇ 4 ਵਜੇ ਲੱਗਿਆ 5 ਵਜੇ ਆ ਗਿਆ ਜੇ 5 ਵਜੇ ਲੱਗਿਆ ਮੈਂ 6 ਵਜੇ ਜੇ ਅਗਲੇ 8 ਵਜੇ ਵੀ ਲਾਤਾ ਨਾ 9 ਵਜੇ ਗੱਡੀ ਤੁਹਾਡੇ ਗੇਟ ਅੱਗੇ ਹੋਊਗੀ ਤੁਸੀਂ ਪ੍ਰਵਾਹ ਨਹੀਂ ਕਰਨੀ ਆਪਾਂ ਤੁਹਾਡੇ ਨਾਲ ਨਾਲ ਇਹ ਅਗਲੇ ਦਿਨ ਤੱਕ ਜਦੋਂ ਪਟਾਕਿਆਂ ਦੀਆਂ ਖਬਰਾਂ ਆਈਆਂ ਹੀਰਾਪਾ ਪ੍ਰਧਾਨ ਜੀ ਦੇ ਜਲਦੀ ਆਉਣ। ਹਾਂ ਨਹੀਂ ਬਿਲਕੁਲ ਜਾਣਾ ਪਊਗਾ ਪਰ ਮੈਂ ਸੋਚਦਾ ਸੀ ਕਿ ਬਾਜਵਾ ਸਾਹਿਬ ਨੂੰ ਹੋ ਸਕਦਾ ਉਹਨਾਂ ਦੇ ਸਾਥੀ ਬਾਜਵਾ ਸਾਹਿਬ ਮੈਨੀਫੈਸਟੋ ਕਿਦਾਂ ਉਹ ਕਹਿੰਦੇ ਯਾਰ ਮੈਨੀਫੈਸਟੋ ਤਾਂ ਬਣ ਰਿਹਾ ਸੀਟ ਵਾਲਾ ਕੰਮ ਹੋਊਗਾ। ਯੂ نو ਹੋਵੇ ਕਿ ਸਹੀ ਮੈਨੀਫੈਸਟੋ ਬਣਾਈ ਜਾਵਾ। ਆ ਨਹੀਂ ਦੇਖੋ ਕਾਰਨਾਵ ਹੀ ਐਸ ਵਕਤ ਇਹ ਪੇਚਾ ਜਿਹੜਾ ਇਹ ਤੰਗ ਤੇ ਆ ਕਰ ਰਿਹਾ। ਪਰ ਦੇਖੋ ਇਸ ਪੇਚੇ ਨੂੰ ਵੀ ਸੰਭਾਲਣਾ ਹੋਰ ਕਿੱਧਰ ਕਿੱਧਰ ਜਾਣ ਕਿ ਪ੍ਰਧਾਨ ਜੀ ਬਾਬਲ ਕਲਾਂ ਗਏ ਕਹਿੰਦੇ। ਗਏ ਕਿਉਂਕਿ ਉੱਥੇ ਜਿਹੜਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਧਰਨਾਮ ਕਿਸ਼ਨ ਭਗਵਾਨ ਸਿੰਘ ਹੋਰਾਂ ਦੇ ਸੁਪੁੱਤਰ ਸੁਖਰਾ ਉਹ ਕਹਿੰਦੇ ਵੀ ਯਾਰ ਹੱਦ ਹੋ ਗਈ 6 ਸਾਲ ਹੋ ਗਏ ਯਾਰ ਕਮਾਲ ਹੋ ਗਈ ਅਸੀਂ ਇਨਸਾਫ ਢੀਕਣ ਦੇ ਆ ਕੋਈ ਸਰਕਾਰ ਆਉਂਦੀ ਉਹ ਵਾਅਦਾ ਕਰਦੀ ਉਸ ਬਾਅਦ ਝੂਠਾ ਲੈ ਲੋ ਸੱਚਾ ਲੈ ਲੋ ਸਾਡੇ ਨਾਲ ਇਦਾਂ ਵੀ ਜਿਵੇਂ ਕੋਝਾ ਜਾਂ ਮਜ਼ਾਕ ਕਰਕੇ ਤੂੰਦ ਮਤ ਤੁਸੀਂ ਚਲੇ ਜਾਨੇ ਵੀ ਏਡੀਆਂ ਏਡੀਆਂ ਕੁਰਸੀਆਂ ਨੇ ਏਡੇ ਏਡੇ ਤੁਹਾਡੇ ਕੋਲੇ ਪਾਵਰਾਂ ਨੇ ਤੇ ਉਹ ਸਾਰੇ ਕੁਝ ਦੇ ਦੌਰਾਨ ਇਨਸਾਫ ਕਿਉਂ ਨਹੀਂ ਮਿਲਦਾ ਤੇ ਸਿੱਧੂ ਸਾਹਿਬ ਕਹਿੰਦੇ ਵੀ ਇਹ ਤੇ ਦਬਾਉਣਾ ਹੀ ਆਪਾਂ ਵਾਹ ਈ ਨਾ ਤੁਸੀਂ ਫਿਕਰ ਕਰੋ ਦਵਾਣਾ ਕਿਉਂ ਨਹੀਂ ਹਾਂ ਮੈਂ ਤੇ ਵਿਧਾਨ ਸਭਾ ਚ ਵੀ ਕਿਹਾ ਸੀ ਵੀ ਜੇ ਆਪਾਂ ਗੁਰੂ ਤੋਂ ਬੇਮਖ ਹੋ ਗਏ ਫਿਰ ਕੀ ਕਰਾਂਗੇ ਸੰਧਾਲੀਆ ਸਭ ਇਹ ਦੇਖੋ ਤੁਸੀਂ ਕਿ ਪਹਿਲੀ ਗੱਲ ਸੁਖਰਾਜ ਸਿੰਘ ਔਰੰਦਾ ਧਰਨਾ ਅੰਮ੍ਰਿਤਸਰ ਤੇ ਕਪੂਰਥਲਾ ਦੀ ਘਟਨਾ ਤੋਂ ਪਹਿਲਾਂ ਦਾ ਲੱਗਾ ਉਹ ਇਹਦੇ ਨਾਲ ਸੰਬੰਧ ਕੋਈ ਨਹੀਂ ਸੀ ਉਹ ਤਾਂ ਘਟਨਾਮਾ ਬਾਅਦ ਚ ਵਾਪਰ ਗਈਆਂ ਉਹ ਪਹਿਲਾਂ ਧਰਨੇ ਦੀ ਬਹੁਤੀ ਮੀਡੀਆ ਦੇ ਵਿੱਚ ਵੀ ਚਰਚਾ ਨਹੀਂ ਸੀ ਚੱਲੀ ਪਰ ਹੁਣ ਪੂਰੀ ਚੱਲੀ ਹੈ ਪਰ ਦੇਖੋ ਹਰ ਇੱਕ ਸਿਆਸੀ ਧਿਰ ਕਹਿੰਦੀ ਸੀ ਕਿ ਬਿਆਦਵੀ ਦੇ ਮੁੱਦੇ ਤੇ ਇਨਸਾਫ ਚਾਹੀਦਾ 15 ਤੋਂ ਲੈ ਕੇ ਹੁਣ ਤੱਕ ਇਨਸਾਫ ਮਿਲਿਆ ਕੋਈ ਨਹੀਂ ਪਰ ਉੱਥੇ ਨਹੀਂ ਸੀ ਢੁੱਕਿਆ ਕੋਈ ਉੱਥੇ ਕੋਈ ਨਾ ਗਿਆ ਸਿੱਧੂ ਸਾਹਿਬ ਗਏ ਜਾ ਕੇ ਉੱਥੇ ਬੈਠੇ ਵਿੱਚ ਤੇ ਕਹਿੰਦੇ ਜੀ ਆਪ ਹੀ ਆਇਆ ਮੈਂ ਮੈਨੂੰ ਭੇਜਿਆ ਭੂਜਿਆ ਨਹੀਂ ਕਿਸੇ ਨੇ ਕਦੇ ਇਹ ਨਾ ਸੋਚਿਓ ਸਰਕਾਰ ਨੂੰ ਹੁੰਦਾ ਹੀ ਆ ਮੈਂ ਆਪ ਆਇਆ ਕਿਉਂਕਿ ਗੁਰੂ ਤੋਂ ਬਿਨਾ ਕਦੇ ਜਦੋਂ ਤੁਸੀਂ ਕਿਹਾ ਉੱਥੇ ਫਿਰ ਉਹਨਾਂ ਨੇ ਇਹ ਕਿਹਾ ਕਹਿੰਦੇ ਜੀ ਦੇਖੋ ਗੱਲ ਇਹ ਹੈ ਇਨਸਾਫ ਮਿਲਣਾ ਚਾਹੀਦਾ ਉਹ ਫਿਰ ਉਹਨਾਂ ਕਹਿੰਦੇ ਜੀ ਆ ਮੁੰਡਿਆਂ ਦੇਖੋ ਨੌਕਰੀ ਨਹੀਂ ਮਿਲੀ ਅਜੇ ਤੱਕ ਤੇ ਉੱਥੇ ਚਰਚਾ ਪਤਾ ਕੀ ਚੱਲੀ ਉਹ ਕਹਿੰਦੇ ਜੀ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਕਿਹਾ ਸੀ ਕਿ ਇਨਸਾਫ ਦਵਾਉਣਾ ਹੀ ਦਵਾਉਣਾ ਹੀ ਜ਼ਰੂਰੀ ਹੈ ਕਹਿੰਦੇ ਅਸੀਂ ਉਹਨਾਂ ਦੇ ਕੋਲੇ ਮੁੰਡੇ ਨੂੰ ਭੇਜਿਆ ਸੀ ਕਿ ਭਾਈ ਇਹ ਪੀੜਤ ਪਰਿਵਾਰ ਦਾ ਹੈ ਬੇਅਦਬੀ ਵਾਲੇ ਮਸਲੇ 'ਚ ਕਹਿੰਦੇ ਜੀ ਕਹਿੰਦੇ ਉਹ ਉੱਥੇ ਲਾ ਦਿੰਨੇ ਆ ਤੇ ਰੁਪਈਆ ਮਲੂ ਤਨਖਾਹ 8000 ਉਹ ਕਹਿੰਦੇ 70 ਕਿਲੋਮੀਟਰ ਦੂਰ ਹੈ ਅੰਗ ਪੂਰੇ ਦੇ ਚਲਦੇ ਨਹੀਂ 70 ਕਿਲੋਮੀਟਰ ਜਾਊਗਾ 70 ਕਿਲੋਮੀਟਰ ਆਊਗਾ ਤੇ 8000 ਰੁਪਏ ਤਨਖਾਹ ਦੇਵੋਗੇ ਪੱਲਿਓ ਕਿੰਨੇ ਪਾਊਗਾ ਤੁਸੀਂ ਬਸ ਇੰਨਾ ਕ ਦੱਸ ਦਿਓ ਉਹ ਕਹਿੰਦੇ ਕੋਈ ਗੱਲ ਨਹੀਂ ਨੌਕਰੀ ਇਹਦੀ ਕਰਾਂਗੇ ਕੁਛ ਨਾਲ ਹੀ ਪਤਾ ਕਹਿੰਦੇ ਉਹਨਾਂ ਨੇ ਹੋਰ ਵੀ ਕਈ ਕੁਛ ਆਖਿਆ ਕਿ ਥੋੜੀ ਸਰਕਾਰ ਨੇ ਹੁਣ 3 ਮਹੀਨੇ ਇਹਨਾਂ ਨੂੰ ਵੀ ਹੋ ਗਿਆ ਉਹ ਕਹਿੰਦੇ ਜੀ ਦੇਖੋ ਮੇਰੇ ਕੋਲ ਹੈਗੀ ਜਨ ਸੈਕਟਰੀ ਲਾਉਣ ਦੀ ਪਾਵਰ ਮੇਰੇ ਕੋਲ ਹੈਗੀ ਜ਼ਿਲ੍ਹਾ ਪ੍ਰਧਾਨ ਲਾਉਣ ਦੀ ਪਾਵਰ ਉਧਰਲੇ ਪਾਸੇ ਪਾਵਰ ਆਪਣੇ ਕੋਲ ਹੀ ਅਜੇ ਹੈ ਨਹੀਂ ਆਰੇ ਸਾਹਿਬ ਤੁਹਾਨੂੰ ਮਿਲਣਾ ਚਾਹੀਦਾ ਮੈਂ ਆ ਗਿਆ ਕੋਈ ਹੋਰ ਆਇਆ ਤਾਂ ਨਹੀਂ ਕਿੰਦੇ ਤੁਹਾਡੇ ਕੋਲ ਉਹਨਾਂ ਨਾਂ ਨਹੀਂ ਲਿਆ ਕੇਦਾ ਸਿੱਧੂ ਸਾਹਿਬ ਨੇ ਪਰ ਉਹ ਸਾਫ਼ ਗਿਆ ਹੋਰ ਤਾਂ ਨਹੀਂ ਕੋਈ ਆਇਆ ਨਾ ਤੁਹਾਡੇ ਕੋਲ ਇਹ ਪਰ ਇੱਕ ਗੱਲ ਤੇ ਹੈਗੀ ਆ ਵੀ ਸਿੱਧੂ ਸਾਹਿਬ ਸਿਆਸਤਦਾਨ ਬਣ ਗਏ ਹਮਮਤਲਬ ਇਹ ਤੇ ਗੱਲ ਕਲੀਅਰ ਹੋ ਗਈ ਵੀ ਪਹਿਲਾਂ ਸਿੱਧੂ ਸਾਹਿਬ ਬਹੁਤਾ ਕਰਕੇ ਦਿਲੋਂ ਮਨੋਂ ਇਦਾਂ ਜਿਹਾ ਸਾਹਮਣੇ ਆਉਂਦੇ ਹੁੰਦੇ ਸੀ ਪਰ ਹੁਣ ਕਿਤੇ ਨਾ ਕਿਤੇ ਐਂ ਲੱਗਦਾ ਵੀ ਉਹਨਾਂ ਦੇ ਜਿਹੜੇ ਕਿਤੇ ਜਾਣਾ ਕਿਤੇ ਜਾ ਕੇ ਐਲਾਨ ਕਰਨਾ ਕਿਤੇ ਬਹਿਣਾ ਹੋਣ ਹੌਲੀ ਹੌਲੀ ਜਿੱਦਾਂ ਸਿਆਸਤਦਾਨ ਕਰਦੇ ਹੁੰਦੇ ਉਦਾਂ ਜਦੋਂ ਤੁਸੀਂ ਜ਼ਿਕਰ ਕੀਤਾ ਵੀ ਉਸ ਧਰਨੇ ਦਾ ਕਿਸ ਨੂੰ ਚੇਤਾ ਹੀ ਨਹੀਂ ਸੀ ਯਾਰ ਵੀ ਬੰਦੇ ਬੈਠੇ ਹੋ ਵਿਚਾਰੇ ਇਨਸਾਫ ਢੀਕਦੇ ਆ ਹੁਣ ਬਹਿਬਲ ਕਲਾ ਖੁਦ ਸਿੱਧੂ ਸਾਹਿਬ ਦਾ ਜਾਣਾ ਤੇ ਉੱਥੇ ਜਾ ਕੇ ਇਹ ਕਹਿਣਾ ਵੀ ਮੈਂ ਤੇ ਹੈਗਾ ਜੇ ਬਾਕੀ ਤੁਸੀਂ ਪੁੱਛ ਲਓ ਇਹ ਇੰਡਾਇਰੈਕਟ ਵੀ ਨਾਲ ਹੈ ਤੇ ਪ੍ਰੈਸ਼ਰ ਹੀ ਆ ਨਾ ਉਹਨਾਂ ਦੇ ਉੱਪਰ ਜਿਹੜੇ ਵਾਰ-ਵਾਰ ਸਰਕਾਰੀ ਦਰਬਾਰੇ ਬੈਠੇ ਨੇ ਜਿਨ੍ਹਾਂ ਦੇ ਕੋਲ ਪਾਵਰਾਂ ਨੇ ਉਹ ਤੇ ਸੋਚਣਗੇ ਨਾ ਵੀ ਯਾਰ ਹੱਦ ਹੋ ਗਈ ਸਾਡੀ ਪਾਰਟੀ ਦਾ ਪ੍ਰਧਾਨ ਉਹਨੂੰ ਉੱਥੇ ਜਾ ਕੇ ਬੈਠਾ ਯਾਰ ਕਰੀਏ ਕੀ ਗਵਾਪ ਕੀ ਲਈ ਹੈ ਨਾ ਇਹ ਵਾਲੀ ਜਿਹੜੀ ਮੇਰੇ ਖਿਆਲ ਨਾਲ ਸਿਆਸਤ ਹੈ ਉਹਨ ਵਾਲੀ ਵਾਲੀ ਸਿੱਧੂ ਸਾਹਿਬ ਕਰਨ ਲੱਗ ਪਏ ਤੁਸੀਂ ਦੇਖੋ ਸਥਾਨਕ ਲੀਡਰ ਵੀ ਕੋਈ ਨਾਲ ਨਹੀਂ ਸੀ ਇਹਦਾ ਮਤਲਬ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਵੀ ਪਤਾ ਕਿ ਭਾਈ ਜੇ ਕੇਜਰੀਵਾਲ ਅਨਾਉਂਸ ਕਰਦਾ ਕਿ ਮੈਂ ਫੁਲਾਣੀ ਜਗ੍ਹਾ ਚ ਗਿਆ ਨਾ ਪਹਿਲਾਂ ਕੋਈ ਬੰਦੇ ਚੱਲ ਜਾਂਦੇ ਜੇ ਮੈਂ ਅਨਾਉਂਸ ਕਰਕੇ ਗਿਆ ਤਾਂ ਪਹਿਲੇ ਕੋਈ ਨਾ ਕੋਈ ਪਹੁੰਚ ਨਾ ਜਾਵੇ ਫਿਰ ਇੱਥੇ ਹੋਵੇ ਦੇਖੋ ਕਿ ਨਵਜੋਤ ਸਿੰਘ ਨੂੰ ਸ਼ਾਇਦ ਪਹਿਲੀ ਵਾਰ ਨਹੀਂ ਗਿਆ ਉਹ ਇੱਕ ਦੋ ਵਾਰ ਗੁਰੂ ਘਰ ਦੇ ਵਿੱਚ ਅਚਾਨਕ ਸਵੇਰੇ ਸਵੇਰੇ ਢੇੜਾ ਪਹਿਲਾਂ ਵੀ ਮਾਰ ਕੇ ਆਏ ਆ ਜੂਨ ਚ ਵੀ ਗਏ ਸੀ ਜਦੋਂ ਜਦੋਂ ਉਹ ਦਿਨ ਸੀਗਾ ਜਦੋਂ ਸਰੂਪ ਚੋਰੀ ਹੋਇਆ ਤੇ ਬਾਕੀ ਲੀਡਰਾਂ ਨੂੰ ਉਹਦੇ ਵੀ ਚੇਤਾਪੁਰ ਅਸੀਂ ਨਹੀਂ ਕਹਿੰਨੇ ਦਿਲੋਂ ਜਾਂਦੇ ਉੱਪਰੋਂ ਜਾਂਦੇ ਕਿੱਦਾਂ ਜਾਂਦੇ ਸਿਆਸਤਦਾਨ ਨੇ ਭਾਈ ਪਰ ਜੇ ਪਹੁੰਚੇ ਆ ਮੈਨੂੰ ਲੱਗਦਾ ਹੈ ਕਿ ਹੁਣ ਕਈਆਂ ਨੂੰ ਹੋਰਾਂ ਨੂੰ ਜਾਣਾ ਪਊਗਾ ਜੇ ਜਾਣਾ ਪਊਗਾ ਤੇ ਆਖਰਕਾਰ ਹੁਣ ਉੱਥੇ ਲੋਕ ਸਵਾਲ ਕਰਦੇ ਸੀ ਨਾ ਜੀ ਪਾਵਰ ਤਾਂ ਤੁਹਾਡੇ ਕੋਲ ਹੈਗੀ ਆ ਨਹੀਂ ਤਾਕਤ ਤਾਂ ਤੁਹਾਡੇ ਕੋਲ ਹੈਗੀ ਆ ਕਰਾ ਤੁਸੀਂ ਸਕਦੇ ਆ ਕਿਉਂਕਿ ਉੱਥੇ ਜਾਣਾ ਇਡਾ ਵੀ ਖਤਰੇ ਤੋਂ ਖਾਲੀ ਨਹੀਂ ਸੀਗਾ ਕੀ ਪਤਾ ਅਗਲੇ ਕਿਦਾਂ ਦਾ ਸਵਾਗਤ ਕਰਦੇ ਕੀ ਪਤਾ ਅਗਲੇ ਕਿਦਾਂ ਦੇ ਸਵਾਲ ਪੁੱਛਦੇ ਅਗਲੇ ਵੀ ਕਹਿ ਸਕਦੇ ਜੀ ਨਹੀਂ ਤੁਹਾਡੇ ਉਹ ਪ੍ਰਧਾਨਗੀ ਤੁਸੀਂ ਵਾ ਦਿਓ ਹੂੰ ਕੁਝ ਵੀ ਕਹਿ ਸਕਦੇ ਸੀ ਖਤਰਾ ਥੋੜਾ ਜਿਹਾ ਮੁੱਲ ਲਿਆ ਪਰ ਬਾਕੀਆਂ ਤੋਂ ਨੰਬਰ ਇਸ ਮੁੱਦੇ ਤੇ ਲੈ ਗਏ ਹਾਂ ਵਧੀਆ ਨੰਬਰ ਤਾਂ ਲੈ ਸਕਦੇ ਆ ਜੇ ਜਾ ਕੇ ਹੁਣ ਸਪਸ਼ਟ ਰੂਪ ਦੇ ਵਿੱਚ ਕਹਿਣ ਕਿ ਭਾਈ ਦੱਸੋ ਉਸ ਮੁੱਦੇ ਦਾ ਕਰਦੇ ਕੀ ਹਾਂ ਜੇ ਉਹ ਕਾਇ ਵੀ ਦੇਣ ਤਾਂ ਜਿਨ੍ਹਾਂ ਨੇ ਅਗਲਾ ਨਹੀਂ ਜੋ ਕੋਈ ਸਪਸ਼ਟ ਜਵਾਬ ਨਾ ਦਿੱਤਾ ਤੇ ਫਿਰ ਕੀ ਕਰਨਗੇ ਦੇਖੋ ਮੇਰਾ ਇਹ ਗੱਲ ਇਹ ਆ ਜੇ ਐਡਵੋਕੇਟ ਜਨਰਲ ਬਦਲ ਸਕਦਾ ਹੈ ਜੇ ਡੀਜੀਪੀ ਬਦਲ ਸਕਦਾ ਹੈ ਜੇ ਬਾਕੀ ਬਹੁਤ ਕੁਝ ਹੋ ਸਕਦਾ ਹੈ ਹੂ ਇਧਰਲੇ ਪਾਸੇ ਵੀ ਸਕਦਾ ਮੈਨੂੰ ਲੱਗਦਾ ਕਿ ਮੁੱਦਾ ਚੱਕ ਲੈਣਾ ਜੀ ਕੀ ਪਤਾ ਇਸੇ ਕਰਕੇ ਨਹੀਂ ਗਏ ਕਿ ਚਲੋ ਇੱਕ ਵਾਰ ਥੋੜਾ ਦਬਾਜ ਆ ਦੇ ਬਣੇ ਵਾਕੀ ਚਲੋ ਸਿੱਧੂ ਸਾਹਿਬ ਇਧਰ ਤਾਂ ਚੱਲ ਗਏ ਜਿੱਦਾਂ ਆਪਣੀ ਪੋਲੀਟੀਕਲ ਪਾਰਟੀ ਜਿਹੜੀ ਕਾਂਗਰਸ ਪਾਰਟੀ ਉਹਦੇ ਵਿੱਚ ਦਬਾਅ ਬਣਾਉਂਦੇ ਆ ਪਰ ਐ ਜੇ ਕਿਉਂ ਹੋ ਗਿਆ ਵੀ ਜਿਹੜਾ ਪਿਛਲੀ ਵਾਰ ਇਲੈਕਸ਼ਨ ਜਿੱਤਿਆ ਸੀ ਬੰਦਾ ਵੀ ਦਬਦਾ ਕਿੱਥੇ ਆ ਗਾਣੇ ਦੇ ਨਾਲ ਉਹ ਅੱਜਕੱਲ ਦਬਾਉਣ ਨੂੰ ਫਿਰਦਾ ਲੱਗਦਾ ਕਿਉਂਕਿ ਉਹਨਾਂ ਜੀ ਹਸਾਬ ਨਾਲ ਟਵਿੱਟਰ ਟਵੀਟੀ ਹੋ ਕੇ ਕਿਹਾ ਵੀ ਭਾਜੀ ਡਰਦੇ ਜੇ ਹੀ ਕਾ ਮੇਰੇ ਕੋਲ ਨਹੀਂ ਵੇ ਇੱਕ ਈ ਦੀ ਗੱਲ ਹੋ ਗਈ ਦੱਸੋ ਪਤਾ ਤੇ ਲੱਗੀ ਨਹੀਂ ਭਗਵੰਤ ਮਾਨ ਨੇ ਜਿੱਦਾਂ ਹੁਣ ਕਿਹਾ ਨਾ ਕਿਉਂਕਿ ਜਿੱਥੇ ਜਾਂਦੇ ਹੁਣ ਪਾਸ਼ਣੀ ਉਤੋਂ ਸਟਾਰਟ ਕਰਦੇ ਤੁਸੀਂ ਇਹ ਦੇਖੋ ਗੱਲ ਕਿੱਥੋਂ ਸ਼ੁਰੂ ਹੋਈ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਗੁਰੀਲਾ ਸਿਆਸੀ ਯੁੱਧ ਸ਼ੁਰੂ ਕੀਤਾ ਨਾ ਕਿ ਕਦੇ ਡਿਸਪੈਂਸਰੀ ਕਦੇ ਸਕੂਲ ਕਦੇ ਕੁਸ਼ੂਰ ਕਦੇ ਹਜ਼ਾਰ ਰੁਪਈਆ ਦੇਣਾ ਸਿੱਧੂ ਸਾਹਿਬ ਨੇ ਚੁਣੌਤੀ ਦੇ ਦਿੱਤੀ ਕਹਿੰਦੇ ਕੇਰੀਓ ਸਾਹਿਬ ਬੈਸ ਹੀ ਕਰ ਲਓ ਫੇ ਈ ਗੱਲ ਹੈ ਡਿਵੈਲਪਮੈਂਟ ਦੇ ਮੁੱਦੇ ਦੇ ਉੱਤੇ ਗੱਲ ਕਰਨੀ ਤੁਸੀਂ ਦਿੱਲੀ ਮਾਡਲ ਲੈ ਕੇ ਆਓ ਮੈਂ ਪੰਜਾਬ ਮਾਡਲ ਮੂਰੇ ਪੇਸ਼ ਕਰਦਾ ਈ ਕੇਜਰੀਵਾਲ ਸਾਹਿਬ ਨੇ ਫਿਰ ਪਿਛਲੇ ਦਿਨੀ ਕਹਿਤਾ ਹਰਿਆਰੀ ਕਹਿੰਦੇ ਆ ਭਗਵੰਤ ਭਗਵੰਤ ਕਰਨਗੇ ਆਪਸੇ ਪਤਾ ਪੰਜਾਬ ਕੇ ਅਧਿਐਖੋ ਜੇ ਵੀ ਪੰਜਾਬ ਕੇ ਅਧਿਐਖ ਹੈ ਅਧਿਐਖ ਸੇ ਅਧਿਐਖ ਦੀ ਬਾਤ ਕਰਨਗੇ ਸਾਰਾ ਦਿੱਲੀ ਵਾਲਾ ਮਾਡਲ ਇਨੇ ਪਤਾ ਹੈ ਉਹਦੇ ਤੋਂ ਬਾਅਦ ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਚਾਰ ਇਲਜ਼ਾਮ ਲਾਏ ਸੀ ਉਹ ਕਹਿੰਦੇ ਦੇਖੋ ਕੇਜਰੀਵਾਲ ਸਾਹਿਬ ਬਹਿਸ ਤਾਂ ਹੋਣੀ ਹੈ ਤੁਹਾਡੇ ਨਾਲ ਭਗਵੰਤਮਾਨ ਨਾ ਨਹੀਂ ਹੋਣੀ ਭਗਵੰਤਮਾਨ ਦੇ ਬਾਰੇ ਇੱਕ ਵੀ ਸ਼ਬਦ ਮਾੜਾ ਨਹੀਂ ਲਿਖਿਆ ਸਿੱਧੂ ਨੇ ਪਹਿਲੀ ਗੱਲੇ ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਜੀ ਸਿੱਧਾ ਸਪਸ਼ਟ ਲਿਖਿਆ ਕਹਿੰਦੇ ਜੀ ਬਾਦਲਾਂ ਦੀਆਂ ਬੱਸਾਂ ਨੂੰ ਦਿੱਲੀ ਦੇ ਹਵਾਈ ਅੜੇ ਤੱਕ ਪਰਮਟ ਦਿੱਤੇ ਭਗਵੰਤ ਨੇ ਨਹੀਂ ਦਿੱਤੇ ਤੁਸਾਂ ਜਾਂ ਤੁਹਾਡੀ ਸਰਕਾਰ ਨੇ ਦਿੱਤੇ ਫਿਰ ਪੰਜਾਬ ਦੇ ਇੱਕ ਫਰੀਦਕੋਟ ਵਾਲੇ ਪਾਸੇ ਦੇ ਸਿਆਸਤਦਾਨ ਦਾ ਜ਼ਿਕਰ ਕਰਕੇ ਕਿਹਾ ਕਿ ਭਾਈ ਦਿੱਲੀ ਦੇ ਵਿੱਚ ਇਹ ਸ਼ਰਾਬ ਦਾ ਕਾਰੋਬਾਰ ਉਹਨਾਂ ਦੇ ਨਾਲ ਸਾਂਝਾ ਚੱਲਦਾ ਭਗਵੰਤ ਦਾ ਨਹੀਂ ਚੱਲਦਾ ਤੁਹਾਡੇ ਵਾਲੇ ਪਾਸੇ ਹੁਣ ਫਿਰ ਇਹ ਵੀ ਕਹਿ ਦਿੱਤਾ ਉਹ ਕਹਿੰਦੇ ਜੀ ਹੋਰ ਬਹੁਤ ਕੁਝ ਹੈ ਦਿੱਲੀ ਦੇ ਵਿੱਚ ਜਿਹੜਾ ਕਰਨਕੱਤਰ ਨਾਲ ਗੱਲ ਕਰਨ ਵਾਲੀ ਹੈ ਉਹ ਬਿਲਕੁਲ ਨਹੀਂ ਭਗਵੰਤ ਨੇ ਕੀਤਾ ਉਹ ਜੇ ਕੀਤਾ ਉਹ ਤਾਂ ਤੁਸੀਂ ਕੀਤਾ ਤੇ ਮਿਸਟਰ ਪਖੰਡੀ ਸ਼ਬਦ ਵਰਤੇ ਆ ਮਿਸਟਰ ਪਖੰਡੀ ਐਵੇਂ ਗੱਲ ਨੂੰ ਸੱਜੇ ਖੱਬੇ ਨਾ ਕਰੋ ਜੇ ਤੁਹਾਡੇ ਕੋਲੇ ਹੈਗਾ ਕਿ ਦਿੱਲੀ ਵਾਲੇ ਮਾਡਲ ਦੇ ਵਿੱਚ ਕੁਝ ਹੈਗਾ ਤੇ ਫਿਰ ਆਓ ਇਧਰਲੇ ਪਾਸੇ ਆਓ ਇਹਦੇ ਤੋਂ ਬਾਅਦ ਫਿਰ ਭਗਵੰਤ ਮਾਨ ਸਾਹਿਬ ਦੀ ਗੱਲ ਆਈ ਉਹ ਕਹਿੰਦੇ ਯਾਰ ਐਵੇਂ ਨਾ ਡਰੋ ਨਾ ਸਿੱਧੂ ਸਾਹਿਬ ਭਾਈ ਹਾਂ ਭਾਈ ਇਦਾਂ ਕਿਉਂ ਇਦਾਂ ਕਿਉਂ ਨਾ ਆ ਜੋ ਮੜਿਆ ਥਾਂ ਦੱਸੋ ਨਹੀਂ ਇੱਕ ਇੱਕ ਗੱਲ ਤੇ ਹੈਗੀ ਐ ਇਹਦੇ ਵਿੱਚ ਮੇਰੇ ਖਿਆਲ ਨਾਲ ਹੋ ਸਕਦਾ ਵੀ ਮਾਨ ਸਾਹਿਬ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਮੈਂ ਜਵਾਬ ਦੇਣਾ ਕਿ ਨਹੀਂ ਦੇਣਾ ਜਾਂ ਗੱਲ ਹੋਣੀ ਕਿ ਨਹੀਂ ਹੋਣੀ ਹਾਲਾਂਕਿ ਉਹਨਾਂ ਨੇ ਆਪਣੇ ਨਾਲ ਨੂੰ ਕਿਹਾ ਵੀ ਬਹਿਸ ਦੇ ਵਿੱਚ ਮੇਰੇ ਕੋਲੋਂ ਸਿੱਧੂ ਸਾਹਿਬ ਨਹੀਂ ਜਿੱਤ ਸਕਦੇ ਆਮ ਆਦਮੀ ਪਾਰਟੀ ਵੱਲੋਂ ਇਹ ਗੱਲ ਕਹੀ ਗਈ ਕਿ ਭੀ ਸਿੱਧੂ ਸਾਹਿਬ ਉਹਨਾਂ ਭਾਈਦੇ ਆ ਕਿਉਂਕਿ ਪਹਿਲਾਂ ਉਹਨਾਂ ਨੇ ਕਹਿਦਾ ਵੀ ਮੈਂ ਬਹਿਸ ਕਰਨੀ ਹਾਂ ਤੇ ਨਾਲੇ ਉਹਨਾਂ ਨੇ ਇਹ ਵੀ ਗੱਲ ਅਹੀਂ ਤੇ ਕਹਿੰਦੇ ਪ੍ਰਗਟ ਸਿੰਘ ਨੂੰ ਕਿਹਾ ਸੀ ਉਹ ਕਢਾਏ ਉਹ ਪੀ ਸੋਨੀ ਸਾਹਿਬ ਨੂੰ ਕਿਹਾ ਉਹ ਕਢਾਏ ਹੁਣ ਕਹਿੰਦੇ ਸਿੱਧੂ ਸਾਹਿਬ ਨੂੰ ਕਿਹਾ ਉਹ ਕਿਹੜਾ ਆਉਣ ਨੂੰ ਫਿਰਦੇ ਨੇ ਇਹ ਤਾਂ ਇਸ ਕਰਕੇ ਆ ਵੀ ਕਿਉਂਕਿ ਅਸੀਂ ਗੱਲ ਕਰਨੀਆਂ ਤੱਥਾਂ ਤੇ ਇਹਨਾਂ ਕੋਲੇ ਤੱਥ ਐ ਨਹੀਂ 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 ਤੁਸੀਂ ਪ੍ਰਗਟ ਸਿੰਘ ਦੀ ਗੱਲ ਇਦਾਂ ਨਹੀਂ ਪ੍ਰਗਟ ਸਿੰਘ ਵੀ ਹੁਣ ਆਏ ਨੇ ਉਹ ਕਹਿੰਦੇ ਕੇਜੂਵਾ ਸਾਹਿਬ ਕਰੋ ਸਿੱਧੂ ਭਾਈ ਨਾਲ ਗੱਲ ਕਰੋ ਸਿੱਧੂ ਭਾਈ ਨਾਲ ਗੱਲ ਸਿੱਧੂ ਸਾਹਿਬ ਸਾਡੀ ਪਾਰਟੀ ਕਿਸੇ ਨੂੰ ਗੱਲ ਨਹੀਂ ਆਉਣ ਦਿੰਦੇ ਨਹੀਂ ਚੱਕ ਰਹਿਣਾ ਹੁਣ ਇੱਥੇ ਇੱਕ ਗੇਮ ਹੋ ਰਹੀ ਜਿਹੜੀ ਕਿ ਚਲਦੀ ਹੁੰਦੀ ਆ 올 ਓਵਰ ਇੰਡੀਆ ਹੀ ਚਲਦੀ ਆ ਉਹਨਾਂ ਹਰੇਕ ਲੀਡਰ ਇਹ ਚੀਜ਼ ਜ਼ਰੂਰ ਦੇਖਦਾ ਵੀ ਮੇਰਾ ਕਦ ਕਿ ਇਸ ਲੀਡਰ ਦੇ ਬਰਾਬਰ ਹੈ। ਹੁਣ ਇਹ ਦੀ ਗੱਲ ਪੱਕੀ ਆ ਵੀ ਭਾਈ ਸਾਹਿਬ ਹੁਣ ਜੇ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲਦੀ ਹੈ ਅਗਲੇ ਕਹਿੰਦੇ ਭਗਵੰਤ ਮਾਨ ਜੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਚਲੋ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਗੱਲ ਮੰਨ ਲੀਨੇ ਸੱਚੀ ਵੀ ਸਿੱਧੂ ਸਾਹਿਬ ਕਹਿੰਦੇ ਮੈਂ ਮੁੱਖ ਮੰਤਰੀ ਬਣਨਾ ਹੈ ਨਾ ਹੁਣ ਦੋ ਮੁੱਖ ਮੰਤਰੀ ਲੈਵਲ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਬਹਿਸ ਆਪਸ ਦੇ ਵਿੱਚ ਹੋਣੀ ਚਾਹੀਦੀ ਹੈ। ਸੋ ਮੈਨੂੰ ਲੱਗਦਾ ਵੀ ਜੇ ਇੱਥੇ ਜਾ ਕੇ ਹੋਣਾਵੇਂ ਸਿੰਘ ਡਾਉਣ ਨਾਲੋਂ ਚੰਗਾ ਵੀ ਇੱਕ ਰਾਂ ਕਾਰ ਹੀ ਲਈ ਜਾਵੇ। ਸਭ ਕੁ ਵਧੀਆ ਵੀ ਜੇ ਮੰ ਪੇਗੰਦ ਮਾਨ ਕੋਲੇ ਤੱਥ ਨਹੀਂ ਹੋਣੇ ਉਹਦੇ ਕੋਲੋਂ ਜਵਾਬ ਦਿੱਤਾ ਨਹੀਂ ਜਾਣਾ ਤੇ ਕੀ ਪਤਾ ਕੰਮ ਨਹੀਂ ਨਹੀਂ ਮੈਂ ਤਾਂ ਦੇਖੋ ਤੁਸੀਂ ਫੇਰ ਕਹਿਣਾ ਕਿ ਗੱਲ ਉਲਝਾਉਂਦਾ ਮੈਂ ਤਾਂ ਕਹਿਣਾ ਕਿ ਕਰ ਲੈਣ ਬੈਸ ਵਿੱਚ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਵੀ ਲੈਣ ਤੇ ਕੈਪਟਨ ਸਾਹਿਬ ਨੂੰ ਵੀ ਲੈਣ ਕਿਉਂਕਿ ਕੈਪਟਨ ਸਾਹਿਬ ਕੋਈ ਤਾਂ ਮਾਡਲ ਹੈ ਨਾ ਇੱਕ ਸਾਰੇ ਬੰਦਿਆਂ ਦੇ ਮਾਡਲ ਜਿਹੜੇ ਅਸੀਂ ਇਕੱਠੇ ਮੁੜ ਕੇ ਤੁਸੀਂ ਕੱਲ ਉਹ ਦੋ ਬੰਦੇ ਕਿੰਨੇ ਜਗ੍ਹਾ ਦੇ ਇੱਕੋ ਮੈਦਾਨ ਦੇ ਵਿੱਚ ਨਾ ਜੇ ਤਿੰਨ ਜਗ੍ਹਾ ਮੈਚ ਹੋਈ ਜਾਣ ਤਾਂ ਦਰਸ਼ਕ ਨੂੰ ਸਮਝ ਨਹੀਂ ਆਉਂਦੀ ਕਿੱਧਰ ਦੇਖੀਏ ਨਹੀਂ ਪਰ ਸੁਖਵੀਰਵਾਲ ਸਾਹਿਬ ਨਾਲ ਮਿਲਣ ਲੱਗਦਾ ਵੀ ਵੱਡੇ ਬਾਲ ਸਾਹਿਬ ਨੂੰ ਲੈਣਾ ਚਾਹੀਦਾ ਉਹ ਨਹੀਂ ਨਹੀਂ ਜਦੋਂ ਉਹਨੇ ਜਿੱਤ ਜਾਣੀ ਉਹਨਾਂ ਨੇ ਤੁਸੀਂ ਦੇਖੋ ਜਦੋਂ ਉਹਨੇ ਆਉਣਾ ਸਾਰਿਆਂ ਬੋਲਣਾ ਇਹਨੇ 10 ਮਿੰਟ ਲਾਉਣੇ ਉਹਨੇ 15 ਲਾਉਣੇ ਉਹਨੇ 20 ਲਾਉਣਿਆ ਕਾਕਾ ਕਿਉਂ ਐਵੇਂ ਕਮਲੀਆਂ ਮਾਰਦੇ ਨੇ ਹੈ ਤੁਸੀਂ ਉਦੋਂ ਛੂਟੇ ਸੀ ਛੂਟੇ ਸੀ ਤੁਸੀਂ ਤੁਹਾਨੂੰ ਕੀ ਪਤਾ ਵੀ ਪੰਜਾਬ ਚ ਕੀ ਕੁਛ ਅਹੀਂ ਸਹਿਆ ਅਹੀਂ ਜੇਲਾਂ ਕਟੀਆਂ ਕਾਕਾ ਚਲੋ ਛੱਡੋ ਹਣ ਕਿਆ ਐਵੇਂ ਲੜਾਈ ਚ ਕੁਝ ਨਹੀਂ ਰੱਖਿਆ ਚਾਹ ਮਗਾਈਏ ਚਾਹ ਮਗਾਈਏ ਪਕੌੜੀ ਮਗਾਈਏ ਥੋੜੀ ਥੋੜੀ ਆ ਜਾ ਸੇਵਾ ਕਰੋ ਸੰਧਾਲੀਆ ਸਭ ਮੈਂ ਸੋਚਦਾ ਹਾਂ ਕਿ ਮੰਨ ਲਓ ਇੱਕ ਸਟੇਜ ਲੱਗੀ ਉੱਥੇ ਸਾਰੇ ਲੀਡਰ ਸਦੇ ਆ ਉਧਰੋਂ 2 3 4 ਗੱਡੀਆਂ ਆਉਂਦੀਆਂ ਪਤਾ ਨਹੀਂ ਲੱਗਣਾ ਕਿਹਨਾ ਕੋਣ ਸਿੱਧੂ ਸਾਹ ਬੰਦੇ ਆ ਭਗਵੰਤ ਮਾਨ ਆਂਦੇ ਆ ਕੈਪਟਨ ਸਾਹ ਬੰਦੇ ਆ ਇਧਰੋਂ ਵੀ ਨਹੀਂ ਪਤਾ ਲੱਗਣਾ ਪਰ ਇੱਕ ਪਾਸੇੋਂ ਪਤਾ ਲੱਗ ਜਾਣਾ ਪਤਾ ਕਿ ਹਉਣੀ ਕਿਉਂਕਿ ਮੋਰੇ 15 16 ਮੋਟਰਸਾਈਕਲ ਹੋਣਿਆ ਤੇ ਹੁਣ ਵੀਰ ਸੁਖਦੀਪ ਕਿਉਂ ਗੋਣ ਨੇ ਜਿਹੜਾ ਹੁਣ ਗੀਤ ਕੱਢਿਆ ਨਾ ਵਾਕਿਆ ਜੀ ਆ ਵੀਰ ਸੁਖਦੀਪ ਚਲੋ ਆਪਾਂ ਹੁਣ ਥੋੜੀ ਜਿਹੀ ਗੱਲ ਇੱਕ ਹੋਰ ਬੇਨਤੀ ਸੀ ਇਹ ਨਾ ਮਿਲਦਾ ਵੀ ਜਿੰਨੇ ਵੀ ਲਿਖਿਆ ਹੋ ਹਾਂ ਜਦੋਂ ਹੋ ਸਕਦਾ ਸੁਖਵੀਰਵਾਲ ਸਾਹਿਬ ਨੂੰ ਪਹਿਲਾਂ ਸਕ੍ਰਿਪਟ ਤੇ ਵਿਖਾਈ ਹੋ ਵੀ ਸਾਰਾ ਗਾਣਾ ਜੀ ਦੇਖੋ ਫਾਈਨਲ ਕਰ ਦ ਉਹ ਨਾ ਉਸੇ ਵੇਲੇ ਫਾਈਨਲ ਕਰਤਾ ਹਣਾ ਕਿਉਂਕਿ ਦੇਖੋ ਵੀਰ ਕਿਹਾ ਗਿਆ ਨਾ ਸੁਖਣਾ ਹੁਣ ਦਾੜੀ ਸਾਰੀ ਚਿੱਟੀ ਹੋ ਗਈ ਉਹਦੇ باوجود ਅਗਲਾ ਵੀਰ ਸੁਖਵੀਰ ਕਹਿੰਦੇ ਨੇ ਫਿਰ ਨਹੀਂ ਚਲੋ ਦੇਖੋ ਇੰਨੀ ਗਲਤ ਹੈਗੀ ਆ ਵੀ ਲੱਗਿਓ ਸਾਰੇ ਆਪੋ ਆਪਣੀ ਤਾਕਤ ਨਾਲ ਪਰ ਇੱਕ ਥੋੜਾ ਜਿਹਾ ਹੈ ਗਿਲਾ ਕਾਦਾ ਗਿਲਾ ਕਾਦਾ ਆ ਥੋੜਾ ਜਿਹਾ ਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਉਹ ਵਾਤਾਵਰਣ ਦੇ ਮੁੱਦੇ ਤੇ ਲੱਗੇ ਨੇ ਸ਼ਾਇਦ ਹੋ ਸਕਦਾ ਪੰਜਾਬ ਦੇ ਲੀਡਰਾਂ ਨੂੰ ਚੇਤਾ ਭੁੱਲ ਗਿਆ ਹੋਵੇ ਕਿ ਬਾਬਾ ਸੇਵਾ ਸਿੰਘ ਖਡੂਰ ਸਾਹ ਵਾਲੇ ਕੌਣ ਨੇ ਡਾਕਟਰ ਇੰਦਰਜੀਤ ਕੌਰ ਪਿੰਗਲਾੜ ਵਾਲੇ ਕੌਣ ਨੇ ਬਾਬਾ ਲੁਈ ਸਿੰਘ ਸੀਚੇੜ ਕੌਣ ਨੇ ਕਾਨ ਸਿੰਘ ਪੰਨੂ ਤੇ ਗਿਆਨੀ ਕੇਵਲ ਸਿੰਘ ਹੋਰਾਂ ਦਾ ਤਾਂ ਜੇ ਚੇਤਾ ਹੁਣ ਕਾਹਨੂੰ ਰੱਖਣਗੇ ਜੇ ਉੱਪਰਲੇ ਤਿੰਨਾਂ ਦਾ ਨਹੀਂ ਚੇਤਾ ਵੈਸੇ ਤੁਸੀਂ ਮੈਨੂੰ ਲੀਡਰ ਬਣਾ ਦਿੱਤਾ ਮੈਂ ਆਪਣੇ ਲੀਡਰ ਭਾਈਚਾਰੇ ਦੇ ਲੈਵਲੋਂ ਕੱਲ ਬਿਆਨ ਦੇ ਦਿੱਤਾ ਹੈ ਕਿ ਉਹਨਾਂ ਨੇ ਇਹ ਜਾਣਾ ਨਹੀਂ ਕੋਈ ਨਹੀਂ ਮੈਨੂੰ ਮਾਣ ਸੀ ਉਹਨਾਂ ਤੇ ਹੁਣ ਅਸੀਂ ਲਿਆਉਣਾ ਮੇਰਾ ਮਾਣ ਰੱਖਿਆ ਤੁਹਾਡਾ ਮਾਣ ਰੱਖਿਆ ਤੇ ਉਹਨਾਂ ਹੀ ਲੋਕਾਂ ਦਾ ਰੱਖੋਣੇ ਬਾਬਾ ਕਲਵੀ ਬੇਨਤੀ ਕੀਤੀ ਸੀ ਕਿ ਪਾਈ ਉਹ ਕਹਿੰਦੇ ਸੀ 6 ਦਿਨ ਪਹਿਲਾਂ ਈਮੇਲ ਕਰ ਦਿੱਤੀਆਂ ਸੀ ਇਹ ਵੀ ਪਤਾ ਲੱਗਾ ਕਿ ਬਾਬਾ ਸੀਚਾਲ ਹੋਰਾਂ ਤੋਂ ਵੀ ਬੇਨਤੀ ਕਰਾਈ ਸੀ ਕਿ ਪਾਈ ਉੱਥੇ ਲੁਧਿਆਣੇ ਦੇ ਰਾਮਗੜੀਆ ਗਰਲਜ਼ ਕਾਲਜ ਦੇ ਵਿੱਚ 10 ਤੋਂ 2 ਵਜੇ ਤੱਕ ਬੀਤੇ ਕੱਲ ਆਇਓ ਜੀ ਸਾਰੀਆਂ ਪਾਰਟੀਆਂ ਦੇ ਹੁਣ ਚਿੱਠੀਆਂ ਜਿਹੜੀਆਂ ਸੀਗੀਆਂ ਉਹ ਕਹਿੰਦੇ ਜੇ ਅਸੀਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਵੀ ਈਮੇਲ ਕੀਤੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਭਗਵੰਤ ਮਾਨ ਹੋਰਾਂ ਨੂੰ ਅਸ਼ਵਨੀ ਸ਼ਰਮਾ ਹੋਰਾਂ ਨੂੰ ਤੇ ਖਾਸ ਤੌਰ ਦੇ ਉੱਤੇ ਕਪਤਾਨ ਮਰਿੰਦਰ ਸਿੰਘ ਉੱਪਰ ਲਿਖ ਕੇ ਮੈਂ ਪੜ੍ਹੀ ਹੋਈ ਈਮ ਕਪਤਾਨ ਅਮਰਿੰਦਰ ਸਿੰਘ ਲਿਖ ਕੇ ਉਹਨਾਂ ਨੇ ਵੀ ਕੀਤੀ ਪੰਜਾਬ ਦੀਆਂ ਸਾਰੀਆਂ ਮੁੱਖ ਪਾਰਟੀਆਂ ਸੱਦੀਆਂ ਕਿ ਤੁਸੀਂ ਆ ਕੇ ਦੱਸੋ ਇਹ ਨਹੀਂ ਕਿ ਤੁਸੀਂ ਆਣ ਕੇ ਵਾਅਦਾ ਕਰਕੇ ਜਾਓ ਉਹ ਕਹਿੰਦੇ ਜੀ ਤੁਸੀਂ ਆਪਣਾ ਹੀ ਦੱਸੋ ਕਿ ਤੁਹਾਡੇ ਕੋਲ ਐਕਸ਼ਨ ਪਲਾਨ ਕੀ ਆ ਬੁੱਢਾਂ ਨਾਲ ਆ ਸਾਫ਼ ਕਿੱਦਾਂ ਕਰਨਾ ਹੈ ਪੰਜਾਬ ਚ ਦਰੱਖਤਾਂ ਦੀ ਗਿਣਤੀ ਕਿੱਦਾਂ ਵਧਾਉਣੀ ਹੈ ਲੋਕਾਂ ਨੂੰ ਸਾਫ਼ ਪਾਣੀ ਕਿੱਦਾਂ ਦੇਣਾ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਮੜਜਾ ਸਾਹਿਬ ਕਿਤਾਬ ਦੱਸਿਓ ਤੇ ਸੰਧਾਲੀਆ ਸਾਹਿਬ ਫਿਰ ਗੱਲ ਪਤਾ ਕੀ ਹੋਈ ਉਹ ਵੀ ੜੀਕਣ ਤਿੰਨ ਬੰਦੇ ਉੱਥੇ ਗਏ ਨੇ ਹਰੀਸ਼ ਰਾਏ ਢਾਂਡਾ ਸਾਹਿਬ ਕਹਿੰਦੇ ਜਾਨੀ ਕਿਸੇ ਪਾਰਟੀ ਦਾ ਕੋਈ ਪ੍ਰਧਾਨ ਨਹੀਂ ਗਿਆ ਕਰਮਵੀਰ ਸਿੰਘ ਘਮਣੋਰੀ ਦਸੂਏ ਤੋਂ ਨਿਆਮ ਆਦਮੀ ਪਾਰਟੀ ਦੇ ਹੋਰ ਵੀ ਬਹੁਤ ਸਾਰੇ ਲੀਡਰ ਨੇ ਉਹਨਾਂ ਨੇ ਰੈਲੀ ਰੱਖੀ ਸੀ ਭਗਵੰਤ ਮਾਨ ਸਾਹਿਬ ਉੱਥੇ ਸੀ ਸਿੱਧੂ ਸਾਹਿਬ ਦੀ ਦੋ ਵੀਡੀਓ ਆਈਆਂ ਇੱਕ ਉਹ ਜ਼ਖਮੀ ਬੰਦੇ ਨੂੰ ਚੁੱਕਦੇ ਸੀ ਦੂਜਾ ਉਧਰਲੇ ਪਾਸੇ ਗਿਆ ਸੀ ਸੁਖਵੀਰ ਸਿੰਘ ਬਾਦਲ ਸਾਹਿਬ ਸਿਆਸੀ ਸਰਗਰਮੀ ਸੀ ਅਸ਼ਵਨੀ ਸ਼ਰਮਾ ਸਾਹਿਬ ਵੀ ਸਰਗਰਮੀ ਦੇ ਵਿੱਚ ਸੀ ਕੈਪਟਨ ਸਾਹਿਬ ਪਤਾ ਨਹੀਂ ਵੀ ਉਹ ਸਰਗਰਮੀ ਸੀ ਕਿ ਘਰੇ ਸੀਗੇ ਢੀਂਸਾ ਸਾਹਿਬ ਕਿੱਥੇ ਹੀ ਸਾਨੂੰ ਨਹੀਂ ਪਤਾ ਇਹ ਸਾਰੇ ਬੰਦੇ ਗੱਠਜੋੜ ਕਰਨ ਦਿੱਲੀ ਨੂੰ ਚਲ ਜਾਂਦੇ ਆ ਇਹ ਸਾਰੇ ਬੰਦੇ ਰੂਡ ਸ਼ੋਅ ਕਰ ਸਕਦੇ ਆ ਪਰ ਜੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਕੋਲ ਬਾਬਾ ਬਲਵੀਰ ਸਿੰਘ ਸੀਚੇ ਵਾਲ ਕੋ ਡਾਕਟਰ ਇੰਦਰਜੀਤ ਕੋ ਤੇ ਸਾਰੇ ਪ੍ਰਬੰਧਕਾਂ ਦੇ ਕੋਲ ਪੰਜਾਬ ਹਤਾਸ਼ੀ ਹੋਣ ਕਰਕੇ ਪੰਜਾਬ ਦੇ ਵਾਤਾਵਰਣ ਦਾ ਏਜੰਡਾ ਲੈ ਕੇ ਕਿਉਂ ਨਹੀਂ ਗਏ ਹਰੀਸ਼ ਰਾਏ ਢਾਂਡਾ ਗਿਆ ਭਾਜਪਾ ਦੇ ਇੱਕ ਸਥਾਨਕ ਲੀਡਰ ਗਿਆ ਤੇ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਮੈਂ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਨਾਂ ਨਹੀਂ ਸੀ ਲੈ ਸਕਿਆ ਕਿ ਉਥੋਂ ਕੋਟਕਪੂਰੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸਦਵਾ ਦੇਰੀ ਨਾਲ ਆਏ ਇਸ ਕਰਕੇ ਉਹ ਬੋਲ ਨਹੀਂ ਸਕੇ ਉਹ ਸਟੇਜ ਤੋਂ ਬੋਲ ਨਹੀਂ ਸਕੇ ਕਿਉਂਕਿ ਦੇਰੀ ਨਾਲ ਪਹੁੰਚੇ ਪਰ ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਵਾਲ ਰੱਖਦੇ ਆ ਕਿ ਕੀ ਤੁਹਾਡੇ ਘਰ 'ਚ ਕਿਸੇ ਨੂੰ ਬਿਮਾਰੀ ਨਹੀਂ ਹੁੰਦੀ ਕੀ ਸਾਧੀਆਂ ਬਿਮਾਰੀਆਂ ਨਹੀਂ ਹੈਗੀਆਂ ਕੈਂਸਰ ਦੀ ਬਿਮਾਰੀ ਨਹੀਂ ਹੁੰਦੀ ਖਰਾਬ ਪਾਣੀ ਦੇ ਕਰਕੇ ਕਿੰਨੀਆਂ ਬਿਮਾਰੀਆਂ ਨੇ ਕੀ ਇੱਕ ਵੀ ਸਿਆਸੀ ਪਾਰਟੀ ਦੇ ਪ੍ਰਧਾਨ ਨੇ ਜ਼ਰੂਰੀ ਨਹੀਂ ਸਮਝਿਆ ਕਿ ਭਾਈ ਜਿੱਥੇ ਏਡੇ ਏਡੇ ਵੱਡੇ ਬੰਦੇ ਬੈਠੇ ਨੇ ਜਿਨ੍ਹਾਂ ਨੇ ਮਾਡਲ ਸਥਾਪਿਤ ਕੀਤੇ ਹੋਏ ਪੰਜਾਬ ਦੇ ਵਿੱਚ ਵਾਤਾਵਰਣ ਸਾਫ਼ ਕਰਨ ਦੇ ਕੀ ਤੁਸੀਂ ਬੁੱਢੇ ਨਾਲੇ ਨੂੰ ਸਾਫ਼ ਨਹੀਂ ਕਰਨਾ ਚਾਹੁੰਦੇ ਜਾਂ ਮੈਨੂੰ ਸਭ ਤੋਂ ਵੱਧ ਦੁੱਖ ਜਿਹੜਾ ਹੈ ਉਹ ਆਪਣੇ ਲੋਕਾਂ ਦੇ ਉੱਤੇ ਹੈ ਤੇ ਉਹ ਦੁੱਖ ਨੂੰ ਆਪਾਂ ਸੁੱਖ 'ਚ ਬਦਲਣਾ ਹੈ ਭਾਈ ਤੁਹਾਡੇ ਪਿੰਡਾਂ ਦੇ ਵਿੱਚ ਆਉਣਗੇ ਲੀਡਰ ਉਹਨਾਂ ਨੂੰ ਕਹੋ ਕਿ ਇੱਥੇ ਹੀ ਬੈਠ ਕੇ ਹੁਣੇ ਈਮੇਲ ਕਰੋ ਕਿ ਅਸੀਂ ਦੱਸੋ ਜੀ ਪੰਜਾਂ ਚੋਂ ਦਿਨਾਂ ਦੇ ਵਿੱਚ ਇੱਕ ਦਿਨ ਦੇ ਦਿਓ ਸਾਡੇ ਕੋਲ ਦਿਨੇ ਔਖਾ ਹੈ ਰਾਤ ਨੂੰ 10 ਤੋਂ ਤੜਕੇ 2 ਵਜੇ ਤੱਕ ਤਾਂ ਰੱਖ ਲਓ ਦਿਨੇ ਅਸੀਂ ਰੈਲੀਆਂ ਕਰਨੀਆਂ ਹੁੰਦੀਆਂ ਉਹ ਰੱਖ ਲੈਣਗੇ ਥੋੜੇ ਪਿੰਡਾਂ ਚਾਉਂਦੇ ਆ ਥੋੜੇ ਸ਼ਹਿਰਾਂ ਚਾਉਂਦੇ ਆ ਸੱਬੇ ਕਪਾਸ਼ਾ ਦੇ ਵਿੱਚ ਉਹਨਾਂ ਨੂੰ ਪੁੱਛਿਓ ਕਿ ਭਾਈ ਬਾਬਾ ਸੇਵਾ ਸਿੰਘ ਖਡੂਰ ਸਾਹ ਵਾਲਿਆਂ ਕੋ ਕਿਉਂ ਕਿਉਂ ਨਹੀਂ ਗਏ ਸੀਚਲ ਸਾਹਿਬ ਕੋ ਕਿਉਂ ਨਹੀਂ ਗਏ ਕਿ ਡਾਕਟਰ ਇੰਦਰਜੀਤ ਕੌਰ ਹੋਰਾਂ ਦੀ ਇੰਪੋਰਟੈਂਸ ਤੁਹਾਨੂੰ ਘੱਟ ਲੱਗਦੀ ਹੈ ਤੁਸੀਂ ਵੋਟਾਂ ਲੈਣ ਸਾਰੇ ਪੰਜਾਬ ਚ ਦੌੜੇ ਫਿਰਦੇ ਹੋ ਅਸੀਂ ਉਮੀਦ ਕਰਦੇ ਆਂ ਇੱਕ ਦੋ ਦਿਨਾਂ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਪ੍ਰਧਾਨ ਸਾਹਿਬ ਤੁਸੀਂ ਉਹਨਾਂ ਨੂੰ ਬਕਾਇਦਾ ਈਮੇਲ ਕਰੋ ਤੁਹਾਨੂੰ ਈਮੇਲ ਆਈ ਹੋਈ ਹੈ ਕਿ ਭਾਈ ਅਸੀਂ ਆਉਣਾ ਚਾਹੁੰਦੇ ਆਂ ਦੱਸੋ ਕਿਹੜੇ ਦਿਨ ਆਈਏ ਚਾਰ ਪੰਜ ਦਿਨ ਚਾਹੀਦੇ ਆ ਤਾਂ ਅਗਲੇ ਦੇ ਦੇ ਦਾਂਗੇ ਦੇਖੋ WhatsApp ਇੱਕ ਤ ਮੈਂ ਬੜਾ ਸੋਚਿਆ ਮੈਂ ਕਿ ਯਾਰ ਹੁਣ ਭਰਾ ਦੀ ਕੁਸ਼ਤ ਤੇ ਹੈਲਪ ਕਰਾਂ ਮੈਂ ਨਹੀਂ ਨਹੀਂ ਮੈਂ 5 ਡਾਲਰ ਜਿੱਤ ਜਾਣਾ ਹੁਣ ਆਖਰਕਾਰ ਤੇ ਇਹਦੇ ਵਿੱਚ ਵੀ ਸ਼ਰਤ ਤੁਸੀਂ ਲਾ ਸਕਦੇ ਹੋ ਕਰਾ ਕੇ ਰਹਿਣਾ ਓਏ ਇਹ ਨਿੱਕੀਆਂ ਸ਼ਰਤਾਂ ਲਾਉਣੀਆਂ ਹੁਣ ਮੈਂ ਜਿਹੜੀ ਪੱਕੀ ਵਿਧਾਨ ਸਭਾ ਚੋਣਾਂ ਲਈ ਲਾਉਣੀ ਮੇਰੀ ਗੱਲ ਸੁਣੋ ਇੱਕ ਤੇ ਰੁੱਖਾਂ ਦੀਆਂ ਵੋਟਾਂ ਬਣਾਈਆਂ ਇੱਕ ਮੱਛੀਆਂ ਦੀਆਂ ਬਣਾਈਆਂ ਡੱਡੀਆਂ ਦੀਆਂ ਬਣਾਈਆਂ ਜਿਹੜਾ ਇੱਕ ਵੱਡਾ ਡੱਡੂ ਨੇ ਉਹਦਾ ਗੜੈਂਗੜਾ ਜਿਹਾ ਗਲਾ ਜਾ ਫੁੱਲਦਾ ਹੁੰਦਾ ਉਹਦੀਆਂ ਦੋ ਬਣਾਈਆਂ ਜਦੋਂ ਡੱਡੀਆਂ ਮੱਛੀਆਂ ਰੁੱਖਾਂ ਦੀਆਂ ਕਿਤੇ ਵੋਟਾਂ ਹੋਈਆਂ ਨਾ ਫੇਰ ਦੇਖੋ ਜੀ ਲੀਡਰ ਤੁਹਾਨੂੰ ਪੰਜਾਬ ਚ ਲਾਭ ਜਾਣ ਸਾਰੇ ਦੇ ਸਾਰੇ ਬੁੱਢੇ ਨਾਲੇ ਜਿਵੇਂ ਇੱਥੇ ਉਹ ਤੇਰਾ ਪਲਾਇਆ ਚਾਰ ਮਰ ਗਈਆਂ ਹੀ ਬੋਟਾ ਮੇਰੀਆਂ ਓਏ ਉਹ ਤੇਰਾ ਆ ਦੋ ਆਏ ਹਾਏ ਹਾਏ ਆ ਚਾਰ ਇਕੱਠੀਆਂ ਬੋਟਾਂ ਮਰ ਗਈਆਂ ਦੋ ਡੱਡੂ ਮੈਂ ਮਰੇ ਦੇਖੇ ਇਹ ਹਟਾਓ ਯਾਰ ਕਿਹੜੀ ਫੈਕਟਰੀ ਚ ਪਾਣੀ ਪਾ ਪਾ ਕੇ ਸਾਡੀਆਂ ਬੋਟਾਂ ਮਾਰਨ ਲਈ ਇਹ ਫੇਰ ਭਾਵੇਂ ਉਹ ਕਰ ਲੈਣ ਜੇ ਤੁਸੀਂ ਇਹ ਕਹੋ ਵੀ ਬੋਟਾਂ ਬੰਦਿਆਂ ਦੀਆਂ ਤੇ ਫੇਕਰ ਉਹ ਬੰਦਿਆਂ ਦੇ ਮੁੱਦੇ ਦਾ ਕਰ ਲੈਣਾ ਉਹਨੂੰ ਲੱਗਦਾ ਵੀ ਨਹੀਂ ਯਾਰ ਇਹ ਜਿਹੜੇ ਜਾਗਦੇ ਸਿਹਰੇ ਨੇ ਤੁਹਾਨੂੰ 100 ਸਵਾਲ ਪੁੱਛਣੇ ਆ ਇਸ ਕਰਕੇ ਉੱਥੇ ਜੇ ਜਾ ਕੇ ਕੋਈ ਨਾ ਕੋਈ ਐਸਾ ਲਾਲਚ ਜਿਦੇ ਉਹ ਜਿਹਦੇ ਨਾਲ ਆਪਾਂ ਨੂੰ ਉਹੋ ਜਿਹੇ ਵੋਟਾਂ ਮਿਲ ਜਾਣ ਜਿਹੜਾ ਬੰਦਾ ਬਹੁਤਾ ਸੋਚੇ ਵਿਚਾਰੇ ਨਾ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਨਹੀਂ ਕਰ ਲੈਣੀ ਨਹੀਂ ਨਹੀਂ ਮੈਂ ਤਾਂ ਕਿਹਾ ਆਉਂਗੇ ਮੈਂ ਤਾਂ ਖੁਦ ਅਪੀਲ ਕਰਦਾ ਮੈਂ ਜਸ ਮਜ਼ਾਕ ਕਰਦਾ ਮੇਰੀ ਬੇਨਤੀ ਸੁਣੋ ਕਿ ਹੁੰਡੀ ਸਰਪੇ ਆ ਵੀ ਉਹ ਵੋਟਾਂ ਦੀ ਗਣਤੀ ਮਿੰਨਤੀ ਕਰਦੇ ਹਾਂ ਨਹੀਂ ਠੀਕ ਹੈ ਤੁਹਾਡੀ ਗੱਲ ਜਿੰਨੇ ਮਾਲਵੇਦੀਆਂ ਜਿਹੜੀਆਂ ਨਹਿਰਾਂ ਚ ਲੋਕਾਂ ਦੇ ਪਿੰਡਾਂ ਚ ਪਾਣੀ ਜਾਂਦਾ ਹੈ ਜਿੰਨਿਆਂ ਨੂੰ ਕੈਂਸਰ ਹੋਇਆ ਜਿੰਨਿਆਂ ਨੂੰ ਕਾਲੀ ਕਾਲਾ ਪੀਲਿਆ ਹੋਇਆ ਜਿੰਨਿਆਂ ਨੂੰ ਸਾਧੀਆਂ ਬਿਮਾਰੀਆਂ ਨੇ ਉਹ ਸਾਰੇ ਬੰਦੇ ਇਸ ਇਸ਼ੂ ਨੂੰ ਧਿਆਨ ਚ ਰੱਖਣਗੇ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਪਿੰਡਾਂ ਜਦੋਂ ਸੱਭੇ ਕਪਾਸ਼ਾ ਚ ਸੱਭੇ ਕਪਾਸ਼ਾ ਦੇ ਵਿੱਚ ਪੁੱਛਣਾ ਹੈ ਕਿ ਭਾਈ ਉਹਨਾਂ ਨੇ ਤਾਂ ਤੁਹਾਨੂੰ ਚਿੱਠੀਆਂ ਪਾਈਆਂ ਸੀ ਪੋਸਟਰ ਕੱਢੇ ਸੀ ਜੇ ਨਹੀਂ ਮਿਲੀ ਕੋਈ ਬੰਦਾ ਕਹਿੰਦਾ ਮਿਲੀ ਨਹੀਂ ਜੀ ਬਹੁਤ ਆਉਂਦੀਆਂ ਸੀ ਤੁਸੀਂ ਹੁਣ ਦੱਸ ਦਿਓ ਹਫਤੇ 10 ਦਿਨਾਂ ਦੇ ਬਾਅਦ ਉਹ ਪ੍ਰੋਗਰਾਮ ਫੇਰ ਆਖ ਲੈਣਗੇ ਉਹ ਤਾਂ ਕਹਿੰਦੇ ਅਸੀਂ ਇਕੱਲੇ ਇਕੱਲੇ ਜ਼ ਤੇ ਇਹ ਹੁਣ ਸਿੱਧੇ ਤੌਰ ਦੇ ਉੱਤੇ ਚੁਣੌਤੀ ਪੰਜਾਬ ਦੇ ਲੋਕਾਂ ਲਈ ਹੈ ਨਹੀਂ ਨਹੀਂ ਹੈਗੀ ਆ ਇਹ ਤਾਂ ਗੱਲ ਕਲੀਅਰ ਹੈ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਹਿੰਦੇ ਮਾਲਵਾ ਬਹੁਤ ਵੱਡਾ ਮਾਲਵੇ 'ਚ ਬਹੁਤ ਸੀਟਾਂ ਇੱਕ ਪਾਰਟੀ ਆ ਉਹ ਕਹਿੰਦੀ ਸਾਡੀ ਪੰਜਾਬ ਦੀ ਪਾਰਟੀ ਆ ਉਹਨਾਂ ਦਾ ਜਿੱਥੇ ਗੜਿਆ ਉੱਥੋਂ ਤੱਕ ਜੇ ਪਾਣੀ ਪੀਣ ਆਲਾ ਜਾਂਦਾ ਉਹਨਾਂ ਪਿੰਡਾਂ 'ਚ ਤੇ ਉਹਨਾਂ ਨਹਿਰਾਂ ਦਾ ਹੀ ਜਾਂਦਾ ਇਹ ਨਹਿਰਾਂ ਨਿਕਲਦੀਆਂ ਕਿੱਦਾਂ ਆਪਾਂ ਕੱਲ ਸਮਝਾਤਾ ਸੀ ਜੇ ਆਪਾਂ ਕਾਂਗਰਸ ਦੀ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਤੇ ਆਮ ਆਦਮੀ ਪਾਰਟੀ ਦੀ ਸਾਰੀ ਬਹੁਮਤੀ ਉਧਰੋਂ ਉਹ ਕਹਿੰਦੇ ਸਾਡਾ ਮਾਲਵੇ 'ਚ ਹੀ ਗੜਿਆ ਆ ਫਿਰ ਹੁਣ ਬੀਜੇਪੀ ਵੀ ਕਹਿੰਦੇ ਵੀ ਆਪਾਂ ਹੁਣ ਮਾਲਵੇ ਦੇ ਵਿੱਚ ਜਿਵੇਂ ਲੰਬੀ ਤੱਕ ਵੀ ਜਾ ਕੇ ਮੈਂਬਰਸ਼ਿਪ ਕੀਤੀ ਸੀ ਉਹਨਾਂ ਨੇ ਸੋ ਮਾਲਵਾ ਜਿਹੜਾ ਉਹਨਾਂ ਨੂੰ ਲੱਗਦਾ ਆ ਤੇ ਫਿਰ ਉਹਦੇ ਬਾਰੇ ਸੂਚਨਾ ਜ਼ਰੂਰ ਚਾਹੀਦਾ ਦੂਜੀ ਗੱਲ ਇਹ ਜਿਹੜਾ ਆਪਾਂ ਅੱਗੇ ਇੱਕ ਦਿਨ ਤਰੀਕਾ ਦੱਸਿਆ ਸੀ ਉਹ ਫੇਰ ਬਣਾ ਲੈਣ ਬੜਾ ਸੌਖਾ ਤੇ ਆਸਾਨ ਤਰੀਕਾ ਲੀਡਰ ਸਾਹਿਬ ਬੈਠੇ ਹੁਣ ਸਾਰਾ ਕੁਝ ਹੋਵੇ ਤੇ ਅਚਾਨਕ ਉਹਨਾਂ ਕਹਿੰਦੇ ਥੋੜਾ ਪਾਣੀ ਲਿਆਓ ਥੋੜਾ ਜਿਹਾ ਉਹਦੇ 1 ਮਿੰਟ ਲਿਆਉਣੇ ਆ ਜੀ ਸਿੱਧਾ ਜਿਹੜਾ ਜਿਹੜਾ ਪਾਣੀ ਉਹ ਪੀਂਦੇ ਆ ਹੂੰ ਹੂੰ ਉਹ ਭਾਵੇਂ ਨਲਕੇ ਵਾਲਾ ਭਾਵੇਂ ਉਥੋਂ ਘੜੇ ਵਾਲਾ ਉਥੋਂ ਗਲਾ ਤੇ ਜਦੋਂ ਆਖੇ ਵੀ ਤੇ ਬੜੀ ਲੱਗੀ ਇਹਦੇ اچانک ਫਿਰ ਨਕਮੂ ਜਾਂ ਵਟੇ ਫਿਰ ਉਹਨੂੰ ਚੇਤਾ ਕਰਾ ਵੀ ਤੁਸੀਂ ਉੱਥੇ ਨਹੀਂ ਸੀਗੇ ਇਹ ਤਾਂ ਕਰਕੇ ਕਿਹਾ ਜੀ ਉਹ ਸੇ ਗੁਰਪ੍ਰੀਤ ਕੋਈ ਦੀ ਭੁੱਖ ਤਾਂ ਲੱਗੀ ਨਹੀਂ ਉਹਨਾਂ ਪਿਆਸ ਹੈ ਹੀ ਨਹੀਂ ਪਾਣੀ ਮੈਂ ਪੀਂਦਾ ਨਹੀਂ ਦਿਨੇ ਚਲੋ ਸੰਤਾਲਿਆ ਸਭ ਹੁਣ ਆਉਣੇ ਆ ਸਿੱਧੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਯਤਨਾ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਵਾਲੇ ਪਾਸੇ ਅੰਮ੍ਰਿਤਸਰ ਤੇ ਨizampur ਕਪੂਰਥਲੇਆਂ ਦੀਆਂ ਘਟਨਾਵਾਂ ਤੋਂ ਬਾਅਦ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਸੂਬੇ 'ਚ ਅਲਰਟ ਹੈ ਪਾਈ ਇਥੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਚਾ ਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਅਸ਼ਾਂਤ ਕਰਨ ਦਾ ਯਤਨ ਹੋ ਸਕਦਾ ਇਸ ਕਰਕੇ ਗੁਰੂ ਘਰ ਮੰਦਰ ਮਸਜਿਦ ਗਿਰਜਾ ਘਰ ਜਿੰਨੇ ਵੀ ਧਾਰਮਿਕ ਸਥਾਨ ਨੇ ਉੱਥੇ ਸੁਰੱਖਿਆ ਵਧਾਓ ਅਲਰਟ ਆ ਗਿਆ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਫਿਰ ਜਿਹੜੇ ADGP ਲਾ ਐਂਡ ਆਰਡਰ ਨੇ ਉਹਨਾਂ ਨੇ ਫਿਰ ਅੱਗੇ ਹੁਕਮ ਕਰ ਦਿੱਤੇ ਕਿ ਭਾਈ ਜਿੰਨੇ ਵੀ ਧਾਰਮਿਕ ਸਥਾਨ ਨੇ ਸੀਸੀਟੀਵੀ ਕੈਮਰੇ ਜ਼ਰੂਰੀ ਨੇ ਉਥੋਂ ਦੀ ਮੈਨੇਜਮੈਂਟ ਤੇ ਨੰਬਰ ਪੁਲਿਸ ਕੋਲ ਹੁਣ ਪੁਲਿਸ ਵਾਲਿਆਂ ਦੇ ਕੋਲ ਮੈਨੇਜਮੈਂਟ ਦੇ ਨੰਬਰ ਹੁਣ ਤਾਂ ਨੰਬਰ ਐਕਸਚੇਂਜ ਕਰ ਲਓ ਤਾਂ ਜੋ ਫੌਰੀ ਤੌਰ ਤੇ ਜਾਣਕਾਰੀ ਮਿਲ ਸਕੇ ਰਾਤ ਵੇਲੇ ਕਹਿੰਦੇ ਰੋਸ਼ਨੀ ਦਾ ਪ੍ਰਬੰਧ ਉਹਨਾਂ ਸਥਾਨਾਂ ਤੇ ਹੋਣਾ ਜ਼ਰੂਰੀ ਹੈ ਉੱਥੇ ਪਹਿਰੇਦਾਰ ਰੱਖਣੇ ਜ਼ਰੂਰੀ ਨੇ ਤੇ ਨਾਲ ਦੀ ਨਾਲ ਹੁਣ ਪੈਟਰੋਲਿੰਗ ਵਧਾ ਦੇਣੀ ਆ ਰਾਤਾਂ ਨੂੰ ਕਿ ਭਾਈ ਉੱਥੇ ਚੱਕਰ ਜਿਹੜੇ ਉਹ ਘੱਟ ਕੇ ਆਏ ਜਾਣ ਇਹ ਤਾਂ ਹੋ ਗਿਆ ਕੇਂਦਰ ਵਾਲੇ ਪਾਸਿਓਂ ਇਧਰ ਨੂੰ ਕੰਮ ਚੱਲਿਆ ਦੂਸਰੇ ਪਾਸੇ ਹੁਣ ਜੇ ਇਸ ਤਰੀਕੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਸੀ ਉਦੇ ਤੋਂ ਬਾਅਦ ਐਸਟਪੀਸੀ ਦੇ ਪ੍ਰਧਾਨ ਸਾਹਿਬ ਵੀ ਬੋਲੇ ਆ ਇੱਕ ਉਸ ਨੌਜਵਾਨ ਦੀ ਵੀਡੀਓ ਹੋਰ ਸਾਹਮਣੇ ਆਈ ਹੈ ਜਦੋਂ ਜਿਹੜਾ ਉਹ ਵਿਰਾਸਤੀ ਮਾਰਗ ਹੈ ਉਹ ਆਪਾਂ ਮੰਨ ਲਓ ਕਿ ਜਲਿਆਂਵਾਲੇ ਬਾਗ ਤੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਵਾਰ ਤੱਕ ਉਹ ਮੁੰਡਾ ਜਿਹੜਾ ਬਾਅਦ ਵਿੱਚ ਉਹ ਜੰਗਲਾ ਟੱਪ ਕੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਜਾਂ ਤਾਬਿਆਂ ਬੈਠੇ ਗ੍ਰੰਥੀ ਸਿੰਘ ਵੱਲ ਵਧਿਆ ਸੀ ਕਿਰਪਾਨ ਚੱਕ ਲਈ ਸੀ ਉਹ ਇੱਕ ਵੀਡੀਓ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਉਹਨੇ ਪਹਿਲਾਂ ਲੋਈ ਲਈ ਹੈ ਉਹਦੇ ਤੋਂ ਬਾਅਦ ਉਹਦੀ ਉਹ ਤੈਹ ਲਾਉਂਦਾਈ ਜਣੀ ਐ ਲੱਗਦਾ ਕਿ ਗੁਰੂ ਕਰਨ ਅਪਣਨ ਤੋਂ ਵੀ ਕਈ ਘੰਟੇ ਪਹਿਲਾਂ ਸ਼ਾਇਦ ਉਸ ਇਲਾਕੇ ਦੇ ਵਿੱਚ ਆ ਗਿਆ ਸੀ ਨਹੀਂ ਉਹ ਤਾਂ ਕਲੀਅਰ ਹੋ ਗਿਆ ਨਾ ਦੇਖੋ ਨੇਰੇ ਜੇ ਦੀ ਵੀਡੀਓ ਲੱਗਦੀ ਹੈ ਤੇ ਜਿਸ ਹਿਸਾਬ ਨਾਲ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਉਹ ਕਾਗਜ਼ ਕੱਢ ਕੇ ਤੇ ਉਸ ਤੋਂ ਬਾਅਦ ਸਮਾਂ ਦੱਸਿਆ ਕਿ 8 ਵਜੇ ਤੋਂ ਕੁਝ ਮਿੰਟ ਬਾਅਦ ਤੱਕ ਉਹ ਬੰਦਾ ਐਂਟਰ ਕਰ ਜਾਂਦਾ ਤੇ ਉਸ ਤੋਂ ਬਾਅਦ ਉੱਥੇ ਉਹ ਉਹ ਫਿਰਦਾ ਤੁਰਦਾ ਰਹਿੰਦਾ ਤੇ ਫਿਰ ਸਾਡੀ ਜਿਹੜੀ ਟਾਸਕ ਫੋਰਸ ਹੈ ਉਹਨਾਂ ਨੇ ਥਾਪੜਾ ਦੇਣਾ ਸੀ ਆਪਣੀ ਟਾਸਕ ਫੋਰਸ ਨੂੰ ਕਹਿੰਦੇ ਵੀ ਸਾਡੇ ਬੰਦਿਆਂ ਨੇ ਬੰਦਾ ਪਛਾਣਿਆ ਭਾਈ ਇਹਨੂੰ ਵਰਜਿਆ ਵੇ ਵੀ ਤੂੰ ਕੀ ਕਰਦਾ ਸਾਡੀ ਨਿਗਾ ਵੀ ਸੀ ਉਹਦੇ ਤੇ ਫਿਰ ਇਹ ਨਿਕਲ ਜਾਂਦਾ ਬਾਹਰ ਚਲੇ ਜਾਂਦਾ ਉਸ ਤੋਂ ਬਾਅਦ ਇਹ ਲੰਗਰਾਲ ਵਾਲੇ ਪਾਸੇ ਚਲੇ ਜਾਂਦਾ ਉੱਥੇ ਜਾ ਕੇ ਪ੍ਰਸ਼ਾਦਾ ਵੀ ਛਕਦਾ ਫਿਰ ਉਦੋਂ ਬਾਅਦ ਐਂਟਰ ਕਰਦੇ ਨਜ਼ਰ ਆਉਂਦਾ ਐਂ ਜਿਵੇਂ ਉਹ ਉਹਦੀ ਉਹਨਾਂ ਨੇ ਦੱਸੀ ਹੈ ਕਿ ਵੀ ਆਮ ਤੌਰ ਤੇ ਇੱਕ ਹੁੰਦਾ ਨਾ ਬਾਡੀ ਲੈਂਗੁਏਜ ਵੀ ਨੀਵੀਂ ਜੀ ਪਾ ਕੇ ਲੁਕਦਾ ਲੁਕਦਾ ਜਾ ਜਿਵੇਂ ਉਹ ਜਾਂਦਾ ਉਹਦੇ ਤੋਂ ਸਾਨੂੰ ਇਹ ਲੱਗਦਾ ਸੀ ਕਿ ਇਹ ਕੋਈ ਨਾ ਕੋਈ ਕਹਾਣੀ ਤੇ ਹੈਗੀ ਆ ਇਹਦਾ ਮਤਲਬ ਇਹ ਹੋ ਗਿਆ ਵੀ ਜਿੰਨੀ ਵਾਰ ਵੀ ਉਤਾਮੀ ਸਾਹਿਬ ਨੇ ਦੱਸਿਆ ਕਿ ਸਵੇਰ ਤੋਂ ਲੈ ਕੇ ਤੇ ਉਹ ਸ਼ਾਮ ਤੱਕ ਕੋਸ਼ਿਸ਼ ਕਰਦਾ ਰਿਹਾ ਹਾਲਾਂਕਿ 5 ਵਜੇ ਤੱਕ ਜਿਹੜੀ ਟਾਸਕ ਫੋਰਸ ਦੇ ਉੱਪਰ ਬੰਦੇ ਸੀਗੇ ਉਹਨਾਂ ਨੇ ਦਰਸ਼ਨੀ ਡਿਊਟੀ ਤੱਕ ਉਹਨੂੰ ਫੜ-ਫੜ ਕੇ ਮੋੜਿਆ ਵੀ ਤੂੰ ਕਿੱਧਰ ਫਿਰਦਾ ਬਾਈ ਤੇ ਉਹਨਾਂ ਨੇ ਜਿਹੜੀ ਇਹ ਨਿਗ੍ਹਾ ਰੱਖੀ ਵੀ ਇਹਨਾਂ ਦੀ 5 ਵਜੇ ਡਿਊਟੀ ਬਦਲਨੀ ਆ ਤੇ ਉਸ ਤੋਂ ਬਾਅਦ ਮੈਂ ਇਹ ਕੰਮ ਕਰਨਾ ਉਹਦੇ ਤੋਂ ਕਹਿੰਦੇ ਵੀ ਸਾਨੂੰ ਕਲੀਅਰ ਕਾਟੇ ਪਤਾ ਲੱਗ ਗਿਆ ਵੀ ਇਹ ਸਾਜ਼ਿਸ਼ ਹੈ ਪਲੱਸ ਉਹਨਾਂ ਨੇ ਪਤਾ ਨਹੀਂ ਵੀ ਹੁਣ ਉਹਨਾਂ ਨੂੰ ਖੁਦ ਜਾਣਕਾਰੀ ਸੀ ਵੀ ਜਿਹੜੀ ਕਮਾਂਡੋ ਟ੍ਰੇਨਿੰਗ ਦਾ ਵੀ ਜ਼ਿਕਰ ਕੀਤਾ ਪੀ ਪੰਜਾਬ ਆਪੋ ਮੋਬਾਇਲ ਖ਼ਲੋਸ ਦਿਨ ਵੀ ਵੀਡੀਓ 'ਚ ਜ਼ਿਕਰ ਕੀਤਾ ਸੀ ਵੀ ਉਹ ਚਾਂਦ ਸਕਿੰਟਾਂ 'ਚ ਕੰਮ ਹੋਇਆ ਵੀ ਸ਼ਾਇਦ ਉਹਨੂੰ ਕਮਾਂਡੋ ਟ੍ਰੇਨਿੰਗ ਵੀ ਦਿੱਤੀ ਗਈ ਸੀ ਇਹ ਧਾਮੀ ਸਾਹਿਬ ਨੇ ਕਿਹਾ ਇਹ ਧਾਮੀ ਸਾਹਿਬ ਦਾ ਕਹਿਣਾ ਹੁਣ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਇੰਨੀ ਡਿਟੇਲ 'ਚ ਸਾਰਾ ਕੁਝ ਦੱਸਿਆ ਜਾਣਾ ਪਲੱਸ ਇਹ ਵੀ ਕਿਹਾ ਜਾਣਾ ਵੀ ਅਜੇ ਕੁਝ ਚੀਜ਼ਾਂ ਅਸੀਂ ਲੁਕਾ ਰਹੇ ਹਾਂ ਕਿਉਂਕਿ ਜਾਂਚ ਚੱਲਦੀ ਪਈ ਹੈ ਅਸੀਂ ਤੁਹਾਨੂੰ ਉਹ ਵੀ ਕਲੀਅਰ ਕਰ ਦਾਂਗੇ ਉਹ ਵਾਕਿਆ ਹੈ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਇਸ ਚੀਜ਼ ਵੱਲ ਤੇ ਚੀਜ਼ ਦਾ ਇਸ਼ਾਰਾ ਕਰਦੀ ਹੈ ਵੀ ਕੁਝ ਬਹੁਤ ਵੱਡਾ ਵਾਪਰਨਾ ਸੀ ਉਹਦਾ ਬਚਾਅ ਹੋ ਗਿਆ ਬਿਲਕੁਲ ਸੰਧਾਲੀਆਂ ਸਭ ਤੋਂ ਅਸੀਂ ਵੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਥੋੜੀ ਜੀ ਮੁਸਤੈਦੀ ਰੱਖੋ ਆਪਾਂ ਸਾਰੇ ਪਿੰਡਾਂ ਚ ਵੀ ਪਹਿਰਾ ਲਾ ਲੈਨੇ ਆ ਜੇ ਹੁਣ ਬਦਲ ਬਦਲ ਕੇ ਵੀ ਪਹਿਰੇ ਲਾਉਣੇ ਪੈਂਦੇ ਕਿਉਂਕਿ ਇਲੈਕਸ਼ਨ ਚ ਮਹੀਨੇ ਦੂਟਾਈ ਆ ਉਹਨਾਂ ਕਾ ਆਪਾਂ ਸੁੱਖੀ ਸੰਧੀ ਸਾਰੇ ਜਣੇ ਜਿਹੜਾ ਉਸ ਸਮਾਂ ਕੱਢ ਲਈਏ ਤੇ ਲੋਕ ਇਸ ਗੱਲ ਕਰਕੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਤੇ ਮਾਣ ਮਹਿਸੂਸ ਹੁੰਦਾ ਕਿ ਉਹਨਾਂ ਨੇ ਭਾਈਚਾਰਕ ਇੱਕ ਤਾਂ ਬਿਲਕੁਲ ਕਾਇਮ ਰੱਖੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਕਿਤੇ ਵੀ ਕੋਈ ਏਦਾਂ ਦੀ ਮਾੜੀ ਚੰਗੀ ਘਟਨਾ ਜਿਹੜੀ ਉਹ ਵਾਪਰੀ ਨਹੀਂ ਹੁਣ ਸੰਧਾਲੀਆਂ ਸਭ ਸਿੱਧੇ ਨizampur ਵਾਲੇ ਪਾਸੇ ਆਉਣ ਜਿਹੜਾ ਮੁੰਡਾ ਨizampur ਵਾਲੀ ਡੇਰੀ ਦੇ ਵਿੱਚੋਂ ਕਾਬੂ ਆਇਆ ਕਿਉਂਕਿ ਉਹਦੇ ਬਾਰੇ ਬਹੁਤ ਚਰਚਾ ਸੀ ਕਿ ਭਾਈ ਉਹ ਚੋਰੀ ਕਰਨ ਆਇਆ ਸੀ ਜਾਂ ਬੇਅਦਬੀ ਕਰਨ ਆਇਆ ਸੀ ਕਿਉਂਕਿ ਡੇਰੀ ਦੇ ਪ੍ਰਬੰਧਕਾਂ ਨੇ ਕਿਹਾ ਜੀ ਉਹ ਨਿਸ਼ਾਨ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਉਹਦੇ ਤੋਂ ਬਾਅਦ ਪਹਿਲਾਂ ਤਾਂ ਪੁਲਿਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿਉਂਕਿ ਉਹ ਆਫੀਸਰ ਸਾਹਿਬ ਦੀ ਵੀਡੀਓ ਹੈ ਉਹ ਕਹਿੰਦੇ ਜੀ ਉਹ ਲੱਗਦਾ ਜਿੱਦਾਂ ਉਹਨੇ ਜੈਕਟ ਪਾਈ ਬਾਕੀ ਚੀਜ਼ਾਂ ਸੀ ਵੀ ਉਹ ਚੋਰੀ ਕਰਨ ਆਇਆ ਸੀ ਵੀ ਕਤਲ ਦਾ ਪਰਚਾ ਦਰਜ ਹੋਊਗਾ ਬਾਅਦ ਵਿੱਚ ਪ੍ਰੈਸ ਚਾਲਦੀ ਪ੍ਰੈਸ ਕਾਨਫਰੰਸ ਕੀ ਹੋਇਆ ਆਪਾਂ ਸਾਰਾ ਜ਼ਿਕਰ ਕਰ ਚੁੱਕੇ ਹਾਂ ਹੁਣ ਪਤਾ ਲੱਗਾ ਕਿ ਉਹ ਕਪੂਰਥਲੇ ਵਾਲੇ ਮੁੰਡੇ ਦੀ ਵੀ ਇੱਕ ਦਿਨ ਦੀ ਪਹਿਲਾਂ ਦੀ ਵੀਡੀਓ ਇੱਕ ਸਾਹਮਣੇ ਆ ਗਈ ਹੈ। ਪੁਲਿਸ ਦੇ ਕੋਲੇ ਵੀਡੀਓ ਪਹੁੰਚ ਗਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ। ਜਿਹੜੇ ਕੱਪੜੇ ਕਿਉਂਕਿ ਵੀਡੀਓ ਸੀ ਜਿੱਚ ਪੁੱਛਕਿਸ਼ ਕਰ ਰਿਆ ਸੀ ਉਹਨੂੰ ਕੁੱਟ ਰਿਆ ਸੀ ਮੁੰਡੇ ਨੂੰ। ਜਿਹੜੇ ਕੱਪੜੇ ਉਸ ਦਿਨ ਪਾਏ ਸੀ ਉਹੀ ਇੱਕ ਦਿਨ ਪਹਿਲਾਂ ਜੇ ਸੇਮ ਡੇ ਦੀ ਵੀਡੀਓ ਹੈ। ਜਾਂ ਇੱਕ ਦਿਨ ਪਹਿਲਾਂ ਦੀ ਵੀਡੀਓ ਉਹੀ ਕੱਪੜੇ ਉਹਨੇ ਪਾਏ ਸੀ। ਉਹ ਉਹਨੇ ਵਿਸ਼ੇਸ਼ ਤਰ੍ਹਾਂ ਦੇ ਜਣੀ ਇੱਕ ਆਪਣਾ ਮੂੰਹ ਜਿਹਾ ਬਣਾਇਆ ਸੀ ਮੜ ਜਾ ਤੇ ਉਹ ਉੱਥੇ ਖੜਾ ਸੀ ਕਿਸੇ ਬੀਬੀ ਨੇ ਵੀਡੀਓ ਬਣਾਈ ਤੇ ਉਹਨੇ ਕਿਹਾ ਜੀ ਤੂੰ ਆਪਣੇ ਆਪ ਨੂੰ ਆ ਕਹਿਣਾ Hindu ਭਾਈਚਾਰੇ ਦੇ ਨਾਲ ਸੰਬੰਧਿਤ ਇੱਕ ਧਾਰਮਿਕ ਨਾਮ ਲਿਆ ਤੇ ਉਹ ਉਹ ਲੱਗ ਰਿਹਾ ਸੀ ਉਹਦੇ ਵਿੱਚੋਂ ਕਿ ਸ਼ਾਇਦ ਉਹਨੂੰ ਕੋਈ ਸਮੱਸਿਆ ਲੱਗ ਰਿਹਾ ਸੀ ਮੈਂ ਕਹਿੰਦਾ ਉਸ ਵੀਡੀਓ ਤੇ ਜੇ ਤੁਸੀਂ ਵੀਡੀਓ ਦੇਖੋ ਕਿ ਉਹਨੂੰ ਕੋਈ ਸਮੱਸਿਆ ਉਹ ਕੁਝ ਬੋਲਿਆ ਨਹੀਂ ਆਇਆ ਜਾਂ ਕਰਕੇ ਪਰਲੇ ਪਾਸੇ ਨੂੰ ਤੁਰ ਪਿਆ ਪਰ ਉਹਦੀਆਂ ਹਰਕਤਾਂ ਸਧਾਰਨ ਨਹੀਂ ਸੀ ਹੁਣ ਇਹਦੇ ਤੋਂ ਇਲਾਵਾ ਬਾਕੀ ਜਿਹੜੇ ਕਪੂਰਥਲੇ ਜਿਹੜੇ ਇਲਾਕੇ 'ਚ ਸਿਗਾ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਆ ਆਲੇ ਦੁਆਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਕਿ ਪਤਾ ਲੱਗੇ ਕਿ ਉਹ ਬੰਦਾ ਬੇਅਦਬੀ ਕਰਨ ਦੇ ਮਕਸਦ ਨਾਲ ਆਇਆ ਸੀ ਚੋਰੀ ਕਰਨ ਦੇ ਮਕਸਦ ਦੇ ਨਾਲ ਆਇਆ ਸੀ ਜਾਂ ਫਿਰ ਉਹ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਕਿ ਉਹ ਸਿੱਧੇ ਉੱਥੇ ਹੀ ਕਿਉਂ ਆਉਂਦੇ ਆ ਬੇਅਦਬੀ ਕਰਨ ਨਾਲ ਧਾਰਮਿਕ ਸਥਾਨ ਤੇ ਰਾਹ ਦੇ ਵਿੱਚ ਕਿਤੇ ਪੰਗਾ ਪੰਗਾ ਕਿਉਂ ਨਹੀਂ ਲੈਂਦੇ ਪਰ ਇਸ ਐਂਗਲ ਤੋਂ ਹੁਣ ਜਾਂਚ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਪਸੰਧ ਵਾਲਿਆ ਸਭ ਇੱਕ ਚੀਜ਼ ਜਿਹੜੀ ਆ ਦੇਖਣ ਵਾਲੀ ਬਹੁਤ ਜ਼ਰੂਰੀ ਹੈ ਕਿ ਯਾ ਕਿ ਸਾਡੇ ਆਲੇ ਦੁਆਲੇ ਬਹੁਤ ਸਾਰੇ ਇਦਾਂ ਦੇ ਥਾਂ ਹੁੰਦੇ ਆ ਵਿਸ਼ੇਸ਼ ਤੌਰ ਦੇ ਉੱਤੇ ਕਿ ਉਹਨਾਂ ਥਾਵਾਂ ਦੇ ਉੱਤੇ ਕੌਣ ਆਉਂਦੇ ਜਾਂਦੇ ਨੇ ਉਹਨਾਂ ਦੇ ਪ੍ਰਬੰਧਕਾਂ ਦਾ ਵਿਹਾਰ ਕਿੱਦਾਂ ਦਾ ਉਹਨਾਂ ਦੇ ਕੋਲ ਕਿੱਦਾਂ ਦੇ ਲੋਕ ਆਉਂਦੇ ਸਾਨੂੰ ਆਲੇ ਦੁਆਲੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਈ ਇੱਕ ਵਾਰੀ ਹੋਇਆ ਸੀ ਨਾ ਇਹ ਕਿ ਭਾਈ ਪੌਪੂਲਰ ਮੈਂ ਤਾਂ ਕਰਨ ਲੈ ਇੱਥੇ ਸੰਗਤ ਥੋੜੀ ਆਉਂਦੀ ਸੀਗੀ ਫਿਰ ਸੰਗਤ ਬਹੁਤ ਸਾਰੀਆਂ ਚੀਜ਼ਾਂ ਸੀ ਯਾਨੀ ਉਹ ਬਹੁਤ ਸਾਰੇ ਐਂਗਲ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਆ ਉਧਰਲੇ ਪਾਸੇ ਅੱਗੇ ਹਾਂ ਇਹ ਦਨੀਆਂ ਘਟਨਾਵਾਂ ਵਾਪਰਨਾਂ ਪਰ ਇੱਕ ਦੂਸਰੀ ਗੱਲ ਜਿਹੜੀ ਚੱਲੀ ਆ ਵਿਸ਼ੇਕ ਮਨੂ ਸਿੰਘ ਵੀ ਕਾਂਗਰਸ ਪਾਰਟੀ ਦੇ ਲੀਡਰ ਨੇ ਉਹ ਕਹਿੰਦੇ ਜੀ ਬਹੁਤ ਮਾੜੀ ਗੱਲ ਹੈ ਜੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਹਿੰਦੇ ਭੀੜ ਦੁਆਰਾ ਕਤਲ ਤਾਂ ਨਹੀਂ ਬਰਦਾਸ਼ਤ ਕੀਤੇ ਜਾ ਸਕਦੇ ਇੱਥੇ ਅਸੀਂ ਅਥਾਰਟੀ ਨੂੰ ਬੇਨਤੀ ਕਰਦੇ ਹਾਂ ਕਿ ਠੋਕ ਵਜਾ ਕੇ ਕਾਰਵਾਈ ਕਰੋ ਯਾਨੀ ਉਹ ਪੱਖ ਉੱਪਰਲੇ ਪਾਸੇ ਨੂੰ ਆਉਣ ਲੱਗ ਪੈਣਾ ਸੋ ਬਹੁਤ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ ਕਿਉਂਕਿ ਸਾਜ਼ਿਸ਼ ਘਾੜਾ ਇਹ ਤਾਂ ਸਾਜ਼ਿਸ਼ ਨੂੰ ਅੰਜਾਮ ਦੇ ਨਾਲ ਹੀ ਹੋ ਸਕਦੇ ਆ ਅਸੀਂ ਸਾਜ਼ਿਸ਼ ਘਾੜੇ ਤੱਕ ਨਹੀਂ ਪਹੁੰਚ ਸਕੇ ਦੋਨੋਂ ਬੰਦੇ ਕਿਉਂਕਿ ਕਤਲ ਹੋ ਚੁੱਕੇ ਐ ਤੇ ਜਦੋਂ ਅਸੀਂ ਸਾਜ਼ਿਸ਼ ਘਾੜੇ ਤੱਕ ਨਹੀਂ ਪਹੁੰਚ ਸਕੇ ਇਦਾਂ ਦੇ ਬੰਦੇ ਤਾਂ ਬਹੁਤ ਸਾਰੇ ਆ ਜਿਨ੍ਹਾਂ ਨੂੰ ਵਰਤਿਆ ਜਾ ਸਕਦਾ ਕਿਸੇ ਨਾ ਕਿਸੇ ਤਰੀਕੇ ਸੋ ਪੁਵੇਖ ਦੇ ਵਿੱਚ ਇਸ ਗੱਲ ਦਾ ਖਾਸ ਖਿਆਲ ਰੱਖਣਾ ਪਊਗਾ ਇੱਥੇ ਹੁਣ ਇੱਕ ਜਿਹੜੀ ਆ ਚਿੱਠੀ ਦੀ ਚਰਚਾ ਚੱਲੀ ਆ ਉਪ ਮੁੱਖ ਮੰਤਰੀ ਪੰਜਾਬ ਸੋਕੇਂਦਰ ਸਿੰਘ ਰੰਧਾਵਾ ਹੋਰ ਉਹਨੇ ਲਿਖੀ ਕੇਂਦਰ ਸਰਕਾਰ ਨੂੰ ਉਹ ਕਹਿੰਦੇ ਵੀ ਦੇਖੋ 2018 ਦਾ ਪੰਜਾਬ ਨੇ ਇੱਕ ਸੋਧ ਕੇ ਕਾਨੂੰਨ ਬਣਾਇਆ ਹੋਇਆ ਕਿਉਂਕਿ ਹੁਣ ਤੱਕ ਜਦੋਂ ਵੀ ਕਿਤੇ ਇਹੋ ਜਿਹੀ ਘਟਨਾ ਵਾਪਰਦੀ ਆ ਤਾਂ 295 295ਏ ਦੀ ਕਾਰਵਾਈ ਹੁੰਦੀ ਆ ਵੱਧ ਤੋਂ ਵੱਧ ਸਜ਼ਾ 3 ਸਾਲ ਐਂਡ ਉਹਨਾਂ ਦਾ ਕਹਿਣਾ ਇਹ ਹੈ ਕਿ ਵੀ ਸਾਨੂੰ ਲੱਗਦਾ ਸੀ ਕਿ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਚਾਹੇ ਪਵਿੱਤਰ ਕੁਰਾਨ ਸ਼ਰੀਫ ਦੀ ਹੋਵੇ ਚਾਹੇ ਗੀਤਾ ਦੀ ਹੋਵੇ ਚਾਹੇ ਬਾਈਬਲ ਦੀ ਹੋਵੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਛੇੜਛਾੜ ਕਰਦਾ ਤੇ ਉਹ ਉਹਦੇ ਵਿੱਚ ਇਹ ਹੁੰਦਾ ਸੀ ਵੀ ਛੋਟੀ ਜਿਹੀ ਸਜ਼ਾ ਉਹਨਾਂ ਬਾਅਦ ਜ਼ਮਾਨਤ ਹੋ ਗਈ ਕਿਸੇ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਪੰਜਾਬ ਸਰਕਾਰ ਨੇ 2018 ਚ ਇਹ ਚੀਜ਼ ਸੋਧੀ ਹੂੰ ਹੂੰ ਸੋਧ ਕੇ ਅਸੀਂ ਰਾਜਪਾਲ ਸਾਹਿਬ ਨੂੰ ਕਿਹਾ ਵੀ ਆ ਦੇਖੋ ਜੀ ਸਾਡੇ ਵਾਲੀ ਸੋਧ ਨੂੰ ਮਨਤਾ ਦਿਓ ਰਾਜਪਾਲ ਸਾਹਿਬ ਨੇ 2018 ਦੇ ਵਿੱਚ ਹੀ ਮਤਲਬ ਉਹ ਦਸਤਖਤ ਕਰਕੇ ਤੇ ਉੱਪਰ ਚਿੱਠੀ ਭੇਜੀ ਤੀ ਹੁਣ ਉਹ ਜਿਹੜਾ ਕਾਨੂੰਨ ਹੈ ਉਹ ਫਾਈਨਲ ਉਦੋਂ ਤੱਕ ਨਹੀਂ ਹੋਣਾ ਸੀ ਜਦ ਤੱਕ ਰਾਸ਼ਟਰਪਤੀ ਸਾਹਿਬ ਉੱਤੇ ਦਸਤਖਤ ਨਹੀਂ ਕਰਦੇ ਤੇ ਹੁਣ ਇਹ ਗੱਲ ਸਾਹਮਣੇ ਆਈ ਵੀ 2018 ਤੋਂ ਉਹ ਚੀਜ਼ ਉੱਥੇ ਪਈ ਹੋਈ ਆ ਤੇ ਅਜੇ ਤੱਕ ਰਾਸ਼ਟਰਪਤੀ ਸਾਹਿਬ ਦੇ ਉੱਤੇ ਦਸਤਖਤ ਨਹੀਂ ਹੋਏ ਜੇ ਦਸਤਖਤ ਹੋ ਜਾਂਦੇ ਤੇ ਪੰਜਾਬ ਸੋਧ ਦੇ ਨਾਂ ਦੇ ਉੱਪਰ ਇਹੋ ਜੀ ਕਾਰਵਾਈ ਦੇ ਵਿੱਚ ਉਮਰ ਕੈ ਤੱਕ ਦੀ ਸਜ਼ਾ ਸੀਗੀ ਉਨੀ ਵੀਹਰਾਨੇ ਵਾਲੀ ਗੱਲ ਵੀ ਜੇ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਅਜੇ ਤੱਕ ਉਹ ਚੀਜ਼ਾਂ ਹੀ ਉੱਥੇ ਟਕੀਆਂ ਸੰਧਾਲੀਆ ਸਭ ਕਿਉਂਕਿ ਅਦਾਲਤਾਂ ਨੇ ਸਜ਼ਾ ਦੇਣੀਆਂ ਤੇ ਉਹ ਕਾਨੂੰਨ ਕੇਂਦਰ ਦੇ ਹੱਥ ਫੈਡਰਲ ਹੂੰ ਉਹਦੇ ਵਿੱਚ ਜਦੋਂ ਪਿਛਲੀ ਵਾਰੀ ਇਹ 17 ਚ ਸਰਕਾਰ ਆਈ ਐ 18 ਦੇ ਵਿੱਚ ਇਹਨਾਂ ਨੇ ਆਪਣਾ ਕੰਮ ਕਰਤਾ ਸੀ ਕਿ ਭਾਈ ਉਮਰ ਕੈਦ ਦੀ ਸਜ਼ਾ ਹੋਵੇ ਬਾਅਦ ਚ ਚੁੱਪ ਕਰਕੇ ਬਹਿ ਗਿਆ ਹੀ ਸਾਰੇ ਜਣੇ ਚਿੱਠੀ ਜਿਹੜੀ ਅੱਜ ਪਈ ਆ ਉਹ ਪਹਿਲਾਂ ਵੀ ਪੈ ਸਕਦੀ ਸੀ ਨਹੀਂ ਪਾਈ ਗਈ ਨਾ ਉਦੋਂ ਸਿਗਾ ਕਿ ਆਪਣੇ ਹੁੰਦਾ ਹੀ ਆ ਕਿ ਅਸੀਂ ਖੇਤੀ ਕਾਨੂੰਨ ਦਾ ਵਿਰੋਧ ਕਰਦੇ ਅਸੀਂ ਆਸ ਕਾਨੂੰਨ ਦਾ ਵਿਰੋਧ ਕਰਦੇ ਅਸੀਂ ਵਿਧਾਨ ਸਭਾ ਜੋ ਪਾਸ ਕਰਤਾ ਫਿਰ ਵੀ ਫਿਰ ਇਹੀ ਇਹ ਵੇਜ ਮਾਲੂ ਰੰਧਾਵਾ ਸਾਹਿਬ ਨੂੰ ਆਹੀ ਸਵਾਲ ਪੁੱਛਾਂਗੇ ਉਹਨਾਂ ਕੋਲੋਂ ਗ੍ਰਹਿ ਮੰਤਰੀ ਕੈਪਟਨ ਹਾਂ ਨਹੀਂ ਉਹ ਸਿਗਾ ਗੱਲ ਤਾਂ ਇਹੀ ਹੈ ਨਾ ਕਿ ਫਾਲੋਅ ਅਪ ਕਰਨਾ ਬਹੁਤ ਜ਼ਰੂਰੀ ਹੁੰਦਾ ਜੇ ਸਾਡੇ ਤੋਂ ਸੱਜਣ ਦੁਬਾਰਾ ਪੁੱਛ ਲੈ ਯਾਰ ਕੱਲ੍ਹ ਵਾਲੀ ਗੱਲ ਤੁਸੀਂ ਪਿੱਛੇ ਛੱਡ ਗਏ ਸੀ ਦੁਬਾਰਾ ਕਰੋ ਫਿਰ ਇਧਰਲੇ ਪਾਸੇ ਵੀ ਚਰਚਾ ਚੱਲਣੀ ਚਾਹੀਦੀ ਹੈ ਹੁਣ ਇਸ ਇਸ਼ੂ ਦੇ ਉੱਤੇ ਕਿਉਂਕਿ ਕਈ ਸਿਆਸੀ ਪਾਰਟੀਆਂ ਦੇ ਲੀਡਰ ਕਹਿ ਚੁੱਕੇ ਆ ਕਿ ਸਾਰੇ ਧਾਰਮਿਕ ਸਥਾਨਾਂ ਦੇ ਉੱਤੇ ਜੋ ਕੁਝ ਹੋ ਰਿਹਾ ਹੈ ਉਹਦੀ ਸਖਤ ਸਜ਼ਾ ਹੋਵੇ ਤਾਂ ਜੋ ਇਹਨਾਂ ਨੂੰ ਕੰਮ ਜਿਹੜਾ ਦੂਜੇ ਪਾਸੇ ਕਰਨ ਦਾ ਮੌਕਾ ਮਿਲੇ ਸੰਧਾਲ ਮੈਸੇਜ ਮੈਂ ਜ਼ਰੂਰ ਇੱਥੇ ਪੜ੍ਹਨਾ ਚਾਹੁੰਦਾ ਮੈਨੂੰ ਯਾਦ ਆ ਗਿਆ ਵਿੱਚੇ ਹੀ ਹੂੰ ਠੰਡ ਬੜੀ ਐ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਐ ਮੈਸੇਜ ਕੀ ਆਇਆ ਕਿਸੇ ਨੌਜਵਾਨ ਦਾ ਉਹ ਕਹਿੰਦੇ ਜੀ ਬੀ ਐਡ ਟੈਟਪਾਸ ਅਸੀਂ ਹੈਗੇ ਆ ਸਾਡੀ ਯੂਨੀਅਨ ਦਾ ਇੱਕ ਸਾਥੀ ਮਨੀਸ਼ ਫਾਜ਼ਲ ਕਾ ਜਲੰਧਰ ਪਾਣੀ ਵਾਲੀ ਟੈਂਕੀ ਤੇ ਬੈਠਾ ਐ ਅੰਦਾਜ਼ਾ ਲਾਓ ਕਿੰਨੇ ਦਿਨ ਹੋਏ ਹੋਣਗੇ ਮੇਰਾ ਖਿਆਲ ਆਪਾਂ ਨੂੰ ਜਿੰਨਾ ਕ ਲੱਗਦਾ ਕਾਫੀ ਮਹੀਨੇ ਹੋ ਗਏ ਦਿਨ ਤਾਂ ਨਹੀਂ 108 ਅੱਜ 109ਵਾਂ ਦਿਨ ਐ ਹੂੰ ਹੁਣ ਪਾਣੀ ਵਾਲੀ ਟੈਂਕੀ ਤੇ ਆ ਉੱਪਰ ਛੱਤ ਨਹੀਂ ਹੈ ਖੁੱਲ੍ਹੇ ਆਮਾ 108 ਦਿਨ ਹੋ ਗਏ ਸੰਧਾਲੀਆ ਸਾਹਿਬ ਉਹ ਚਾਹੁੰਦੇ ਕੀ ਆ ਉਹ ਕਹਿੰਦੇ ਜੀ ਸਮਾਜਿਕ ਸਿੱਖਿਆ ਪੰਜਾਬੀ ਤੇ ਹਿੰਦੀ ਦੀਆਂ 9000 ਪੋਸਟਾਂ ਜਿਹੜੀਆਂ ਉਹ ਭਰਦੇਓ ਅਸੀਂ ਇਸ ਕਰਕੇ ਬੈਠੇ ਆ ਹੁਣ ਇੰਨੀ ਠੰਡ ਦੇ ਵਿੱਚ ਉਹਨੂੰ ਕੁਝ ਵੀ ਸਮੱਸਿਆ ਆ ਸਕਦੀ ਹੈ 109 ਦਿਨ ਦਾ ਸਫ਼ਰ ਬਹੁਤ ਲੰਬਾ ਹੁੰਦਾ ਅਸੀਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਰਾਨੂੰ ਬੇਨਤੀ ਕਰਦੇ ਆ ਚੰਨੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਜ਼ਰੂਰ ਇਧਰਲੇ ਪਾਸੇ ਧਿਆਨ ਦਿਓ ਇੱਕ ਤਾਂ ਐਕਸ਼ਨ ਭੰਗੜੇ ਦਾ ਭਾਵੇਂ ਘਟ ਜੇ ਮੈਂ ਫੇਰ ਕਹਿੰਨੇ ਗੁੱਸਾ ਹੋ ਸਕਦਾ ਕਿਸੇ ਨੂੰ ਇਹ ਜਲੰਧਰ ਆਉਣਨੇ ਹੋ ਤੁਸੀਂ ਕਈ ਵਾਰੀ ਪਿੱਛੇ ਜਾ ਕੇ ਆਏ ਹੋ ਲਾਓ ਮੁੰਡਿਆਂ ਨੂੰ ਉੱਥੋਂ ਯਾਰ ਕਿੱਥੇ ਪੜੇ ਨੇ ਉਹ ਕੁਆਲੀਫਾਈਡ ਨਹੀਂ ਉਹਨਾਂ ਨੂੰ ਕੁਛ ਤਾਂ ਕੁਛ ਤਾਂ ਹੱਲ ਕਰੋ ਇਦਾਂ ਬੇਗਾਨੇ ਦੇ ਤੌਰ ਤੇ ਜਿਹੜਾ ਦੂਸਰਾ ਜਿਹੜਾ ਉਧਰ ਮੋਬਾਈਲ ਟਾਵਰ ਤੇ ਚੜ੍ਹਿਆ ਐਮਐਲਏ ਹਸਟਲ ਦੇ ਕੋਲ ਤੁਸੀਂ ਰਾਤ ਨੂੰ ਸੌਣ ਜਾਂਦੇ ਹੋਣੇ ਉੱਥੇ ਸਟਰੈਟਜੀ ਬਣਾਉਣੇ ਹੋਣੇ ਕਿ ਅਸੀਂ ਸਿਆਸੀ ਲੀਡਰ ਸਾਰੀਆਂ ਵਿਰੋਧੀ ਇੱਕ ਦਿਨ ਗਏ ਸੀ ਸਾਰੇ ਆਮ ਆਦਮੀ ਪਾਰਟੀ ਵਾਲੇ ਵੀ ਗਏ ਅਕਾਲੀ ਵੀ ਗਏ ਮੁੜਕੇ ਉਹਨੂੰ ਭੁੱਖ ਨਹੀਂ ਲੱਗਦੀ ਕਿ ਮੁੜਕੇ ਉਹਨੂੰ ਠੰ ਟੈਂਪਰੇਚਰ ਅਮਰitsar ਦਾ ਸ਼ੂਨਿਏ ਸੇ ਨੀਚੇ ਹੈ ਤੇ ਅਮਰitsar ਤੋਂ ਜਲੰਧਰ ਕਿੰਨੀ ਕੁ ਦੂਰ ਹੈ ਤੇ ਅਮਰitsar ਤੋਂ ਚੰਡੀਗੜ੍ਹ ਕਿੰਨੀ ਦੂਰ 2 ਡਿਗਰੀ ਦਾ ਫਰਕ ਹੋਊਗਾ ਨਿਆਣਿਆਂ ਨੂੰ ਜਿਉਂਦੇ ਨਹੀਂ ਰੱਖਣਾ ਮਾੜਾ ਮੋਟਾ ਤਾਂ ਧਿਆਨ ਇਧਰਲੇ ਪਾਸੇ ਦੇਣਾ ਚਾਹੀਦਾ ਨਹੀਂ ਉਹ ਰਾਈਟ ਹੱਕ ਉਹ ਨਹੀਂ ਮੰਗਦੇ ਚੰਗੇ ਤਰੀਕੇ ਸਮਝਾਓ ਬਿਜੋ ਕੁਛ ਤਾਂ ਕਰੋ ਤੁਸੀਂ ਚੁੱਪ ਕਰਕੇ ਥੋੜੀ ਬੈਹਿ ਸਕਦੇ ਆ ਇਹ ਕੋ ਕਾਨੂੰਨ ਨਹੀਂ ਹੈ ਜਿਹੜਾ ਵਿਧਾਨ ਸਭਾ ਜੋ ਪਾਸ ਕਰਕੇ ਮੁੜ ਕੇ ਚੁੱਪ ਕਰਕੇ ਬਹਿ ਗਿਆ ਬੰਦਾ ਜਿਉਂਦਾ ਜਾਗਦਾ ਇਹ ਇਹ ਜਿਹੜੀਆਂ ਚੀਜ਼ਾਂ ਨਾ WhatsApp ਇਹ ਤਾਂ ਉਹੀ ਗੱਲ ਵੀ ਹੌਲੀ 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 ਸ਼ਬਦ ਹੈ ਤਾਂ ਪਤਾ ਨਹੀਂ ਉਹ ਪੰਜਾਬੀ ਦਾ ਕਿ ਅੰਗਰੇਜ਼ੀ ਦਾ ਪਰ ਮੈਂ ਕਈ ਵਾਰ ਵਰਤਦਾ ਹਾਂ ਟਰਕਾਲੋਜੀ ਇਹ ਟਰਕਾਲੋਜੀ ਵਾਲੇ ਹਿਸਾਬ ਨਾਲ ਜਦੋਂ ਡੈਂਟ ਪਾਉਣ ਵਾਲੇ ਪਾਸੇ ਕੰਮ ਤੁਰ ਪੈਂਦਾ ਨਾ ਉਹਦੇ ਤੋਂ ਫਿਰ ਆ ਹੀ ਕੁਝ ਨਿਕਲਦਾ ਹੁਣ ਇੰਨੇ ਮਹੀਨਿਆਂ ਤੋਂ ਵੈਸੇ ਤਾਂ ਕਹਿੰਦੇ ਵੀ ਸਾਡੇ ਕੋਲੇ ਆਹ ਡਿਪਾਰਟਮੈਂਟ ਇਨੇ ਸਾਨੂੰ ਆਹ ਜਾਣਕਾਰੀ ਦੇਣੀ ਹੈ ਇਸ ਡਿਪਾਰਟਮੈਂਟ ਨੇ ਆਹ ਜਾਣਕਾਰੀ ਦੇਣੀ ਉਹ ਕਿਹੜਾ ਦਿੰਦੇ ਨਾ ਹੋਣਗੇ ਜਾਣਕਾਰੀ ਵੀ ਹਾਂਜੀ ਭਾਈ ਸਾਹਿਬ ਆ ਇੱਥੇ ਏਦਾਂ ਹੋ ਗਿਆ ਜੀ ਅੱਛਾ ਤਾਂ ਕੋਈ ਨਹੀਂ ਰਹਿੰਦੇ ਆਹ ਕਹਿੰਦਾ ਉਹਦਾ ਪਤਾ ਕੀ ਤਾਂ ਹਾਂਜੀ ਜਿਉਂਦਾ ਜੀ ਅਜੇ ਹੈਗਾ ਜੀ ਵੱਧ ਤੋਂ ਆਦਾ ਇੰਨੀ ਕੀ ਜਾਣ ਜਾਏ ਸੋਏ ਦੇ ਹੋਣਗੇ ਵੀ ਕੱਲ ਨੂੰ ਜੇ ਕੋਈ ਅਭੀ ਨਵੀ ਹੋ ਗਈ ਤੇ ਫਿਰ ਆਪਾਂ ਉਹਦੇ ਬਾਅਦ ਮੁਆਵਜ਼ੇ ਵਾਲੇ ਪਾਸੇ ਤੁਰ ਪਾਂਗੇ ਜਾਂ ਜਾ ਕੇ ਅਫਸੋਸ ਕਰਦੇ ਆਂਗੇ ਪਰ ਬੰਦੇ ਦੀ ਜਾਨ ਦਾ ਮੁੱਲ ਕੀ ਹੈ ਮੇਰੇ ਖਿਆਲ ਨਾਲ ਜੇ ਕੋਈ ਵਾਕਿਆ ਹੀ ਇਨਸਾਨੀਅਤ ਦੇ ਤੌਰ ਤੇ ਸਮਝੇ ਤੇ ਫਿਰ ਤੇ ਹਰੇਕ ਬੰਦਾ ਸੋਚਦਾ ਵੀ ਯਾਰ ਜੇ ਮੈਂ ਕੁਝ ਵੀ ਕਰ ਸਕਦਾ ਤਾਂ ਮੈਂ ਕਰ ਦਵਾ ਨਹੀਂ ਇਦਾਂ ਹੀ ਆ ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਥੋੜਾ ਜਿਆ ਧਿਆਨ ਇਧਰਲੇ ਪਾਸੇ ਜ਼ਰੂਰ ਰੱਖਿਆ ਜਾਵੇ ਨਹੀਂ ਤਾਂ ਕੰਮ ਖਰਾਬ ਹੋਊਗਾ ਹੁਣ ਤੁਸੀਂ ਦੇਖੋ ਕਿਸਾਨ ਅੰਦੋਲਨ ਖਤਮ ਹੋਇਆ ਬਲਵੀਰ ਸਿੰਘ ਰਾਜੀਵਾਲ ਸਾਹਿਬ ਲੁਧਿਆਣੇ ਸੱਦੇ ਬਾਕੀ ਕਿਸਾਨ ਲੀਡਰ ਵੀ ਕਈ ਸੱਦੇ ਉੱਥੇ ਸਨਮਾਨ ਕੀਤਾ ਉਦਯੋਗਪਤੀਆਂ ਵਪਾਰੀਆਂ ਨੇ ਵੀ ਜਿਨ੍ਹਾਂ ਨਾਲ ਰਾ ਪਹਿਲਾਂ ਪੰਗਾ ਪਾਉਣ ਨੂੰ ਫਿਰਦੇ ਸੀ ਤੁਹਾਨੂੰ ਯਾਦ ਹੋਣਾ ਕਹਿੰਦੇ ਸੀ ਜੀ ਉਹਨਾਂ ਦਾ ਕੰਮ ਰੁਕ ਗਿਆ ਪ੍ਰਸਾਦ ਦਿੱਤਾ ਸਾਰਿਆਂ ਨੇ ਉੱਥੇ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਯਤਨਾ ਸੰਬੰਧੀ ਇੱਕ ਪਤੇ ਦੀ ਗੱਲ ਉਹਨਾਂ ਨੇ ਆਖੀ ਹੈ ਬਹੁਤ ਸਾਰੀਆਂ ਗੱਲਾਂ ਨਾਲ ਕੋ ਸਹਿਮਤ ਹੋਵੇ ਉਹਨਾਂ ਦੀਆਂ ਨਾਲ ਸਹਿਮਤ ਹੋਵੇ ਵੱਖਰੀ ਗੱਲ ਹੈ ਉਹ ਕਹਿੰਦੇ ਸਾਰੇ ਧਰਮ ਬਰਾਬਰ ਦੇ ਸਨਮਾਨਜਨਕ ਨੇ ਮੈਂ ਚਾਹਨਾ ਕਿ ਪੰਜਾਬ ਦਾ ਕੱਲਾ ਕੱਲਾ ਬੰਦਾ ਆਪਦੇ ਕੰਨ ਦੇ ਵਿੱਚ ਬਲਵੀਰ ਸਿੰਘ ਰਾਜੀਵਾਲ ਹੋਰ ਆਦੀ ਇਹ ਗੱਲ ਬਿਠਾਵੇ ਕਿ ਪੰਜਾਬ ਦੇ ਵਿੱਚ ਨਹੀਂ ਦੁਨੀਆ 'ਚ ਜਿੰਨੇ ਵੀ ਧਰਮ ਨੇ ਸਾਰੇ ਹੀ ਬਰਾਬਰ ਦੇ ਸਤਕਾਰਯੋਗ ਨੇ ਤੇ ਉਹ ਕਈ ਵਾਰੀ ਕਹਿੰਦੇ ਹੁੰਦੇ ਕਿ ਭਾਈ ਮੈਂ ਅੰਮ੍ਰਿਤਧਾਰੀ ਬੰਦਾ ਮੈਂ ਪਾਠ ਕਰਨ ਵਾਲਾ ਬੰਦਾ ਸਾਡੇ ਮਨਾਂ ਦੇ ਵਿੱਚ ਕਈ ਵਾਰੀ ਹੁੰਦਾ ਕਿ ਅਸੀਂ ਹੀ ਵੱਡੇ ਆ ਬਾਕੀ ਸਾਰੇ ਥੱਲੇ ਨੇ ਤੇ ਉਹਨਾਂ ਨੇ ਉਦਾਹਰਣ ਦਿੱਤੀ ਉਹ ਕਹਿੰਦੇ ਰਲ ਕੇ ਰਹਿਣਾ ਤੇ ਅਸੀਂ ਰਲ ਕੇ ਰਹਿੰਦੇ ਆ ਹਮੇਸ਼ਾ ਕਹਿੰਦੇ ਜੇ ਕਿਸਾਨ ਅੰਦੋਲਨ ਦੇ ਵਿੱਚ ਜਿੱਤ ਪ੍ਰਾਪਤ ਹੋਈ ਆ ਤੇ ਉੱਥੇ ਮੁਸਲਮਾਨ ਵੀ ਸੀ ਉੱਥੇ ਹਿੰਦੂ ਵੀ ਸੀ ਐਸਆਈ ਵੀ ਸੀ ਉੱਥੇ ਸਿੱਖ ਵੀ ਸੀ ਸਾਰੇ ਹੀ ਸੀ ਅਸੀਂ ਉੱਥੇ ਰਲ ਕੇ ਕੰਮ ਕੀਤਾ ਤੇ ਰਲ ਕੇ ਜਿੱਤ ਗਏ ਆ ਤੇ ਅਸੀਂ ਪੰਜਾਬ ਦੇ ਵਿੱਚ ਵੀ ਕਹਿੰਦੇ ਇਦਾਂ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਆਪਾਂ ਸਾਰਿਆਂ ਨੇ ਰਲ ਕੇ ਕੰਮ ਕਰਨਾ ਮੈਨੂੰ ਲੱਗਦਾ ਕਿ ਇਦਾਂ ਦੇ ਸਿਆਣਪ ਭਰਪੂਰ ਬਿਆਨ ਸਿਆਸੀ ਪਾਰਟੀਆਂ ਨੂੰ ਧਾਰਮਿਕ ਆਗੂਆਂ ਨੂੰ ਸਾਰਿਆਂ ਨੂੰ ਦੇਣੇ ਚਾਹੀਦੇ ਆ ਤਾਂ ਜੋ ਸਾਨੂੰ ਧਾਰਮਿਕ ਆਧਾਰ ਦੇ ਉੱਤੇ ਕੋਈ ਬੰਦਾ ਵੰਡ ਹੀ ਨਾ ਸਕੇ ਕਿ ਸਾਰੇ ਤੁਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਪੱਕੇ ਰਹੋ ਹੂੰ ਬਾਕੀਆਂ ਦਾ ਸਤਿਕਾਰ ਪੂਰੇ ਰੂਪ ਚ ਕਰੋ ਇਹ ਇੱਕ ਜਿਹੜਾ ਉਹਨਾਂ ਨੇ ਇਹ ਵੀ ਮੇਰੇ ਖਿਲ ਨਾਲ ਕਲੀਅਰ ਕਰ ਦਿੱਤਾ ਨਾ ਕਿਈ ਬੰਦੇ ਕਹਿੰਦੇ ਵੀ ਹੁਣ ਫਿਰ ਬੀਜੇਪੀ ਨੂੰ ਕਿੱਥੇ ਘੇਰਨਾ ਜੀ ਉਹ ਕਹਿੰਦੇ ਕਦ ਲਈ ਘੇਰਨਾ ਬਈ ਕੰਮ ਨਿਪੜ ਗਏ ਆਪਣੀ ਲੜਾਈ ਸੀਗੀ ਉਹ ਇੱਕ ਮਸਲਾ ਸੀ ਉਹ ਮਸਲਾ ਸਰਕਾਰ ਨਾਲ ਸੀ ਸਰਕਾਰ ਕਿਉਂਕਿ ਇੱਕ ਪਾਰਟੀ ਦੀ ਸੀ ਇਸ ਕਰਕੇ ਸਾਡੀ ਇੱਕ ਵਿਰੋਧਤਾ ਸੀ ਹੂੰ ਹੂੰ ਉਹ ਮਸਲਾ ਹੱਲ ਹੋ ਗਿਆ ਉਸ ਤੋਂ ਬਾਅਦ ਵਿਰੋਧਤਾ ਖਤਮ ਹੋ ਗਈ ਫਿਰ ਅਸੀਂ ਕਦ ਲਈ ਵਿਰੋਧ ਕਰਨਾ ਮਲਾਦਾ ਵੀ ਇਸ ਬਿਆਨ ਤੋਂ ਬਾਅਦ ਹੋ ਸਕਦਾ ਕਈ ਬੰਦੇ ਇਦਾਂ ਗਾ ਅੱਛਾ ਫਿਰ ਹੁਣ ਬਿਰੋ ਬੀਜੇਪੀ ਚ ਜਾਉ ਹੂੰ ਹੂੰ ਐ ਤਾਂ ਉਹ ਫਿਰ ਆਵਾਦਨੀ ਪਾਰਟੀ ਚ ਵੀ ਗਿਆ ਸੀ ਬੰਦਾ ਆ ਚਲੋ ਕੋਈ ਨਹੀਂ ਮੈਂ ਵੀ ਉਸਦਾ ਆਵਾਦਨੀ ਪਾਰਟੀ ਵਾਲੇ ਕਹਿੰਦੇ ਯਾਰ ਅਸੀਂ ਨਾ ਤੁਹਾਨੂੰ ਤਾਂ ਲਿਆਵਾਂਗੇ ਮੇਰਾ ਤੁਸੀਂ ਫਲਾਨੀ ਪਾਰਟੀ ਦੀ ਤਾਰੀਫ ਕਰ ਦਿਓ ਪਰ ਇਹਦੇ ਚੋ ਇੱਕ ਇੱਕ ਸੁਨੇਹਾ ਜੋ ਮੈਂ ਉਡੀਕਦਾ ਸੀ ਉਹ ਮੈਨੂੰ ਇਹ ਲੱਗਦਾ ਕਿ ਵੀ ਯਾਰ ਲੜਾਈ ਜਿਹੜੀ ਆ ਉਹ ਤੁਹਾਡੀ ਮੁੱਦੇ ਦੀ ਹੋਣੀ ਚਾਹੀਦੀ ਹੈ ਉਹਨੂੰ ਨਿੱਜੀ ਨਹੀਂ ਬਣਾਉਣਾ ਚਾਹੀਦਾ ਨਹੀਂ ਜ਼ਰੂਰੀ ਹੈ ਤੁਸੀਂ ਦੇਖੋ ਨਿੱਜੀ ਜਦੋਂ ਬਣਾਉਨੇ ਆ ਨਾ ਉਦੋਂ ਫਿਰ ਪਟਿਆਲੇ ਦੇ ਮੇਅਰ ਸੰਜੀਪ ਬਿੱਟੂ ਸਾਹਿਬ ਆ ਕੇ ਦਫ਼ਤਰ ਦੁਆਰਾ ਸਾਂਭ ਲੀਦੇ ਕਿੰਨੇ ਕੰਮ ਕਾਲੀ ਚ ਕੀਤੇ ਜਦੋਂ ਦੇ ਸਰਕਾਰ ਦੇ ਵਿੱਚੋਂ ਕੁਝ ਕੁਰਸੀਆਂ ਬਦਲੀਆਂ ਸਾਰਿਆਂ ਨੂੰ ਆਪਾਂ ਚੇਤਾ ਜੀ ਉਦੋਂ ਕਹਿੰਦੇ ਕੈਪਟਨ ਸਾਹਿਬ ਨੂੰ ਤਾਂ ਲਿਫਟ ਬਿਨਾ ਮਿਲੀ ਆਪਾਂ ਸਾਰੇ ਕਹਿੰਦੇ ਸੀ ਕੈਪਟਨ ਸਾਹਿਬ ਅੱਜ ਤੁਰ ਕੇ ਜਾਂਦੇ ਆ ਜਿਹੜੇ ਮੇਅਰ ਸੰਜੀਪ ਬਿੱਟੂ ਦੇ ਖਿਲਾਫ ਸਹਿਮਤੀ ਦਾ ਮਤਾ ਪਾ ਕੇ ਭੇਜਿਆ ਸੀ ਪੰਜਾਬ ਸਰਕਾਰ ਨੇ ਆਪ ਵਾਪਸ ਲਿਆ ਹੂੰ ਕੀ ਤੁਹਾਡੇ ਵਕੀਲ ਤੁਹਾਨੂੰ ਨਹੀਂ ਦੱਸਦੇ ਕੀ ਤੁਹਾਡੇ ਸਲਾਹ ਕਰਨੀ ਤੁਹਾਨੂੰ ਦੱਸਦੇ ਕਿੰਨੀ ਕੁ ਵਾਰੀ ਫੈਸਲੇ ਕਰ ਕਰਕੇ ਆਪਾਂ ਵਾਪਸ ਲੈਣੇ ਆ ਉਹ ਕੈਪਟਨ ਸਾਹਿਬ ਦਾ ਸਮਰਥਕ ਹੈ ਬਾਈ ਕਾਉਂਸਲਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਚ ਸ਼ਾਮਲ ਹੋ ਚੁੱਕਿਆ ਹੈ ਤੇ ਉਹਨਾਂ ਦਾ ਸਮਰਥਕ ਮੇਅਰ ਪਟਿਆਲੇ ਦੇ ਨਗਰ ਨਿਗਮ ਦੇ ਮੇਰ ਵਾਲੇ ਦਫਤਰ ਦੇ ਵਿੱਚ ਦੁਬਾਰਾ ਆ ਕੇ ਬੈਠਾ ਉਹ ਕਹਿੰਦਾ ਕਿ ਸੱਚ ਦੀ ਜਿੱਤ ਹੋਈ ਹੈ ਭਾਈ ਹਾਂ ਉਹ ਵੀ ਅਦਾਲਤ ਤੋਂ ਅਦਾਲਤ ਤੋਂ ਤੇ ਪੰਜਾਬ ਸਰਕਾਰ ਨੇ ਵਾਪਸ ਲਿਆ ਆਪਣਾ ਨੋਟ ਕੀ ਤੁਹਾਨੂੰ ਕੋਈ ਦੱਸਣ ਵਾਲਾ ਨਹੀਂ ਸੀ ਪਹਿਲਾਂ ਕਾਲੀ ਗਾਦੀ ਹੁੰਦੀ ਹੈ ਨਹੀਂ ਇਹ ਤੇ ਇੱਕ ਤਰ੍ਹਾਂ ਦਾ ਲੈਵਲ ਹੀ ਆਉਣਾ ਸੀ ਨਾ ਕਿੱਥੇ ਐਸਵਾਈਐਲ ਨਹਿਰ ਦੀ ਲੜਾਈ ਤੱਕ ਦੇ ਕੇਸਾਂ ਤੋਂ ਲੈ ਕੇ ਹੁਣ ਜੇ ਇੱਕ ਮੇਰ ਦੀ ਕੁਰਸੀ ਦਾ ਇਕਦਲ ਕੇਸ ਵੀ ਪੰਜਾਬ ਸਰਕਾਰ ਆਖੇ ਵੀ ਅਸੀਂ ਹਾਰ ਗਏ ਹਾਂ ਜੀ ਇਹ ਹੁਣ ਭਾਈ ਅਗਲੇ ਜਵਾਬ ਦੇਣਗੇ ਉਹ ਮਰ ਅਸੀਂ ਜਿਹੜਾ ਕੋਲੇ ਦੀ ਧੁਾਈ ਦੇ ਪੈਸੇ ਦਿੱਤੇ ਸੀ ਚਲਿਏ ਚਾ ਮੁਰਗੀਆ ਚਲਿਏ ਜੀ ਲਓ ਧੰਨਵਾਦ ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ ਲਾਈਕ ਵਾਲਾ ਬਟਨ ਦਬਾਉਦੇ ਹੋ ਅੱਗੇ ਸ਼ੇਅਰ ਵੀ ਕਰ ਦਿੰਨੇ ਉਹਦੇ ਲਈ ਬੜੇ ਸ਼ੁਕਰੀਆ ਕਰਦੇ ਆ ਤੁਹਾਡਾ ਦੇਖਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ